ਗਲੀ ਗਲੀ ਆਓ ਕਿਤ ਮਾਰਗ ਪੈਰ
ਤੀਜਾ ਸਿਰ ਤੀਜਾ ਤਾਣ ਦਾ ਤੀਜਾ ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਵੇਂ ਸਗਲ ਵਸ ਤਾਕਾ ਜਾਕਾ ਸਤਿਗੁਰ ਪੂਰਾ ਜੁਗੋ ਯੁਗ ਅਟਲ ਚਵਰ ਛਤਰ ਤਖਤ ਤੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸਰਬ ਕਲਾ ਭਰਪੂਰ ਗੁਰਗਦੀ ਉੱਪਰ ਸ਼ਿਵਾਏ ਮਾਨ ਸਿੰਘ ਦੇ ਕਮਾਲ ਸ਼ਬਦ ਗੁਰੂ ਅਵਤਾਰ ਧੰਨ ਧੰਨ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਨਿੱਘੀ ਗੋਦਾ ਆਨੰਦ ਮਾਣੇ ਸ਼ਕੂ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਮਨ ਇਕਾਗਰ ਕਰਕੇ ਤਕਰੀਬਨ ਹਰ ਇੱਕ ਸਟੇਜ ਤੇ ਮੈਂ ਬੇਨਤੀ ਕਰਿਆ ਕਰਦਾ ਵੀ ਜਦੋਂ ਗੁਰਦੇਵ ਦੇ ਚਰਨਾਂ ਵਿੱਚ ਆਉਂਦੇ ਹੋ ਤੇ ਕਿਰਪਾ ਕਰਕੇ ਇਕਾਗਰਤਾ ਬਖਸ਼ਿਆ ਕਰੋ ਇਕਾਗਰਤਾ ਬਣਾਓ ਮੇਰੇ ਹਾਜ਼ਰੀ ਤਰ ਤੇ ਪ੍ਰਵਾਨ ਹੋ ਜਾਏਗੀ ਜੇ ਮਨ ਇਕਾਗਰ ਨਾ ਹੋਇਆ ਤੇ ਸਾਡਾ ਝਪਾਇਆ ਸਿਰ ਵੀ ਇੱਥੇ ਪ੍ਰਵਾਨ ਨਹੀਂ ਹੋਣੇ ਜੇ ਮਨ ਇਕਾਗਰ ਨਾ ਹੋਇਆ ਇਹ ਮੈਂ ਨਹੀਂ ਕਹਿ ਰਿਹਾ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਮਹਾਰਾਜ ਦੀ ਪਾਵਨ ਬਾਣੀ ਕਹਿ ਰਹੀ ਹੈ ਸ਼ੀਸ਼ ਨਵਾਈਆ ਕਿਆ ਥਿਆ ਜਾਂ ਹਿਰਦਾ ਕਸੁਧਾ ਜਾਏ ਮਨ ਕਿਤੇ ਹੋਰ ਹੈ ਸਿਰ ਝੁਕਾ ਰਿਹਾ ਗੁਰਦੇਵ ਬਾਦਸ਼ਾਹ ਮਹਾਰਾਜ ਕਹਿੰਦੇ ਨਹੀਂ ਪ੍ਰਵਾਨ ਤੇ ਗੁਰਦੇਵ ਪਾਤਸ਼ਾਹ ਸਿਰ ਝੁਕਾਇਆ ਪ੍ਰਵਾਨ ਕਦੋਂ ਹੋਵੇਗਾ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਸਾਡੇ ਸਵਾਲ ਦਾ ਜਵਾਬ ਦਿੱਤਾ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ ਜਦੋਂ ਪ੍ਰਮਾਤਮਾ ਦੀ ਸ਼ਿਵ ਤੋਂ ਸਲਾਹ ਕਰਨੀ ਹੈ ਤੇਰਾ ਮਨ ਇਕਾਗਰ ਹੋਣਾ ਚਾਹੀਦਾ ਤੇਰਾ ਮਨ ਟਿਕਾਊ ਵਿੱਚ ਹੋਣਾ ਚਾਹੀਦਾ ਤੇ ਸੱਜੇ ਪਾਤਸ਼ਾਹ ਠੀਕ ਹੈ ਮਨ ਟਿਕਾਓ ਵਿੱਚ ਹੋਣਾ ਚਾਹੀਦਾ ਪਰ ਟਿਕਾਓ ਵਿੱਚ ਆਵੇਗਾ ਕਿ ਨਹੀਂ ਹੁਣ ਮਨ ਨੂੰ ਇਕਾਗਰ ਕਰ ਲੈਣਾ ਸਾਡੇ ਤੁਹਾਡੇ ਵਾਸਤੇ ਦੀ ਗੱਲ ਨਹੀਂ ਜੇ ਬੰਦਾ ਸੋਚੇ ਨਾ ਵੀ ਆਪਣੇ ਯਤਨ ਨਾਲ ਆਪਣਾ ਮਨ ਇਕਾਗਰ ਕਰਨਾ ਤਾਂ ਨਹੀਂ ਹੋ ਸਕਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਮਹਾਰਾਜ ਦੀ ਪਾਵਨ ਬਾਣੀ ਵਿੱਚ ਇੱਕ ਫੈਸਲਾ ਹੁੰਦਾ ਹੈ ਕਿ ਮਨ ਬਹੁਤ ਚੰਚਲ ਹੈ ਮਨ ਨੂੰ ਸ਼ਬੋਧ ਦੋ ਕੇ ਗੁਰਦੇਵ ਬਾਦਸ਼ਾਹ ਮਹਾਰਾਜ ਨੇ ਬਹੁਤ ਵਾਰੀ ਬਚਨ ਉਚਾਰਿਆ ਪਾਵਨ ਬਾਣੀ ਵਿੱਚ ਵੈਸੇ ਤੇ ਸਰੀਰ ਦੇ ਹਰ ਅੰਗ ਨੂੰ ਸੰਬੋਧਨ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਬਚਨ ਉਚਾਰੇ ਨੇਤਰਾਂ ਨੂੰ ਸੰਬੋਧਨ ਹੋ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਬਚਨ ਉਚਾਰੇ ਨੇ ਕੰਨਾਂ ਨੂੰ ਸੰਬੋਧਨ ਹੋ ਕੇ ਜ਼ੁਬਾਨ ਨੂੰ ਸੰਬੋਧਨ ਹੋ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਨਾਸਕਾਂ ਨੂੰ ਸੰਬੋਧਨ ਹੋ ਕੇ ਸਰੀਰ ਨੂੰ ਸੰਬੋਧਨ ਹੋ ਕੇ ਬੜੇ ਬਚਨ ਉਚਾਰੇ ਨੇ ਲੇਕਿਨ ਸਭ ਤੋਂ ਵੱਧ ਵਾਰ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਮਨ ਦਾ ਜ਼ਿਕਰ ਕੀਤਾ ਸਰੀਰ ਦਾ ਜ਼ਿਕਰ ਨਹੀਂ ਕੀਤਾ ਲੇਕਿਨ ਜੇ ਸਭ ਤੋਂ ਵੱਧ ਵਾਰ ਜ਼ਿਕਰ ਕੀਤਾ ਤੇ ਮਨ ਦਾ ਜ਼ਿਕਰ ਕੀਤਾ ਕਿਤੇ ਗੁਰਦੇਵ ਪਾਤਸ਼ਾਹ ਮਨ ਨੂੰ ਮਿੱਤਰ ਪਿਆਰਾ ਕਹਿੰਦੇ ਨੇ ਕਿਤੇ ਮਨ ਨੂੰ ਖੋਤਾ ਕਹਿ ਕੇ ਗਧਾ ਕਹਿ ਕੇ ਸੰਬੋਧਨ ਕਰਦੇ ਨੇ ਤੇ ਕਿਤੇ ਮਨ ਨੂੰ ਚੰਚਲ ਕਹਿ ਕੇ ਸੰਬੋਧਨ ਕਰਦੇ ਨੇ ਗੁਰਦੇਵ ਪਾਤਸ਼ਾਹ ਮਹਾਰਾਜ ਇਹੋ ਮਨ ਚੰਚਲ ਬਸ ਨਾ ਆਵੇ ਦੁਬਿਧਾ ਲਾਗਾ ਦਾ ਦਿਸਤਾਵੇ ਦੁਬਿਧਾ ਵਿੱਚ ਫਸਿਆ ਹੋਇਆ ਮਨ ਦਸਾਂ ਦਿਸ਼ਾਵਾਂ ਵੱਲ ਦੌੜਿਆ ਫਿਰਦਾ ਆਪਾਂ ਨਿਤਨੇਮ ਕਰਦੇ ਹਾਂ ਪੌਣਾ ਘੰਟਾ ਘੰਟਾ ਸਵੇਰੇ ਲੱਗਦਾ ਨਿਤਨੇਮ ਕਰਦੇ ਹਾਂ ਹੁਣ ਕਦੇ ਮਨਾਂ ਵਿੱਚ ਝਾਤੀ ਮਾਰੇ ਤੇ ਆਪਾਂ ਨੂੰ ਇਕਾਗਰਤਾ ਕਿੰਨੀ ਕੁ ਮਿਲੀ ਕਿੰਨਾ ਕੁ ਆਪਾਂ ਇਕਾਗਰ ਹੋਏ ਨਿਤਨੇਮ ਤੇ ਕਰ ਲਿਆ ਅੱਧੇ ਪੌਣੇ ਘੰਟੇ ਜਾਂ ਇੱਕ ਘੰਟੇ ਵਿੱਚ ਨਿਤਨੇਮ ਕੀਤਾ ਲੇਕਿਨ ਇਸ ਪੌਣੇ ਘੰਟੇ ਜਾਂ ਘੰਟੇ ਵਿੱਚ ਮਨ ਕਿੰਨੀ ਦੇਰ ਹਾਜ਼ਰ ਰਿਹਾ ਆਪਾਂ ਬੈਠੇ ਕਿਤੇ ਹੁੰਦੇ ਹਾਂ ਮਨ ਕਿਤੇ ਹੋਰ ਉਡਾਰੀ ਮਾਰਦਾ ਤੇ ਸਾਡੇ ਯਤਨ ਨਾਲ ਬਸ ਵਿੱਚ ਨਹੀਂ ਆ ਸਕਦਾ ਤੇ ਗੁਰਦੇਵ ਪਾਤਸ਼ਾਹ ਮਨ ਬਸ ਵਿੱਚ ਕਿਵੇਂ ਆਵੇਗਾ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਜਵਾਬ ਦਿੱਤਾ ਸਾਡੇ ਸਵਾਲ ਦਾ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੇ ਪ੍ਰਮਾਤਮਾ ਦੀ ਪੂਰੀ ਕਿਰਪਾ ਹੋਵੇ ਤੇ ਮਨ ਬਸ ਵਿੱਚ ਆ ਸਕਦਾ ਲੇਕਿਨ ਕਿਰਪਾ ਕਦੀ ਅਸੀਂ ਆਣ ਕੇ ਮੰਗੀ ਨਹੀਂ
ਹੁਣ ਕਦੇ ਆਣ ਕੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਤੇਰੇ ਚਰਨਾਂ ਚ ਆਇਆ ਸਾਨੂੰ ਇਕਾਗਰਤਾ ਦੀ ਦਾਤ ਬਖਸ਼ੋ, ਕਦੇ ਆਣ ਕੇ ਅਰਦਾਸ ਨਹੀਂ ਕੀਤੀ। ਸਾਡੀਆਂ ਅਰਦਾਸਾਂ ਕੀ ਨੇ ਗੁਰਦੇਵ ਪਾਤਸ਼ਾਹ, ਦੁੱਧ ਚਾਹੀਦਾ, ਪੁੱਤ ਚਾਹੀਦਾ, ਦੌਲਤ ਚਾਹੀਦੀ, ਸ਼ੋਹਰਤ ਚਾਹੀਦੀ, ਇੱਜ਼ਤ ਚਾਹੀਦੀ ਹੈ, ਮਹਿਲ ਮਾੜੀਆਂ ਕੋਠੀਆਂ ਕਾਰਾਂ ਚਾਹੀਦੀਆਂ ਨੇ, ਕਦੇ ਆਣ ਕੇ ਅਰਦਾਸ ਨਹੀਂ ਕੀਤੀ ਸੱਚੇ ਪਾਤਸ਼ਾਹ ਸਾਨੂੰ ਇਕਾਗਰਤਾ ਚਾਹੀਦੀ ਹੈ। ਤੇ ਇਸ ਦਰ ਦਾ ਅਸੂਲ ਹੈ, ਇੱਥੋਂ ਜੋ ਮੰਗਾਂਗੇ ਪ੍ਰਾਪਤ ਵੀ ਉਹ ਕੁਝ ਹੋਣਾ, ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇ, ਜੋ ਮੰਗਾਂਗੇ ਮਿਲੇਗਾ। ਹੁਣ ਇਕਾਗਰਤਾ ਮੰਗੀ ਨਹੀਂ ਤੇ ਮਿਲੇਗੀ ਕਿੱਥੋਂ? ਕਦੇ ਆਣ ਕੇ ਅਰਦਾਸ ਨਹੀਂ ਕੀਤੀ। ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਚ ਆਇਆ, ਕਿਰਪਾ ਕਰਕੇ ਸਾਨੂੰ ਇਕਾਗਰਤਾ ਦੀ ਦਾਤ ਬਖਸ਼ੋ, ਸਾਡੀ ਵੀ ਹਾਜ਼ਰੀ ਤੁਹਾਡੇ ਚਰਨਾਂ ਚ ਲੱਗ ਜਾ। ਜਦੋਂ ਅਰਦਾਸ ਕਰਕੇ ਦਾਤ ਮੰਗੋਗੇ ਤੇ ਗੁਰਦੇਵ ਪਾਤਸ਼ਾਹ ਉੱਠ ਕੇ ਤੁਹਾਡੀ ਝੋਲੀ ਵਿੱਚ ਦਾਤ ਪਾ ਦੇਣਗੇ, ਫਿਰ ਤੁਹਾਡਾ ਝੁਕਾਇਆ ਹੋਇਆ ਸਿਰ ਵੀ ਪ੍ਰਵਾਨ ਹੋ ਜਾਏਗਾ, ਫਿਰ ਬੁਲਾਈ ਹੋਈ ਫਤਿਹ ਵੀ ਪ੍ਰਵਾਨ ਹੋ ਜਾਏਗੀ। ਤੇ ਗੁਰਦੇਵ ਪਾਤਸ਼ਾਹ ਮਹਾਰਾਜ ਦਾ ਪਾਵਨ ਬਚਨ ਹੈ ਭਈ ਜਿਹੜਾ ਸਿਰ ਅਦਬ ਨਾਲ ਗੁਰੂ ਦੇ ਚਰਨਾਂ ਵਿੱਚ ਇਕਾਗਰਤਾ ਦੇ ਨਾਲ ਝੁਕਦਾ ਪੂਜਣ ਯੋਗ ਹੋ ਜਾਇਆ ਕਰਦਾ, ਪਵਿੱਤਰ ਹੋ ਜਾਇਆ ਕਰਦਾ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲਗਾ ਗੁਰ ਪੈਰੇ ਰਾਮ। ਜਿਹੜਾ ਅਦਬ ਨਾਲ ਸਿਰ ਆਪਣੇ ਗੁਰੂ ਦੇ ਚਰਨਾਂ ਵਿੱਚ ਝੁਕ ਜਾਂਦਾ ਕਹਿੰਦੇ ਪਵਿੱਤਰ ਹੋ ਜਾਇਆ ਕਰਦਾ। ਜੇ ਚਾਹੁੰਦੇ ਹੋ ਸਿਰ ਪਵਿੱਤਰ ਹੋ ਜਾਏ, ਜੇ ਰਸਨਾ ਪਵਿੱਤਰ ਹੋ ਜਾਏ ਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੋ। ਸਾਰ ਰਸਨਾ ਧਨ, ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਤੇਰੇ ਰਾਮ। ਉਹ ਰਸਨਾ ਵੀ ਧੰਤਾ ਦੇ ਯੋਗ ਹੋ ਜਾਇਆ ਕਰਦੀ ਹੈ। ਨਾਮ ਤਹਿਤ ਗੋਬਿੰਦ ਕਾ ਸੋਚੀ ਭਈ ਰਸਨਾ। ਹੁਣ ਜ਼ਬਾਨ ਦੇ ਨਾਲ ਕੋਈ ਚੀਜ਼ ਸੋਝੇ ਆਪਾਂ ਕਹਿੰਦੇ ਝੂਠੀ ਹੋ ਜਾਈ, ਕਿਉਂਕਿ ਜ਼ਬਾਨ ਝੂਠੀ ਹੈ। ਕੋਈ ਵੀ ਵਸਤ ਜ਼ਬਾਨ ਦੇ ਨਾਲ ਸੋਝਾ ਝੂਠੀ ਹੋ ਜਾਇਆ ਕਰਦੀ ਹੈ, ਕਿਉਂਕਿ ਸਾਰੇ ਵਿਦਵਾਨ ਕਹਿੰਦੇ ਨੇ ਵੀ ਰਸਨਾ ਝੂਠੀ ਹੈ, ਜਿਹੜੀ ਚੀਜ਼ ਦੇ ਨਾਲ ਟੱਚ ਕਰੇਗੀ ਝੂਠੀ ਹੋ ਜਾਏਗੀ। ਤੇ ਰਸਨਾ ਸੁੱਜੀ ਵੀ ਕਿਸੇ ਤਰ੍ਹਾਂ ਹੋ ਸਕਦੀ ਹੈ, ਤੇ ਗੁਰਦੇਵ ਨੇ ਆਖਿਆ ਹੋ ਸਕਦੀ ਹੈ। ਕਿਵੇਂ ਹੋਵੇਗੀ? ਨਾਮ ਕਹਿਤ ਗੋਬਿੰਦ ਕਾ ਸੁੱਜੀ ਪਈ ਰਸਨਾ, ਜਦੋਂ ਪ੍ਰਭੂ ਦਾ ਸਿਮਰਨ ਕਰੇਗੀ ਰਸਨਾ ਸੁੱਜੀ ਹੋ ਜਾਏਗੀ, ਤੇ ਝੂਠੀ ਨਹੀਂ ਰਹੇਗੀ। ਆਉ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਕਰੋ ਅਰਦਾਸ ਕਿ ਸੱਚੇ ਪਾਤਸ਼ਾਹ ਸਾਨੂੰ ਇਕਾਗਰਤਾ ਬਖਸ਼ੋ, ਤੁਹਾਡੇ ਚਰਨਾਂ 'ਚ ਸਾਡੀ ਹਾਜ਼ਰੀ ਦਾ ਤੇ ਪ੍ਰਵਾਨ ਹੋ ਜਾਏ। ਮਨ ਹੀ ਮਨ ਅਰਦਾਸ ਕਰਦੇ ਦੋਵੇਂ ਹੱਥ ਜੋੜ ਕੇ ਚਕਾਓ ਸੀਸ, ਲਵਾ ਹਾਜ਼ਰੀ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਮਹਾਨ ਸਮਾਗਮ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਉਹਨਾਂ ਦੇ ਲਖਤੇ ਫਰਜੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਦਾ ਸਮਾਗਮ ਹੋ ਰਿਹਾ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਆਪ ਜੀ ਦੇ ਨਾਲ ਪਾਵਨ ਸ਼ਬਦਾਂ ਦੀ ਸਾਂਝ ਪਾ ਰਹੇ ਸਨ ਤੇ ਨਾਲ ਆਪ ਜੀ ਨੂੰ ਬੇਨਤੀ ਕਰਕੇ ਕਹਿੰਦੇ ਵੀ ਅੱਜ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਹੋ ਰਿਹਾ ਤੇ ਉਹਨਾਂ ਨੇ ਜ਼ਿਕਰ ਕੀਤਾ ਸਰਸਾ ਦੇ ਕਿਨਾਰੇ ਦਾ। ਮੈਨੂੰ ਹੁਕਮ ਹੋਇਆ ਪ੍ਰਬੰਧਕ ਵੀਰਾਂ ਵੱਲੋਂ, ਭਾਵੇਂ ਕਿ ਅੱਜ ਆਪਾਂ ਚਾਰੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾ ਰਹੇ ਹਾਂ, ਲੇਕਿਨ ਮੈਨੂੰ ਹੁਕਮ ਹੋਇਆ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਕਹਿਣ ਲੱਗੇ ਵੀ ਗਿਆਨ ਜੀ ਤੁਸੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪ੍ਰਸੰਗ ਸਾਂਝਾ ਕਰਨਾ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਰਸਾ ਦੇ ਕਿਨਾਰੇ ਬਿਰਾਜਮਾਨ ਨੇ ਆਪਣੀ ਆਪਣੀ ਮਨ ਬਿਰਤੀ ਕਰਿਓ, ਇਕਾਗਰ ਮਹਿਸੂਸ ਕਰਿਓ ਵੀ ਅਸੀਂ ਵੀ ਉੱਥੇ ਆ ਜਾਣਾ, ਹਾਜ਼ਰੀ ਦਾ ਤੇ ਲੱਗ ਜਾਏਗੀ। ਮਹਿਸੂਸ ਕਰਿਓ
ਕਿ ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਸਤਸਾ ਦੇ ਕਿਨਾਰੇ ਤੇ ਬੈਠੇ ਤੇ ਅਸੀਂ ਵੀ ਉਹਨਾਂ ਦੇ ਸਰਮੁਖ ਬੈਠੇ ਹਾਂ, ਕਿਉਂਕਿ ਬੰਦਾ ਸੁਰਤ ਕਰਕੇ ਬਹੁਤ ਲੰਬੀ ਸੈਰ ਕਰ ਸਕਦਾ, ਬੈਠਾ ਕਿਤੇ ਹੁੰਦਾ, ਮਨ ਕਰਕੇ ਉਡਾਰੀਆਂ ਕਿਤੇ ਮਾਰਦਾ ਹੈ। ਆਹ ਮਨ ਬਿਰਤੀ ਨੂੰ ਟਿਕਾਓ ਵਿੱਚ ਲਿਆਉਂਦਿਆਂ, ਇਕਾਗਰਤਾ ਬਖਸ਼ਦਿਆਂ ਆਪਣਾ ਧਿਆਨ ਕੇਂਦਰ ਕਰੋ ਸਰਸਾ ਦਾ ਕਿਨਾਰਾ। ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ, ਸਰਸਾ ਦੇ ਕਿਨਾਰੇ ਪਹੁੰਚੇ ਨੇ। ਵੈਰੀ ਦਲ ਕਸਮਾਂ ਭੁਲਾ ਕੇ ਮਗਰ ਚੜਿਆ ਆ ਰਿਹਾ ਹੈ, ਅੱਗੇ ਸਰਸਾ ਵਿੱਚ ਆਹੜ ਆਇਆ ਹੋਇਆ ਹੈ। ਛੇ ਔਰ ਸੱਤ ਪੋਹ ਦੀ ਦਰਮਿਆਨੀ ਰਾਤ 1761 ਵਿਕਰਮੀ, 20 ਔਰ 21 ਦਸੰਬਰ 1704 ਈਸਵੀ। ਮੈਂ ਦੋ ਤਰੀਕਾਂ ਤਾਂ ਤੁਹਾਡੇ ਸਾਹਮਣੇ ਰੱਖੀਆਂ ਨੇ ਕਿ ਸਾਡੇ ਬੱਚੇ ਕੀ ਸਾਡੇ ਨੌਜਵਾਨਾਂ ਨੂੰ ਵੀ ਦੇਸੀ ਮਹੀਨਿਆਂ ਦੇ ਨਾਂ ਭੁੱਲ ਚੁੱਕੇ ਨੇ, ਅਸੀਂ ਆਪਣੇ ਵਿਰਸੇ ਨਾਲ ਟੁੱਟ ਚੁੱਕੇ ਹਾਂ, ਤੇ ਜਿਹੜਾ ਮਾੜਾ ਮੋਟਾ ਜੁੜੇ ਸਭ ਟੁੱਟਦੇ ਜਾ ਰਹੇ ਹਾਂ। ਸਾਡਾ ਵਿਰਸਾ ਕੀ ਹੈ? ਜਨਮ ਮਹੀਨਿਆਂ ਦੀ ਮੁਤਾਬਕ ਬਾਬਲ ਦੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਪਾਵਨ ਬਾਣੀ ਵਿੱਚ ਬਾਣੀ ਉਚਾਰੀ ਹੈ, ਅਸੀਂ ਉਹਨਾਂ ਮਹੀਨਿਆਂ ਦੇ ਨਾਂ ਤੱਕ ਭੁੱਲਦੇ ਜਾ ਰਹੇ ਹਾਂ। ਆ ਸਾਡੇ ਛੋਟੇ ਛੋਟੇ ਬੱਚੇ ਬੈਠੇ ਨੇ, 3 ਸਾਲਾਂ ਦੇ ਬੱਚੇ ਨੂੰ ਪੁੱਛ ਕੇ ਵੇਖ ਲਓ, ਉਹਨੂੰ ਜਨਵਰੀ ਫਰਵਰੀ ਜਵਾਨੀ ਜਿੱਤੇ ਆ, ਜਿਹਦੇ ਨਾਲ ਸਾਡਾ ਸੰਬੰਧ ਕੋਈ ਨਹੀਂ। ਪਾਵਨ ਬਾਣੀ ਵਿੱਚ ਕਿਤੇ ਜਨਵਰੀ ਫਰਵਰੀ ਨਹੀਂ ਆਉਂਦੀ, ਲੇਕਿਨ ਸਾਡੇ ਬੱਚੇ ਨੂੰ ਜਵਾਨੀ ਯਾਦ ਹੈ। ਕਿ ਤਰੀਕਾ ਵਰਤਿਆ ਜਾ ਰਿਹਾ ਸਾਡੇ ਬੱਚਿਆਂ ਨੂੰ ਇਤਿਹਾਸ ਨਾਲੋਂ ਤੋੜਨ ਵਾਸਤੇ, ਕਿ ਆਪਣੇ ਵਿਰਸੇ ਨਾਲੋਂ ਬੱਚੇ ਟੁੱਟ ਜਾਣ। ਇੱਕ ਪ੍ਰਾਪੇ ਗੱਡਾ ਹੋ ਰਿਹਾ, ਇੱਕ ਸਾਜੇ ਸਾਜੀ ਜਾ ਰਹੀ ਹੈ, ਇੱਕ ਚਾਲ ਚੱਲੀ ਜਾ ਰਹੀ ਹੈ। ਕਦੇ ਵੀ ਆਪਾਂ ਯਤਨ ਨਹੀਂ ਕੀਤਾ ਕਿ ਸਾਡੇ ਬੱਚੇ ਆਪਣੇ ਵਿਰਸੇ ਨਾਲ ਜੁੜ ਜਾਣ। ਸਾਡਾ ਵੀ ਸਾਰਾ ਜ਼ੋਰ ਲੱਗਾ ਕਿ ਦੁਨਿਆਵੀ ਵਿੱਦਿਆ ਚਾਹੀਦੀ, ਠੀਕ ਹੈ, ਦੁਨਿਆਵੀ ਵਿੱਦਿਆ ਲਾਜ਼ਮੀ ਹੈ, ਲੇਕਿਨ ਇਹਦੇ ਨਾਲ ਨਾਲ ਧਰਮ ਦੀ ਵਿੱਦਿਆ ਵੀ ਲਾਜ਼ਮੀ ਹੈ। ਤੇ ਯਾਦ ਰੱਖੋ, ਜੇ ਧਰਮ ਨਾਲੋਂ ਆਪਣੇ ਵਿਰਸੇ ਨਾਲੋਂ ਗੁਰਬਾਣੀ ਨਾਲੋਂ ਟੁੱਟ ਗਏ, ਇਤਿਹਾਸ ਨਾਲ ਟੁੱਟ ਗਏ, ਤੇ ਟਾਣੀ ਨਾਲੋਂ ਟੁੱਟੇ ਹੋਏ ਫੁੱਲ ਵਰਗੀ ਹਾਲਤ ਹੋ ਜਾਏਗੀ। ਹੁਣ ਟਾਣੀ ਨਾਲੋਂ ਟੁੱਟਿਆ ਹੋਇਆ ਫੁੱਲ ਕਦੇ ਵੇਖਿਆ? ਆਪਾਂ ਨਗਰ ਕੀਰਤਨ ਸਜਾਉਂਦੇ ਹਾਂ ਤੇ ਬਹੁਤ ਸਾਰੇ ਫੁੱਲ ਲਿਆ ਕੇ ਸਜਾਵਟ ਕਰ ਦਿੰਦੇ ਹਾਂ, ਜਦੋਂ ਨਗਰ ਕੀਰਤਨ ਦੀ ਸਮਾਪਤੀ ਹੋ ਜਾਂਦੀ ਹੈ ਆਪਾਂ ਉਹਨਾਂ ਫੁੱਲਾਂ ਦਾ ਕੀ ਕਰਦੇ ਹਾਂ? ਸਿੱਖਿਆ ਮਿਲਦੀ ਹਰ ਦਸ ਵਿੱਚੋਂ, ਉਹ ਫੁੱਲ ਦਾ ਹਸ਼ਰ ਵੀ ਕੀਤਾ ਜਾਂਦਾ ਹੈ। ਉਹਨਾਂ ਫੁੱਲਾਂ ਨੂੰ ਪਾਲਕੀ ਸਾਹਿਬ ਦੇ ਨਾਲੋਂ ਲਾ ਕੇ ਭਾਵੇਂ ਆਪਾਂ ਕੁਝ ਦੇਰ ਬਾਅਦ ਦੇ ਗੁਣ ਘਰ ਵਿੱਚ ਉਹਨੂੰ ਰੱਖ ਲੈਂਦੇ ਹਾਂ, ਲੇਕਿਨ ਆਖਿਰਕਾਰ ਉਹਨਾਂ ਨੂੰ ਢੇਰ ਤੇ ਉਹਨਾਂ ਨੂੰ ਰੂੜੀ ਤੇ ਸੁੱਟ ਦਿੱਤਾ ਜਾਂਦਾ ਹੈ। ਜ਼ਿੰਦਗੀ ਸਮਾਪਤ ਹੋ ਗਈ। ਕਾਰਨ ਕੀ ਆ? ਟਹਿਣੀ ਨਾਲੋਂ ਟੁੱਟ ਗਿਆ, ਨਾਤਾ ਜੜ ਨਾਲੋਂ ਸਮਾਪਤ ਹੋ ਗਿਆ ਤੇ ਜ਼ਿੰਦਗੀ ਬਰਬਾਦ ਹੋ ਗਈ। ਤੇ ਸਾਡੀ ਜੜ ਹੈ ਗੁਰਬਾਣੀ, ਸਾਡੀ ਜੜ ਹੈ ਇਤਿਹਾਸ, ਸਾਡੀ ਜੜ ਹੈ ਸਾਡਾ ਵਿਰਸਾ, ਜਿਹਦੇ ਨਾਲੋਂ ਅਸੀਂ ਟੁੱਟਦੇ ਜਾ ਰਹੇ ਹਾਂ। ਆਪਣੇ ਵਿਰਸੇ ਨਾਲ ਆਪ ਜੁੜੋ ਤੇ ਆਪਣੇ ਬੱਚਿਆਂ ਨੂੰ ਜੁੜੋ। ਜੇ ਸਕੂਲ ਵਿੱਚ ਨਹੀਂ ਸਿਖਾਇਆ ਜਾਂਦਾ ਤੇ ਆਪਾਂ ਘਰ ਵਿੱਚ ਸਿਖਾ ਹੀ ਸਕਦੇ? ਤੇ ਸਾਡਾ ਸੰਬੰਧ ਕਿਹੜੇ ਮਹੀਨਿਆਂ ਦੇ ਨਾਲ? ਕਈ ਵਾਰੀ ਤਾਂ ਸੰਗਰਾਂਦ ਵਾਲੇ ਦਿਨ ਵੀ ਸਾਨੂੰ ਜਾ ਕੇ ਪੁੱਛਣਾ ਪੈਂਦਾ, ਗਿਆਨੀ ਜੀ ਅੱਜ ਕਿਹੜੇ ਮਹੀਨੇ ਦੀ ਰਮਤਾ ਹੋਈ ਹੈ? ਜਨਵਰੀ ਫਰਵਰੀ ਸਾਰਿਆਂ ਨੂੰ ਚੇਤੇ ਆ, ਚੇਤਰ ਵਿਸਾਖ ਸਾਰਿਆਂ ਨੂੰ ਭੁੱਲਿਆ ਹੋਇਆ। ਜਿਹਦੇ ਮੁਤਾਬਕ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਬਾਣੀ ਉਚਾਰੀ ਆ, ਬਹੁਤ ਲੱਗਦੀ। ਮੈਂ ਦੋਵੇਂ ਤਰੀਕਾਂ ਤਾਂ ਸਾਂਝੀਆਂ ਕਰ ਰਿਹਾ। ਵੈਸੇ ਆਪਾਂ ਕਹਿ ਦਿੱਤਾ ਵੀ ਕੈਲੰਡਰ ਸਾਡਾ ਨਹੀਂ, ਇਹ ਤੇ ਸਨਾਤਨੀਆਂ ਨੇ ਉਹਨਾਂ ਦੀ ਝੋਲੀ ਵਿੱਚ ਪਾ ਦਿੱਤਾ, ਲੇਕਿਨ ਤਵੱਜੋ ਦਿਓ, ਕਦੇ ਇਤਿਹਾਸ ਨੂੰ ਪੜ੍ਹਿਓ, ਕੈਲੰਡਰ ਸਾਡਾ ਆਪਣਾ ਹੀ ਹੈ। ਅਸੀਂ ਭਾਵੇਂ ਕਹਿ ਦਿੱਤਾ ਵੀ ਇਹ ਕੈਲੰਡਰ ਸਨਾਤਨ ਮਤ ਦਾ ਨਹੀਂ, ਹੁਣ ਜੇ ਇਤਿਹਾਸ ਨੂੰ ਪੜ੍ਹੋ ਕਦੇ, ਮੈਂ ਸਾਬਤ ਕਰ ਦੇਣਾ ਚਾਹੁੰਦਾ ਵੀ ਕੈਲੰਡਰ ਸਾਡਾ ਆਪਣਾ, ਜਿਹਨੂੰ ਬਿਕਰਮੀ ਸ਼ਬਦ ਕਹਿੰਦੇ ਹਾਂ। 4 ਕੈਲੰਡਰ ਨੇ ਸਾਡੇ ਸਾਹਮਣੇ ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ, ਇੱਕ ਸਾਨੀ ਸ਼੍ਰੀ, ਇੱਕ ਬਿਕਰਮੀ ਸੰਮਤ, ਇੱਕ ਹਿਜਰੀ, ਤੇ ਇੱਕ ਹੈ ਨਾਨਕ ਸ਼ਾਹੀ ਕੈਲੰਡਰ। ਤੇ ਸਾਡੀ ਤਰਾਸਦੀ ਆਪਾਂ ਨਾਨਕ ਸ਼ਾਹੀ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਸਕਦੇ। ਸ਼ੌਕ ਕਿੰਨੂੰ ਪਰੰਤੂ ਉੱਠ ਪਿਆ, ਤੇ ਬਿਕਰਮੀ ਸ਼ਬਦ ਸਾਡਾ ਆਪਣਾ ਕੈਲੰਡਰ ਅਸੀਂ ਬਗਾਨਿਆਂ ਦੀ ਝੋਲੀ ਚ ਪਾ ਦਿੱਤਾ,
ਤੇ ਜਿਹਦੇ ਨਾਲ ਸਾਡਾ ਦੂਰ ਤੱਕ ਵਾਹ ਵਾਸਤਾ ਨਿਸ਼ਾਨੀ ਇਸ਼ਕੀ ਦੇ ਨਾਲ ਉਹਦੇ ਨਾਲ ਅਸੀਂ ਜੁੜ ਗਏ। ਮੁਸਲਮਾਨ ਧਰਮ ਨੂੰ ਪੜ੍ਹ ਕੇ ਵੇਖਦੇ ਹੋ, ਉਹ ਜਿੰਨੇ ਵੀ ਆਪਣੇ ਜ਼ਿੰਦਗੀ ਦੇ ਕੰਮ ਕਰਦੇ ਨੇ ਆਪਣੇ ਹਿਜਰੀ ਕੈਲੰਡਰ ਮੁਤਾਬਕ ਕਰਦੇ ਨੇ, ਉਹ ਸਨ ਈਸਵੀ ਨੂੰ ਨਹੀਂ ਮੰਨਦੇ, ਉਹ ਜ਼ਿੰਦਗੀ ਦੇ ਕਰਮ ਸਨ ਈਸਵੀ ਮੁਤਾਬਕ ਨਹੀਂ ਕਰਦੇ, ਉਹ ਹਿਜਰੀ ਮੁਤਾਬਕ ਕਰਦੇ ਨੇ। ਇਹਨਾਂ ਕੈਲੰਡਰ ਦੇ ਨਾਮਾਂ ਤੋਂ ਸਾਬਤ ਹੋ ਜਾਂਦਾ ਵੀ ਕੈਲੰਡਰ ਕਿਹੜੇ ਧਰਮ ਦੇ ਨਾਲ ਸੰਬੰਧ ਰੱਖਦਾ। ਹੁਣ ਤਵੱਜੋ ਦਿਓ, ਜਿਹੜਾ ਬਿਕਰਮੀ ਸੰਮਤ ਹੈ ਇਹ ਸਾਡਾ ਆਪਣਾ ਕੈਲੰਡਰ ਹੈ, ਜਿਹਦਾ ਨਾਮ ਬਿਕਰਮੀ ਸੰਮਤ ਹੈ। ਰਾਜਾ ਬਿਕਰਮਾਦਿੱਤ ਦੇ ਜਨਮ ਦੇ ਨਾਲ ਸ਼ੁਰੂ ਹੋਇਆ, ਪੰਜਾਬ ਦੀ ਧਰਤੀ ਦਾ ਬਲਸ਼ਾਲੀ ਰਾਜਾ ਹੋਇਆ ਰਾਜਾ ਬਿਕਰਮਾਦਿੱਤ, ਉਹਦਾ ਪੁੱਤਰ ਹੋਇਆ ਸਲ, ਸਲ ਦਾ ਪੁੱਤਰ ਸਲਵਾਨ, ਤੇ ਸਲਵਾਨ ਦਾ ਪੁੱਤਰ ਹੋਇਆ ਪੂਰਨ ਭਗਤ ਤੇ ਰਾਜਾ ਰਸਾਲੂ। ਅਸੀਂ ਇਹ ਇਤਿਹਾਸ ਨਾ ਪੜ੍ਹਿਆ ਨਾ ਵਾਜਿਆ, ਫਤਵਾ ਦੇ ਦਿੰਦਾ ਵੀ ਕੈਲੰਡਰ ਸਾਡਾ ਆਪਣਾ ਨਹੀਂ। ਰਾਜੇ ਸਲਵਾਨ ਦਾ ਪੁੱਤਰ ਹੋਇਆ ਪੂਰਨ ਭਗਤ ਤੇ ਰਾਜਾ ਰਸਾਲੂ, ਤੇ ਰਾਜੇ ਰਸਾਲੂ ਦੇ 16 ਪੁੱਤਰ ਹੋਏ, ਵੱਡਾ ਸੀ ਸ਼ਹਿਰ ਸਰਪੰਚ, ਸ਼ਹਿਰ ਸਰਪੰਚ ਦਾ ਪੁੱਤਰ ਹੋਇਆ ਸੁਹਾਗਾ, ਤੇ ਸੁਹਾਗੇ ਦਾ ਪੁੱਤਰ ਹੋਇਆ ਚੌਧਰੀ ਤਖਤ ਮੱਲ, ਚੌਧਰੀ ਤਖਤ ਮੱਲ ਦਾ ਪੁੱਤਰ ਹੋਇਆ ਚੌਧਰੀ ਭਾਗ ਮੱਲ, ਚੌਧਰੀ ਭਾਗ ਮੱਲ ਦਾ ਪੁੱਤਰ ਜਥੇਦਾਰ ਬੁੱਢਾ ਸਿੰਘ, ਤੇ ਜਥੇਦਾਰ ਬੁੱਢਾ ਸਿੰਘ ਦਾ ਪੁੱਤਰ ਹੈ ਸਰਦਾਰ ਨੌਤ ਸਿੰਘ, ਤੇ ਸਰਦਾਰ ਨੌਤ ਸਿੰਘ ਦਾ ਸਪੁੱਤਰ ਹੈ ਸਰਦਾਰ ਜਗ ਸਿੰਘ, ਸ਼ੁਕਰ ਚੱਕੀਆ ਮਿਸਲਾ ਜਥੇਦਾਰ, ਔਰ ਸਰਦਾਰ ਜਗ ਸਿੰਘ ਦਾ ਸਪੁੱਤਰ ਸਰਦਾਰ ਮਹਾਂ ਸਿੰਘ, ਤੇ ਮਹਾਂ ਸਿੰਘ ਦਾ ਪੁੱਤਰ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਹਨੇ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਕਾਇਮ ਕੀਤਾ, ਜਿਹਨੇ ਖਾਲਸਾ ਰਾਜ ਦੀਆਂ ਮਰਿਆਦਾ ਰੱਖੀਆਂ। ਹੁਣ ਦੱਸੋ ਵੀ ਕੈਲੰਡਰ ਸਾਡਾ ਆਪਣਾ ਕਿ ਬਗਾਨਿਆਂ ਦਾ? ਜਿਹਨਾਂ ਨੇ ਖਾਲਸਾ ਰਾਜ ਕਾਇਮ ਕੀਤਾ ਉਹਨਾਂ ਦੇ ਵੱਡੇ ਵਡੇਰਿਆਂ ਦੇ ਨਾਮ ਤੇ ਕੈਲੰਡਰ ਹੈ, ਤੇ ਅਸੀਂ ਆਖਿਆ ਸਾਡਾ ਨਹੀਂ, ਅਸੀਂ ਚੁੱਕ ਕੇ ਸਨਾਤਨੀਆਂ ਦੀ ਝੋਲੀ ਵਿੱਚ ਪਾ ਦਿੱਤਾ, ਨਹੀਂ, ਕੈਲੰਡਰ ਸਾਡਾ ਆਪਣਾ। ਲੇਕਿਨ ਅਸੀਂ ਨਾ ਇਤਿਹਾਸ ਪੜਿਆ ਤੇ ਫਤਵਾ ਦੇ ਦਿੱਤਾ ਵੀ ਇਹ ਸਾਡਾ ਆਪਣਾ ਨਹੀਂ। ਮੈਂ ਦੋਵੇਂ ਤਰੀਕਾ ਤਾਂ ਸਾਂਝੀਆਂ ਕਰ ਰਿਹਾ ਵੀ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ। 6 ਔਰ 7 ਪੋਹ ਦੀ ਰਾਤ 20 ਔਰ 21 ਦਸੰਬਰ 1704 ਈਸਵੀ 1762 ਬਿਕਰਮੀ ਗੁਰਦੇਵ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ, ਸਰਸਾ ਦੇ ਕਿਨਾਰੇ ਆਏ। 7 ਪੋਹ ਦਾ ਅੰਮ੍ਰਿਤ ਵੇਲਾ, ਨਗਾਰੇ ਵਾਲੇ ਸਿੰਘ ਨੇ ਨਗਾਰੇ ਤੇ ਚੋਟ ਲਾਈ ਆ, ਗੁਰਦੇਵ ਨੇ ਪੁੱਛਿਆ ਕਿ ਅੰਮ੍ਰਿਤ ਵੇਲਾ ਹੋ ਗਿਆ? ਕਹਿਣ ਲੱਗੇ ਹਾਂ ਹਜ਼ੂਰ ਅੰਮ੍ਰਿਤ ਵੇਲਾ ਹੋ ਗਿਆ। ਤੇ ਗੁਰਦੇਵ ਨੇ ਆਖਿਆ ਇੱਥੇ ਆਸਾ ਦੀ ਵਾਰ ਦਾ ਕੀਰਤਨ ਹੋਵੇਗਾ। ਹੁਣ ਸਾਡੇ ਕੋਲ ਨਾ ਤੇ ਅੰਮ੍ਰਿਤ ਵੇਲਾ ਰਿਹਾ ਤੇ ਨਾ ਆਸਾ ਦੀ ਵਾਰ ਰਹੀ, ਸਾਡੇ ਕੋਲ ਦੋਵੇਂ ਖੁਸ਼ ਗਏ, ਅਸੀਂ ਕੁੜਦੇ ਜਾ ਰਹੇ ਹਾਂ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਹੁਕਮ ਕਰ ਦਿੱਤਾ ਇੱਥੇ ਆਸੇ ਦੀ ਵਾਰ ਦਾ ਕੀਰਤਨ ਹੋਵੇਗਾ। ਸਿੰਘਾਂ ਨੇ ਆਸਣ ਵਿਛਾਇਆ, ਗੁਰਦੇਵ ਪਾਤਸ਼ਾਹ ਮਹਾਰਾਜ ਚੌਂਕੜਾ ਮਾਰ ਕੇ ਬੈਠੇ ਨੇ। ਦੇਖੋ ਕਹਿਰਾਂ ਦੀ ਸ਼ਰਦੀ ਪੈ ਰਹੀ ਹੈ, ਪੋਹ ਦਾ ਮਹੀਨਾ, ਬਰਸਾਤ ਹੋ ਰਹੀ ਹੈ, ਬੱਦਲ ਗਰਜ ਰਹੇ ਆ, ਕੜੀਆਂ ਪੈ ਰਹੀਆਂ ਨੇ, ਬਿਜਲੀ ਚਮਕ ਰਹੀ ਹੈ, ਤੇ ਖੁੱਲੇ ਅਸਮਾਨ ਥੱਲੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਸਰਸਾ ਦੇ ਕਿਨਾਰੇ ਆਸਣ ਲਾ ਕੇ ਬੈਠੇ। ਸਿੰਘਾਂ ਨੇ ਸ਼ੀਸ਼ ਤੇ ਚੰਦੋਆ ਤਾਣ ਦਿੱਤਾ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਆਪ ਆਪਣੇ ਹੱਥੀਂ ਸ਼ਰਨ ਦਾ ਪਕੜ ਲਿਆ। ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰਨ ਲੱਗੇ ਨੇ, ਇੱਕ ਸਿੰਘ ਆ ਗਿਆ, ਨਮਸਕਾਰ ਕੀਤੀ ਹੈ, ਕਹਿੰਦਾ ਸੱਚੇ ਪਾਤਸ਼ਾਹ ਵੈਰੀ ਦਲ ਬਹੁਤ ਨਜ਼ਦੀਕ ਆ ਗਿਆ, ਹੋਵੇ ਨਾ ਆਸਾ ਦੀ ਵਾਰ ਦਾ ਭੋਗ ਪੈਣ ਤੋਂ ਪਹਿਲਾਂ ਵੈਰੀ ਦਲ ਹਮਲਾਵਰ ਹੋ ਜਾਏ, ਕੀ ਕਰਨਾ ਚਾਹੀਦਾ? ਤੇ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਬੈਠੇ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ। ਗੁਰਦੇਵ ਨੇ ਇਸ਼ਾਰਾ ਕੀਤਾ, ਕਹਿਣ ਲੱਗੇ ਬੇਟਾ ਆਪਣਾ ਜੱਥਾ ਲੈ ਕੇ ਵੈਰੀ ਦਲ ਦੇ ਟਾਕਰੇ ਵਾਸਤੇ ਜਾਓ। ਸਿੰਘ ਤੇ ਹੋਰ ਵੀ ਬੈਠੇ ਸਨ, ਲੇਕਿਨ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਪੁੱਤਰਾਂ ਨਾਲੋਂ ਆਪਣੇ ਸਿੰਘਾਂ ਨੂੰ ਜ਼ਿਆਦਾ ਪਿਆਰ ਕਰਦੇ, ਕਿਸੇ ਸਿੰਘ ਨੂੰ ਇਸ਼ਾਰਾ ਨਹੀਂ ਕੀਤਾ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਇਸ਼ਾਰਾ ਕੀਤਾ। ਤੇ ਗੁਰਦੇਵ ਜਾਣਦੇ ਨੇ ਬੇਔਰਮੀ ਫੌਜ ਜਿਹੜੀ ਆ ਰਹੀ ਹੈ, ਮਲਖਈਆ ਜਿਹੜੇ ਆ ਰਿਹਾ, ਲੇਕਿਨ ਸੱਜੇ ਪਾਤਸ਼ਾਹ ਮਹਾਰਾਜ ਨੇ ਆਖਿਆ ਬੇਟਾ ਆਪਣਾ ਜੱਥਾ ਲੈ ਕੇ ਵੈਰੀ ਦਲ ਦੇ ਟਾਕਰੇ ਵਾਸਤੇ ਜਾਓ, ਨਾਲ ਇੱਕ ਹੁਕਮ ਕੀਤਾ ਭਾਈ ਜਿੰਨੀ ਦੇਰ ਆਸਾ ਦੀ ਵਾਰ ਦਾ ਭੋਗ ਨਹੀਂ ਪੈਂਦਾ ਵੈਰੀ ਦਲ ਨੇੜੇ ਨਹੀਂ ਆਉਣਾ ਚਾਹੀਦਾ।
ਇਕਾਗੀ ਦਾ ਪਾਠ ਬਣਾ ਦੇ ਹੁਕਮ ਕੀਤਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਪਚੱਤਰ ਸਿੰਘ, ਭਾਈ ਉਦੈ ਸਿੰਘ, ਭਾਈ ਆਲਮ ਸਿੰਘ ਨੱਚਣਾ, ਤੇ ਇੱਥੇ ਇੱਕ ਬੀਬੀ ਦਾ ਜ਼ਿਕਰ ਆਉਂਦਾ, ਬੀਬੀ ਵਿਖਾ ਸਿੰਘ, ਭਾਈ ਸਾਹਿਬ ਭਾਈ ਬੱਜਰ ਸਿੰਘ, ਇਹ ਕਲਗੀ ਦਰਬਾਰ ਚ ਮਹਾਰਾਜ ਦੇ ਸ਼ਸਤਰ ਵਿਦਿਆ ਦੇ ਉਸਤਾਦ, ਤੇ ਉਹਨਾਂ ਦੀ ਸ਼ਪੁੱਤਰੀ ਆ ਬੀਬੀ ਵਿਖਾ ਸਿੰਘ। ਅੱਜ ਆਪਾਂ ਕਹਿੰਦੇ ਹਾਂ ਕਿ ਆਪਣੀਆਂ ਬੱਚਿਆਂ ਨੂੰ ਗੱਤਕੇ ਦੀ ਵਿਦਿਆ ਸਿਖਾਉਣੀ ਚਾਹੀਦੀ ਆ, ਮਾਸਰ ਆਦ ਸਿਖਾਉਣਾ ਚਾਹੀਦਾ, ਲੇਕਿਨ ਧੰਨ ਕਲਗੀ ਦਰਬਾਰ ਚ ਮਹਾਰਾਜ, ਉਹਨਾਂ ਦੇ ਉਸਤਾਦ ਸ਼ਸਤਰ ਵਿਦਿਆ ਦੇ ਭਾਈ ਬੱਜਰ ਸਿੰਘ ਉਸ ਵੇਲੇ ਆਪਣੀ ਬੱਚੀ ਨੂੰ ਗੱਤਕਾ ਸਿਖਾਉਂਦੇ ਨੇ, ਉਸ ਵੇਲੇ ਸ਼ਸਤਰਾਂ ਦੀ ਟ੍ਰੇਨਿੰਗ ਦਿੰਦੇ ਨੇ, ਤੇ ਕਲਗੀ ਦਰਬਾਰ ਚ ਮਹਾਰਾਜ ਵੱਡੇ ਭੈਣ ਜੀ ਕਹਿ ਕੇ ਸਤਿਕਾਰ ਕਰਦੇ ਨੇ। ਭਾਈ ਆਲਮ ਸਿੰਘ ਨੰਜਣਾ ਦੇ ਨਾਲ ਬੀਬੀ ਵਿਖਾ ਸਿੰਘ ਦਾ ਆਨੰਦ ਕਾਰਜ ਕਲਗੀ ਦਰਬਾਰ ਸਿੰਘ ਮਹਾਰਾਜ ਨੇ ਆਪ ਕਰਾਇਆ, ਤੇ ਇਸ ਮੈਦਾਨੇ ਜੰਗ ਦੋਵੇਂ ਜੀ ਪਤੀ ਪਤਨੀ ਆਪੋ ਆਪਣਾ ਜੱਥਾ ਲੈ ਕੇ ਵੈਰੀ ਦਲ ਦੇ ਟਾਕਰੇ ਵਾਸਤੇ ਪਏ। ਇੱਥੇ ਬੀਬੀ ਵਿਖਾ ਸਿੰਘ ਸ਼ਹੀਦ ਹੁੰਦੇ ਨੇ, ਸਾਡੇ ਬਹੁਤ ਸਾਰੇ ਸ਼ਹੀਦ ਨੇ ਜਿਹੜੇ ਅੰਨ ਗਾਉਣੇ ਰਹਿ ਗਏ, ਜਿਹਨਾਂ ਦੇ ਵਿਚਾਰ ਨਹੀਂ ਹੋਏ, ਜਿਹਨਾਂ ਦਾ ਨਾਮ ਤੱਕ ਸਾਹਮਣੇ ਨਹੀਂ ਆਇਆ। ਕਹਿਣਾ ਦਾ ਜੰਗ ਹੋਇਆ, ਸਤਿਗੁਰ ਕਲਗੀ ਦਰਬਾਰ ਚ ਮਹਾਰਾਜ ਨੇ ਆਸਾ ਦੀ ਵਾਰ ਦਾ ਭੋਗ ਪਾਇਆ। ਕਹਿਣ ਲੱਗੇ ਖਾਲਸਾ ਜੀ ਘੋੜੇ ਸਰਸਾ ਵਿੱਚ ਫੇਲ ਦਿੱਤੇ ਜਾਣ, ਤੇ ਇੱਥੇ ਗੁਰਦੇਵ ਪਾਤਸ਼ਾਹ ਮਹਾਰਾਜ ਦਾ ਪਰਿਵਾਰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ। ਉਹ ਚਾਰ ਹਿੱਸੇ ਕਿਹੜੇ ਕਿਹੜੇ ਨੇ? ਬਹੁਤੇ ਵਿਦਵਾਨਾਂ ਪ੍ਰਚਾਰਕਾਂ ਆਖਿਆ ਵੀ ਤਿੰਨ ਹਿੱਸੇ ਵੰਡੇ ਨੇ, ਨਹੀਂ ਕਦੇ ਤਵੱਜੋ ਦਿਓ, ਗੁਰਦੇਵ ਦੇ ਪਰਿਵਾਰ ਦੇ ਚਾਰ ਹਿੱਸੇ ਹੋ ਗਏ ਸਰਸਾ ਦੇ ਕਿਨਾਰੇ। ਪਹਿਲਾ ਹਿੱਸਾ ਕਲਗੀ ਪਾਤਸ਼ਾਹ ਮਹਾਰਾਜ ਤੋਂ ਵੱਡੇ ਸਾਹਿਬਜ਼ਾਦੇ ਤੇ ਨਾਲ ਮੁੱਠੀਪਰ ਸਿੰਘ ਜਿਹੜੇ ਸਰਸਾ ਨੂੰ ਪਾਰ ਕਰਕੇ ਰੋਪੜ ਵੱਲ ਚਲੇ ਗਏ ਤੇ ਅੱਗੇ ਚਮਕੌਰ ਨੂੰ ਨਿਕਲ ਗਏ। ਇਹ ਪਰਿਵਾਰ ਦਾ ਇੱਕ ਹਿੱਸਾ। ਪਰਿਵਾਰ ਦਾ ਦੂਸਰਾ ਹਿੱਸਾ ਗੁਰੂ ਕੇ ਮਹਿਲ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਦੇ ਨਾਲ ਦਿੱਲੀ ਵੱਲ ਚਲੇ ਗਏ ਤੇ ਭਾਈ ਜਵਾਹਰ ਸਿੰਘ ਅਰੋੜੇ ਦੇ ਘਰ ਜਾ ਕੇ ਰਹੇ। ਇਹ ਪਰਿਵਾਰ ਦਾ ਦੂਸਰਾ ਹਿੱਸਾ। ਤੇ ਪਰਿਵਾਰ ਦਾ ਤੀਸਰਾ ਹਿੱਸਾ ਸਤਿਕਾਰਯੋਗ ਬਜ਼ੁਰਗ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਸਰਸਾ ਨੂੰ ਪਾਰ ਤੇ ਕਰਨ, ਲੇਕਿਨ ਸਾਰੇ ਪਰਿਵਾਰ ਨਾਲ ਵਿਛੜ ਗਏ। ਇਹ ਪਰਿਵਾਰ ਦੇ ਤਿੰਨ ਹਿੱਸੇ। ਤੇ ਹੁਣ ਸਵਾਲ ਪੈਦਾ ਹੁੰਦਾ, ਪਰਿਵਾਰ ਦਾ ਚੌਥਾ ਹਿੱਸਾ ਕਿਹੜਾ ਬਚਿਆ? ਪਰਿਵਾਰ ਦਾ ਚੌਥਾ ਹਿੱਸਾ ਜਿਹੜਾ ਤੁਸੀਂ ਬੈਠੇ ਹੋ, ਜਿਹਨਾਂ ਵੱਲ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਉਮਰ ਕਰਕੇ ਆਖਿਆ, ਇਹਨ ਪੁੱਤਰਨ ਕੇ ਸੀਸ ਮਰ, ਬਾਹਰ ਦੀਏ ਸ਼ੁੱਧ ਚਾਰ, ਚਾਰ ਮੂਹੇ ਤੋਂ ਗਿਆ ਹੋਇਆ ਜੀਵਤ ਕਈ ਹਜ਼ਾਰ। ਜਿਹਨਾਂ ਨੂੰ ਕਲਗੀ ਦਰਬਾਰ ਚ ਮਹਾਰਾਜ ਨੇ ਆਪਣਾ ਖਾਸ ਰੂਪ ਆਖਿਆ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੋਹਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਪੈਜ ਬਿੰਦ, ਖਾਲਸਾ ਮੇਰੋ ਵਿੱਚ ਸ਼ਹਿਰ ਦਾ ਹਾਂ ਖਾਲਸੇ ਦਾ, ਖਾਲਸਾ ਮੇਰੋ ਪੋਤ ਪੋਤ ਸਾਗਰ ਬੰਦੇਰੋ, ਜਾਵਾ ਰੰਜਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਕਿਉ ਮੈਂ ਸਾਰਾ, ਜਬ ਕਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਤੇ ਗੁਰਦੇਵ ਨੇ ਆਖਿਆ ਨਾ ਸਾਰਾ ਤੇਜ ਆ, ਕਹਿੰਦੇ ਤੇਜ ਦਿੱਤਾ ਵੀ ਹੈ, ਜਿੰਨੀ ਦੇਰ ਖਾਲਸਾ ਨਾਰਿਆ ਰਿਹਾ ਗੁਰਦੇਵ ਨੇ ਆਪਣੇ ਨਿਆਰੇ ਖਾਲਸੇ ਨੂੰ ਸਾਰਾ ਤੇਜ ਦਿੱਤਾ। ਬਾਬਾ ਪਚੱਤਰ ਸਿੰਘ ਸਾਹਿਬ ਹਾਥੀ ਦਾ ਮੱਥਾ ਵਿੰਦੇ ਨੇ, ਸੱਤ ਤਵੀਆਂ ਵਿੰਦੀਆਂ ਹੋਈਆਂ ਨੇ, ਤੇ ਸਾਢੇ ਕੁ 5 ਫੁੱਟ ਕੱਦ ਹੈ ਬਾਬਾ ਪਚੱਤਰ ਸਿੰਘ ਸਾਹਿਬ ਦਾ, ਬਹੁਤ ਵੱਡਾ ਡੀਲ ਡੋਲ ਨਹੀਂ, ਹਾਥੀ ਦਾ ਮੱਥਾ ਵਿੰਦੇ ਨੇ, ਤੇਜ ਕਿਹਦਾ? ਇਹ ਕਲਗੀ ਦਰਬਾਰ ਸਿੰਘ ਮਹਾਰਾਜ ਦਾ ਤੇਜ ਹੈ, ਨਹੀਂ ਤੇ 5.5 ਫੁੱਟ ਦਾ ਬੰਦਾ ਤੁਹਾਨੂੰ ਪਤਾ ਵੀ ਕਿੰਨੀ ਕੁ ਛਾਲ ਮਾਰ ਸਕਦਾ। ਇਹ ਸਾਰਾ ਤੇਜ ਕਲਗੀ ਦਰਬਾਰ ਸਿੰਘ ਮਹਾਰਾਜ ਦਾ। ਭਾਈ ਸਾਹਿਬ ਭਾਈ ਮਨੀ ਸਿੰਘ ਦੱਸ ਕੇ ਬੰਦ ਬੰਦ ਕਢਵਾ ਰਹੇ ਨੇ, ਤੇਜ ਕਿਹਦਾ? ਕਲਗੀ ਦਰਬਾਰ ਸਿੰਘ ਮਹਾਰਾਜ ਦਾ। ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਜਾ ਰਹੀ ਹੈ, ਔਰ 22 ਦਿਨ ਲੱਥੀ ਖੋਪੜੀ ਤੇ ਜਿੰਦਾ ਰਹਿੰਦੇ ਨੇ, ਇਹ ਤੇਜ ਕਿਹਦਾ? ਕਲਗੀ ਦਰਬਾਰ ਸਿੰਘ ਮਹਾਰਾਜ ਦਾ ਤੇਜ ਹੈ। ਭਾਈ ਸ਼ਾਹਬਾਜ ਸਿੰਘ, ਭਾਈ ਸੁਵੇਖ ਸਿੰਘ ਝਲਖੜੀ ਤੇ ਚੜੇ ਜਾ ਰਹੇ ਨੇ, ਤੇ ਉਹ ਤੱਕ ਨਹੀਂ ਕਰਦੇ, ਸੀ ਤੱਕ ਨਹੀਂ ਕਰਦੇ, ਤੇਜ ਕਿਹਦਾ? ਕਲਗੀ ਦਰਬਾਰ ਸਿੰਘ ਮਹਾਰਾਜ ਦਾ ਤੇਜ ਹੈ। ਗੁਰਦੇਵ ਨੇ ਆਖਿਆ ਜਬ ਲਗ ਖਾਲਸਾ ਰਹੇ ਨਿਆਰਾ,
ਤਬਲਾ ਗੰਦੇਜ ਦਿਓ ਮੈਂ ਸਾਰਾ। ਇਹ ਪਰਿਵਾਰ ਦਾ ਚੌਥਾ ਹਿੱਸਾ ਪੰਥ ਖਾਲਸਾ ਜਿਹੜਾ ਇੱਥੇ ਸ਼ਹੀਦ ਹੋ ਗਿਆ, ਜਿਹੜਾ ਸਰਸਾ ਵਿੱਚ ਰੁੜ ਗਿਆ, ਜਿਹੜਾ ਜ਼ਖਮੀ ਹੋ ਗਿਆ ਤੇ ਅਲੱਗ ਅਲੱਗ ਥਾਵਾਂ ਤੇ ਜਾ ਕੇ ਸ਼ਹੀਦ ਹੋਇਆ, ਪਰਿਵਾਰ ਦਾ ਚੌਥਾ ਹਿੱਸਾ ਜਦੋਂ ਗੁਰਦੇਵ ਪਾਤ ਸਿੰਘ ਮਹਾਰਾਜ ਨੇ ਆਪਣਾ ਨਾਦੀ ਪੁੱਤ ਰੱਖਿਆ। ਗੁਰੂ ਪਰਿਵਾਰ ਦਾ ਸਰਸਾ ਤੇ ਪਿਆ ਪਿਛੋੜਾ, ਕੀਤੇ ਨੇ ਖੇਰੂ ਖੇਰੂ ਸਮੇਂ ਦੀ ਮਾਰ ਨੇ, ਸਮੇਂ ਦੇ ਨਾਲ ਜਿਨ੍ਹਾਂ ਨੇ ਦੁਖੜੇ ਸਹਾਰ ਨੇ, ਸਮੇਂ ਦੇ ਨਾਲ ਜਿਨ੍ਹਾਂ ਨੇ ਤਰਸ ਨਾ ਕੀਤਾ, ਭਾਬੀ ਨੇ ਤਰਸ ਨਾ ਕੀਤਾ, ਭਾਣਾ ਕਰਤਾਰ ਦਾ ਸਰਸਾ ਤੇ ਪਿਆ ਪਿਛੋੜਾ, ਗੁਰੂ ਪਰਿਵਾਰ ਦਾ ਸਰਸਾ ਤੇ ਪਿਆ ਪਿਛੋੜਾ, ਹੋ ਗਏ ਬਖ ਮਹਿਲਾਂ ਨਾਲੋ ਗੁਰੂ ਦਸਮੇਸ਼ ਜੀ, ਸੰਤਾਨ ਹੋ ਗਏ ਸ਼ਾਹ ਤੋਂ ਦਰਵੇਸ਼ ਜੀ, ਬਿਖੜਾ ਏ ਪੈਂਡਾ ਅੱਜ ਤੋਂ ਜੰਗ ਦੇ ਅਸਵਾਰ ਦਾ ਸਰਸਾ ਤੇ ਪਿਆ ਪਿਛੋੜਾ, ਗੁਰੂ ਪਰਿਵਾਰ ਦਾ ਸਰਸਾ ਤੇ ਪਿਆ ਪਿਛੋੜਾ, ਕਿਸੇ ਪਾਸੇ ਥੋੜਾ ਕਿਸੇ ਪਾਸੇ ਤੁਰਦਾ ਸ਼ੇਰ ਦਿੱਤੀ ਜੰਗ ਰਾਤ ਵੇਲੇ, ਤੋੜਾ ਕਿਸੇ ਪਾਸੇ ਮੋੜਾ ਕਿਸੇ ਪਾਸੇ, ਬੜਾ ਸਿੰਘਾਂ ਦਾ ਜਥਾ ਨਖੇੜ ਦਿੱਤਾ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ, ਉਹ ਸਾਬਰ ਸੋਹਣੇ ਸੁਰੱਖਿਆ ਬੱਚਿਆਂ ਦਾ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹੁਕਮ ਨਾਲ ਖਾਲਸਾ ਨੇ ਸਰਸਾ ਨਦੀ ਨੂੰ ਪਾਰ ਕੀਤਾ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਆਪ ਰੋਪੜ ਵੱਲ ਚਲੇ ਗਏ, ਵੱਡੇ ਸਾਹਿਬਜ਼ਾਦੇ ਨਾਲ ਨੇ, ਸਿੰਘ ਨਾਲ ਨੇ ਤੇ ਸਤਿਕਾਰਯੋਗ ਬਜ਼ੁਰਗ ਮਾਤਾ ਛੋਟੇ ਸਾਹਿਬਜ਼ਾਦੇ ਸਾਰੇ ਪਰਿਵਾਰ ਨਾਲੋਂ ਪਿੱਛੇ ਗਏ, ਸਰਸਾ ਦੇ ਗੋਡੇ ਗੋਡੇ ਪਾਣੀ ਵਿੱਚ ਤੁਰੇ ਜਾ ਰਹੇ ਨੇ ਤੇ ਇੱਕ ਉਂਗਲ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੇ ਪੱਕੀ ਹੋਈ ਹੈ ਦਾਦੀ ਮਾਂ ਦੀ ਤੇ ਦੂਸਰੇ ਪਾਸੇ ਹੱਥ ਪਕੜਿਆ ਹੋਇਆ ਬਾਬਾ ਜ਼ੋਰਾਵਰ ਸਿੰਘ ਨੇ ਤੁਰੇ ਤੁਰੇ ਜਾਂਦੇ, ਪੋਤਰੇ ਆਪਣੀ ਦਾਦੀ ਨੂੰ ਸਵਾਲ ਕਰ ਰਹੇ, ਦਾਦੀ ਮਾਂ ਅਸੀਂ ਕਿੱਧਰ ਜਾ ਰਹੇ ਹਾਂ, ਸਾਡੇ ਪਿਤਾ ਜੀ ਕਿੱਥੇ ਨੇ, ਸਾਡੇ ਵੱਡੇ ਵੀਰ ਕਿੱਥੇ ਨੇ, ਭਾਈ ਚੋਪਰ ਸਿੰਘ ਕਿੱਥੇ ਹੈ, ਸਾਡਾ ਖਿਡਾਵਾ ਕਿੱਥੇ ਹੈ, ਤੇ ਦਾਦੀ ਮਾਂ ਉਹਨਾਂ ਸਵਾਲਾਂ ਦਾ ਜਵਾਬ ਦਿੰਦੇ ਜਾ ਰਹੇ ਨੇ। ਕਹਿ ਲੱਗੇ ਬੱਚਿਓ ਘਬਰਾਓ ਨਾ, ਆਪਾਂ ਛੇਤੀ ਹੀ ਆਪਣੇ ਪਰਿਵਾਰ ਨੂੰ ਮਿਲਾਂਗੇ। ਇੱਕ ਪਾਸੇ ਪੋਤਰੇ ਸਵਾਲ ਕਰਦੇ ਨੇ ਤੇ ਦਾਦੀ ਮਾਂ ਆਪਣੇ ਪੋਤਰਿਆਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਨੇ। ਉਸ ਵੇਲੇ ਸਿੰਘ ਨੂੰ ਤੁਹਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਗਏ। ਸਰਸਾ ਦੇ ਕਿਨਾਰੇ
Yeah.
ਹੁਣ ਤੇ ਮੌਸਮ ਵਿੱਚ ਬੜੀ ਤਬਦੀਲੀ ਆ ਗਈ ਹੈ ਕਿ ਠੰਡ ਬਹੁਤ ਘੱਟ ਪੈਂਦੀ ਹੈ। ਅੱਜ ਤੋਂ 40-50 ਸਾਲ ਪਿੱਛੇ ਚਲੇ ਜਾਓ, ਨਜ਼ਰ ਮਾਰਿਓ ਕਿਤੇ, ਬਜ਼ੁਰਗ ਦੱਸਿਆ ਕਰਦੇ ਨੇ ਤੇ ਪੋਹ ਦੇ ਮਹੀਨੇ ਵਿੱਚ ਜਿਹੜਾ ਛੋਟੇ ਛੋਟੇ ਟੋਇਆਂ ਵਿੱਚ ਪਾਣੀ ਹੁੰਦਾ ਸੀ ਉਹਦੇ ਉੱਤੇ ਬਰਫ਼ ਜੰਮ ਜਾਇਆ ਕਰਦੀ ਸੀ, ਇੰਨੀ ਕਹਿਣਾ ਦੀ ਸਰਦੀ ਪਿਆ ਕਰਦੀ ਸੀ। ਤੇ ਜਦੋਂ ਵੀ ਮੈਂ ਗੱਲ ਕਰ ਰਿਹਾ 1704 ਈਸਵੀ ਕਿੰਨੀ ਕੁ ਠੰਡ ਪੈਂਦੀ ਹੋਵੇਗੀ ਪੰਜਾਬ ਦੀ ਧਰਤੀ, ਕਹਿਣਾ ਦੀ ਸਰਦੀ ਪੈ ਰਹੀ ਹੈ, ਬੱਦਲ ਗਰਜ ਰਹੇ ਆ, ਕਣੀਆਂ ਪੈ ਰਹੀਆਂ ਨੇ, ਬਿਜਲੀ ਚਮਕ ਰਹੀ ਆ। ਤੇ ਦਾਦੀ ਮਾਂ ਦੋਵਾਂ ਪੋਤਰਿਆਂ ਨੂੰ ਦੋਵੇਂ ਪਾਸੇ ਹੱਥਾਂ ਦੀਆਂ ਉਂਗਲਾਂ ਪਕੜਾਈਆਂ ਤੇ ਤੁਰੇ ਜਾ ਰਹੇ, ਗੋਡੇ ਗੋਡੇ ਪਾਣੀ, ਸਾਰੇ ਬਸਤਰ ਗਿੱਲੇ ਹੋ ਚੁੱਕੇ। ਇਤਿਹਾਸਕਾਰਾਂ ਤੇ ਇੱਥੋਂ ਤੱਕ ਲਿਖਿਆ ਕਿ ਦਾਦੀ ਮਾਂ ਤੇ ਪੋਤਰੇ ਤੁਰੇ ਜਾ ਰਹੇ ਨੇ, ਬਿਜਲੀ ਲਿਸ਼ਕ ਰਹੀ ਆ, ਬਰਸਾਤ ਹੋ ਰਹੀ ਆ, ਕਣੀਆਂ ਪੈ ਰਹੀਆਂ ਨੇ। ਤੇ ਅੱਗੇ ਕੀ ਵੇਖਿਆ, ਥੋੜੇ ਜਿਹੇ ਕਾਨੇ ਆ ਗਏ, ਕਾਨਿਆਂ ਦਾ ਝੱਲ ਜਿਹਾ ਆ ਗਿਆ ਛੋਟਾ। ਤੇ ਦਾਦੀ ਮਾਂ ਨੇ ਸੋਚਿਆ ਵੀ ਥੋੜਾ ਜਿਹਾ ਠੱਕੇ ਦੀ ਹਵਾ ਤੋਂ ਬਚਾਅ ਹੋ ਜਾਏ, ਉਸ ਕਾਨਿਆਂ ਦੇ ਉਸ ਦੱਬ ਦੇ ਬੂਝੇ ਦੇ ਉਹਲੇ ਜਰਾ ਕੁ ਬੈਠ ਲਵਾਂ, ਸ਼ਾਇਦ ਕਣੀਆਂ ਰੁਕ ਜਾਣ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉਸ ਦੱਬ ਦੇ ਉਸ ਕਾਨਿਆਂ ਦੇ ਬੂਝੇ ਦੇ ਕੋਲ ਬਹਿ ਗਏ ਕਿ ਹਵਾ ਥੋੜੀ ਜਿਹੀ ਕਾਨਿਆਂ ਦੀ ਓਟ ਵਿੱਚ ਪੂਰਾ ਅਸਰ ਨਾ ਕਰ ਸਕੇ, ਤੇ ਨਾਲੇ ਬੱਚੇ ਥੱਕੇ ਨੇ ਥੋੜਾ ਜਿਹਾ ਇੱਥੇ ਬੈਠ ਲੈਣ। ਕਹਿੰਦੇ ਨੇ ਅਸਮਾਨੀ ਬਿਜਲੀ ਚਮਕੀ ਆ ਉਸ ਕਾਨਿਆਂ ਉੱਪਰ ਪਈ ਆ ਤੇ ਕਾਨਿਆਂ ਨੂੰ ਸਾੜ ਕੇ ਸਵਾਹ ਕਰ ਦਿੱਤਾ। ਕੈਸਾ ਸਮਾਂ ਹੈ, ਦਾਦੀ ਮਾਂ ਨੇ ਉਸ ਭਾਣੇ ਵਿੱਚ ਉਸ ਕਰਤਾਰ ਦਾ ਸ਼ੁਕਰ ਕੀਤਾ, ਪਰਮਾਤਮਾ ਵੀ ਤੇਰੀ ਰਜ਼ਾ, ਕਦੇ ਕੋਈ ਸਮਾਂ ਸੀ ਮਖਮਲ ਦੇ ਬਿਸਤਰਿਆਂ ਵਿੱਚ ਲਪੇਟੇ ਰਹਿੰਦੇ ਸਨ ਤੇ ਅੱਜ ਸਰੇ ਆਮ ਖੁੱਲੇ ਅਸਮਾਨ ਦੇ ਥੱਲੇ ਸਾਰੇ ਤਨ ਦੇ ਵਸਤਰ ਵੀ ਗਿੱਲੇ ਨੇ, ਕਹਿਣਾ ਦੀ ਸਰਦੀ ਪੈ ਰਹੀ, ਠੱਕੇ ਦੀ ਹਵਾ ਵਗ ਰਹੀ ਹੈ। ਦਾਦੀ ਮਾਂ ਪੋਤਰਿਆਂ ਦੀਆਂ ਉਂਗਲਾਂ ਪਕੜੀਆਂ ਤੇ ਤੁਰੇ ਜਾ ਰਹੇ ਨੇ ਤੇ ਪੋਤਰੇ ਸਵਾਲ ਕਰਦੇ ਨੇ ਮਾਂ ਕਿੱਥੇ ਚੱਲੇ ਆ, ਸ਼੍ਰੀ ਨੰਦਪੁਰ ਸਾਹਿਬ ਕਦੋਂ ਜਾਵਾਂਗੇ, ਕਿੱਡੀ ਕੁ ਦੂਰ ਹੈ ਹੁਣ ਆਰਬਲਾ ਕਿੱਡੀ ਕੁ ਹੈ। ਆਪਾਂ ਕਈ ਵਾਰੀ ਕਹਿ ਦਿੱਤਾ ਵੀ 7 ਤੇ 9 ਸਾਲ ਦੀਆਂ ਜਿੰਨਾ, ਪਰ ਨਹੀਂ ਖਾਲਸਾ ਜੀ, ਨਾ 7 ਤੇ ਨਾ 9, 6.5 ਸਾਲ ਤੇ 8.5 ਸਾਲ ਉਮਰ ਹੈ ਉਸ ਵੇਲੇ ਸਾਹਿਬ ਜਾ ਰਹੇ। ਆਪਾਂ ਕਈ ਵਾਰੀ ਥੋੜਾ ਜਿਹਾ ਮਗਾਲਤਾ ਜਿਹਾ ਖਾ ਜਾਂਦੇ, ਭੁਲੇਖਾ ਖਾ ਜਾਂਦੇ ਹਾਂ। ਜਦੋਂ ਤਵੱਜੋ ਦੇ ਕੇ ਇਤਿਹਾਸ ਨੂੰ ਪੜ੍ਹਿਓ, 1753 ਬਿਕਰਮੀ ਵਿੱਚ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਹੋਇਆ। 1755 ਬਿਕਰਮੀ ਵਿੱਚ ਬਾਬਾ ਫਤਿਹ ਸਿੰਘ ਦਾ ਜਨਮ ਹੋਇਆ। 1757 ਬਿਕਰਮੀ ਆ ਗਿਆ ਤੇ ਸਤਿਕਾਰਯੋਗ ਮਾਤਾ ਜੀਤੋ ਜੀ, 4 ਸਾਹਿਬਜ਼ਾਦੇ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ, ਵੱਡੇ ਨੇ ਬਾਬਾ ਅਜੀਤ ਸਿੰਘ, ਉਹਨਾਂ ਦਾ ਜਨਮ ਮਾਤਾ ਸੁੰਦਰੀ ਦੀ ਕੁੱਖੋਂ ਹੋਇਆ। ਤੇ ਦੂਸਰੇ ਤਿੰਨੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇਹਨਾਂ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ। 1755 ਤੋਂ 2 ਸਾਲ ਬਾਅਦ 57 ਆਉਂਦਾ, 1757 ਆ ਗਿਆ। ਮਾਤਾ ਜੀਤੋ ਜੀ ਬਹੁਤ ਬੰਦਗੀ ਵਾਲੇ ਸਨ, ਬਹੁਤ ਜ਼ਿਆਦਾ ਸਿਮਰਨ ਕਰਿਆ ਕਰਦੇ ਸਨ ਤੇ ਮਾਂ ਗੁਜਰੀ ਇਹਨਾਂ ਦੇ ਨਾਲ ਅਥਾਹ ਪ੍ਰੇਮ ਕਰਦੇ ਸਨ, ਅਥਾਹ ਪਿਆਰ ਕਰਦੇ ਸਨ।
ਇੱਕ ਤਾਂ ਰਿਸ਼ਤਾ ਨੂੰ ਸੱਸਦਾ ਹੈ, ਲੇਕਿਨ ਪਿਛੋਕੜ ਵਿੱਚ ਇਹਨਾਂ ਦਾ ਪਰਿਵਾਰਕ ਪਿਛੋਕੜ ਵੀ ਕੋਈ ਹੈ। ਮਾਤਾ ਗੁਜਰੀ ਜੀ ਵੀ ਸੁਭਿੱਖਿਆ ਖੱਤਰੀ ਜਾਤ ਦੇ ਨਾਲ ਸੰਬੰਧ ਰੱਖਦੇ ਨੇ, ਪਰਿਵਾਰ ਨਾਲ ਸੰਬੰਧ ਰੱਖਦੇ ਨੇ, ਤੇ ਮਾਤਾ ਜੀਤੋ ਜੀ ਵੀ ਸੁਭਿੱਖਿਆ ਖੱਤਰੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ, ਪਰਿਵਾਰਕ ਪਿਛੋਕੜ ਵੀ ਕੋਈ ਹੈ। ਮਾਵਾਂ ਧੀਆਂ ਵਰਗਾ ਰਿਸ਼ਤਾ, ਬੜਾ ਪਿਆਰ ਕਰਦੇ ਨੇ ਆਪਣੀ ਨੂੰਹ ਰਾਣੀ ਦੇ ਨਾਲ, ਉਹਨਾਂ ਨੂੰਹ ਨੇ ਆਪਣੀ ਬੱਚੀ ਆਪਣੀ ਧੀ ਸਮਝਦੇ ਨੇ ਸਤਿਕਾਰਯੋਗ ਮਾਤਾ ਗੁਜਰੀ ਜੀ। ਬਹੁਤ ਬੰਦਗੀ ਕਰਿਆ ਕਰਦੇ ਸਨ, ਤੇ ਇੱਕ ਦਿਨ ਸੁਪਨਾ ਆਇਆ ਕਿ ਖੂਨ ਦੀ ਨਦੀ ਵਹਿ ਰਹੀ ਹੈ। ਮਾਂ ਜੀਤੋ ਜੀ ਸੁਪਨਾ ਵੇਖ ਰਹੇ ਨੇ, ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੈ, ਖੂਨ ਦੀ ਨਦੀ ਵਗ ਰਹੀ ਹੈ, ਤੇ ਉਹਦੇ ਵਿੱਚ ਛੋਟੇ ਛੋਟੇ ਬੱਚੇ ਰੁੜਦੇ ਜਾ ਰਹੇ ਨੇ। ਤੇ ਮਾਂ ਜੀਤੋ ਨੇ ਗੌਰ ਕਰਕੇ ਵੇਖਿਆ ਬੱਚੇ ਕਿਤੇ ਰੁੜਦੇ ਜਾ ਰਹੇ ਨੇ। ਜਦੋਂ ਤਵੱਜੋ ਦੇ ਕੇ ਨਜ਼ਰ ਮਾਰੀ, ਬੱਚੇ ਤੇ ਮੇਰੇ ਆਪਣੇ ਰੁੜਦੇ ਜਾ ਰਹੇ ਨੇ, ਛੋਟੇ ਛੋਟੇ ਬੱਚੇ ਨੇ, ਕਿ ਮੇਰੇ ਆਪਣੇ ਨਾਲ ਰੁੜਦੇ ਜਾ ਰਹੇ ਨੇ। ਇੱਕਦਮ ਤੜਪਕੇ ਉੱਠ ਪਏ। ਮਾਂ ਤੇ ਪੁੱਤਰ ਦਾ ਨਾਤਾ ਬਹੁਤ ਜ਼ਿਆਦਾ ਗਹਿਰਾ। ਭੋਲਾ ਜਾਨਵਰ ਨਸਲ ਕਬੂਤਰਾਂ ਦੀ, ਪੰਛੀ ਚਲਾਕ ਨੇ ਜੱਗ ਤੇ ਕਾਂ ਜਿਹਾ, ਮਰੇ ਮਾਂ ਤੇ ਪਾਲਦੀ ਬੱਚਿਆਂ ਨੂੰ ਦੁੱਧ ਲੱਭਦਾ ਨੇ ਜੱਗ ਤੇ ਕਾਂ ਜਿਹਾ, ਲੱਖਾਂ ਹੋਣ ਬਦਾਮਾਂ ਦੇ ਬਾਗ ਭਾਵੇਂ ਆ, ਪਰ ਸੁੱਖ ਨਹੀਂ ਬੋੜ ਦੀ ਛਾਂ ਜਿਹਾ, ਉਹ ਕਾਲੀ ਦਾਸ ਜਹਾਨ ਦੇ ਸਾਕ ਵੇਖੇ ਆ, ਪਰ ਸਾਕ ਨਹੀਂ ਪੁੱਤ ਤੇ ਮਾਂ ਜਿਹਾ, ਮਾਂ ਜਿਹਾ ਘਣ ਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ, ਜਸਨ ਲੈ ਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆ ਸੁੱਕ ਜਾਂਦੇ, ਪਰ ਮਾਂ ਇੱਕ ਐਸਾ ਬੂਟਾ ਜਿਹੜਾ ਫਲ ਸੁੱਕਿਆ ਸੁੱਕ ਜਾਏ। ਮਾਂ ਆਪਣੇ ਪੁੱਤਰ ਦਾ ਦਰਦ ਨਹੀਂ ਵੇਖ ਸਕਦੀ, ਪੁੱਤਰ ਦੇ ਕਿਤੇ ਉਂਗਲ ਦੇ ਵਿੱਚ ਰੀਟ ਵੱਜੇ ਤੇ ਮਾਂ ਦਾ ਹਿਰਦਾ ਮੁੰਦਰਿਆ ਜਾਂਦਾ, ਹਿਰਦਾ ਚਾਕ ਚਾਕ ਹੋ ਜਾਇਆ ਕਰ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਦਿਲਾਂ ਦੀਆਂ ਜਾਣਨਹਾਰ ਘੱਟ ਕਹਿੰਦੇ ਨੇ ਹਿਰਦੇ ਨੂੰ, ਹਿਰਦੇ ਦੀਆਂ ਜਾਣਨਹਾਰ ਗੁਰਦੇਵ ਪਾਤਸ਼ਾਹ ਮਹਾਰਾਜ ਦਿੰਦੀਆਂ ਜਾਣਨਹਾਰ, ਗੰਭੀਰ ਹੋ ਕੇ ਸ਼ਰੀਦਾ ਹੋ ਕੇ ਕਹਿਣਗੇ ਜੀਤਾ ਜੀ ਕੀ ਖੁਆਬ ਵੇਖਿਆ, ਕੀ ਸੁਪਨਾ ਵੇਖਿਆ, ਸੱਚੇ ਪਾਤਸ਼ਾਹ ਖੂਨ ਦੀ ਨਦੀ ਵਗ ਰਹੀ ਤੇ ਵਿੱਚ ਮੇਰੇ ਲਾਲ ਰੁੜਦੇ ਜਾ ਰਹੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਖਿਆ, ਕਹਿਣ ਲੱਗੇ ਜੀਤਾ ਜੀ ਤੁਹਾਡੀ ਅਵਸਥਾ ਬਹੁਤ ਉੱਚੀ ਹੋ ਗਈ ਹੈ, ਆਉਣ ਵਾਲਾ ਸਮਾਂ ਤੁਹਾਨੂੰ ਨਜ਼ਰ ਆ ਰਿਹਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਹੋਣਾ ਉਹ ਤੁਹਾਨੂੰ ਹੁਣੇ ਨਜ਼ਰ ਆ ਰਿਹਾ ਹੈ, ਪਰ ਅਜ਼ਾਰ ਵਸਤੂ ਹੈ, ਇਹਨੂੰ ਜਰਨਾ ਸਿੱਖੋ। ਨੈਣਾ ਵਿੱਚੋਂ ਦੋ ਮੋਟੇ ਮੋਟੇ ਅਥਰੂ ਡਿੱਗੇ ਤੇ ਗੁਰਦੇਵ ਨੇ ਆਖਿਆ, ਨਹੀਂ ਅਥਰੂ ਨਹੀਂ ਵਹਾਉਣੇ, ਸਗੋਂ ਇਸ ਵਸਤ ਨੂੰ ਜਰਨਾ ਹੈ, ਤੁਹਾਡੀ ਬੰਦਗੀ ਬਹੁਤ ਵੱਡੀ ਹੈ, ਤੁਹਾਡੀ ਅਵਸਥਾ ਬੜੀ ਉੱਚੀ ਹੈ, ਇਹਨੂੰ ਜਰਨਾ ਸਿੱਖੋ। ਤੇ ਆਮ ਤੌਰ ਤੇ ਵੇਖਦੇ ਨੇ ਆਪਣੇ ਪਰਿਵਾਰ ਵਿੱਚ ਕੋਈ ਚੜ੍ਹਾਈ ਕਰ ਜਾਏ ਤੇ ਆਪਾਂ ਕਹਿੰਦੇ ਜਿਹੜਾ ਪਰਿਵਾਰ ਦਾ ਮੈਂਬਰ ਰੋ ਨਹੀਂ ਰਿਹਾ ਉਹਨੂੰ ਲਵਾਓ, ਮਨ ਦਾ ਅਖਬਾਰ ਨਿਕਲ ਜਾਏ। ਤੇ ਜੇ ਪਰਿਵਾਰਕ ਮੈਂਬਰ ਰੋਵੇ ਨਾ ਨਾ ਤੇ ਕੁਝ ਕੁ ਸਮਾਂ ਪਾ ਕੇ ਉਹ ਗੁਬਾਰ ਉਹਦਾ ਜਾਣ ਲੇਵਾ ਸਾਬਤ ਹੋ ਜਾਇਆ ਕਰਦਾ। ਮੇਰੀ ਅੱਖਾਂ ਦੇ ਸਾਹਮਣੇ ਘਟਨਾ ਘਟੀ ਹੈ, ਜਦੋਂ ਖਾੜਕੂਵਾਦ ਦਾ ਸਮਾਂ ਸੀ, ਮੇਰੇ ਨਗਰ ਦੇ ਬਿਲਕੁਲ ਗਵਾਂਢ ਨਗਰ ਹੈ ਨਗਰ ਪਡੋਰੀ, ਪਹਿਲਾਂ ਉਹਨੂੰ ਪਡੋਰੀ ਜਮਾਲੇ ਦੀ ਕਹਿੰਦੇ ਸਨ ਤੇ ਹੁਣ ਉਹਨੂੰ ਪਡੋਰੀ ਸ਼ੇਰ ਸਿੰਘ ਦੀ ਕਹਿੰਦੇ ਨੇ, ਭਾਵੇਂ ਕਾਗਜ਼ਾਂ ਵਿੱਚ ਅਜੇ ਵੀ ਜਮਾਲੇ ਦੀ ਹੈ ਲੇਕਿਨ ਬੋਲਣ ਵਿੱਚ ਪਡੋਰੀ ਸ਼ੇਰ ਸਿੰਘ ਦੀ ਹੈ। ਤੇ ਮੇਰਾ ਉਸ ਪਰਿਵਾਰ ਦੇ ਨਾਲ ਅੱਜ ਤੱਕ ਵੀ ਪੂਰਾ ਡੂੰਘਾ ਸੰਬੰਧ ਹੈ। ਕਹਿੰਦੇ ਭਾਈ ਸ਼ੇਰ ਸਿੰਘ ਸ਼ੇਰ ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਸਾਂ ਉਦੋਂ ਪ੍ਰਧਾਨ ਹੋਇਆ ਕਰਦੇ ਸਨ, ਪੁਲਿਸ ਨੇ ਚੁੱਕਿਆ ਤੇ ਮੁਕਾਬਲਾ ਬਣਾ ਦਿੱਤਾ, ਘਰ ਖਬਰ ਪਹੁੰਚੀ ਭਾਈ ਬਖਤਾਵਰ ਸਿੰਘ ਐਡਵੋਕੇਟ ਦੇ ਭਾਈ ਸ਼ੇਰ ਸਿੰਘ ਸ਼ੇਰ ਸ਼ਹੀਦ ਹੋ ਗਏ, ਲੁਧਿਆਣੇ ਮੁਕਾਬਲਾ ਬਣਾਇਆ ਪਕੜ ਕੇ ਪੁਲਿਸ ਨੇ, ਘਰ ਵਿੱਚ ਖਬਰ ਪਹੁੰਚੀ, ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੋ ਗਿਆ, ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ।
ਲੇਕਿਨ ਉਹਨਾਂ ਦੇ ਸਤਿਕਾਰਯੋਗ ਮਾਤਾ ਮਾਤਾ ਸੁਰਜੀਤ ਕੌਰ ਜਿਹਨਾਂ ਨੂੰ ਅਸੀਂ ਚਾਚੀ ਜੀ ਕਹਿ ਕੇ ਸੰਬੋਧਨ ਕਰਦੇ ਸਾਂ, ਉਹਨਾਂ ਨੇ ਅੱਖ ਵਿੱਚ ਅੱਥਰੂ ਨਹੀਂ ਘੇਰਿਆ। ਜਦੋਂ ਅਸੀਂ ਜਾ ਕੇ ਨਮਸਕਾਰ ਕੀਤੀ ਤੇ ਮਾਂ ਨੇ ਆਖਿਆ ਰੋਣਾ ਨਹੀਂ, ਸਿੰਘ ਸ਼ਹੀਦੀ ਪਾ ਕੇ ਨੇ, ਸ਼ਹੀਦ ਹੋ ਗਏ ਨੇ ਸਿੰਘ, ਤੇ ਸ਼ਹੀਦਾਂ ਦੀ ਲਾਸ਼ ਤੇ ਅੱਥਰੂ ਨਹੀਂ ਵਹਾਏ ਜਾਂਦੇ, ਉਹਨਾਂ ਦੀਆਂ ਕੁਰਬਾਨੀਆਂ ਤੇ ਅੱਥਰੂ ਨਹੀਂ ਵਹਾਏ ਜਾਂਦੇ। ਏਡਾ ਤਕੜਾ ਜਿਗਰਾ ਕਰ ਲਿਆ ਉਸ ਮਾਂ ਨੇ, ਅੱਖ ਵਿੱਚੋਂ ਅੱਥਰੂ ਨਹੀਂ ਘੇਰਿਆ, ਸਿਮਰਨ ਕਰਦੇ ਰਹੇ, ਲੇਕਿਨ ਬਹੁਤਾ ਸਮਾਂ ਕੱਟ ਨਹੀਂ ਸਕੇ। ਤਕਰੀਬਨ ਡੇਢ ਕੁ ਸਾਲ ਬਾਅਦ ਜੇ ਤੇ ਮਨ ਦਾ ਗੁਬਾਰ ਅੱਖਾਂ ਦੇ ਅੱਥਰੂ ਵਾਲੇ ਬਾਹਰ ਨਿਕਲ ਜਾਏ, ਜੇ ਨਾ ਨਿਕਲੇ ਤੇ ਜਾਣ ਲੈ ਬਸ ਸਾਬਤ ਹੋਇਆ ਕਰ। ਕਲਗੀਧਰ ਬਾਦਸ਼ਾਹ ਮਹਾਰਾਜ ਨੇ ਆਖਿਆ ਨੇ ਅੱਥਰੂ ਨਹੀਂ ਘੇਰਨੇ, ਅਜਾ ਵਸਤੂਆਂ ਨੂੰ ਜਰਨਾ ਸਿੱਖੋ। ਮਾਂ ਨੇ ਸਾਰਾ ਕੰਮ ਅੰਦਰੇ ਅੰਦਰ ਪੀ ਲਿਆ, ਲੇਕਿਨ ਬਿਸਤਰੇ ਮਰਗ ਤੇ ਲੇਟ ਗਏ ਤੇ ਉਹ ਸ਼ਮਾ ਨੇੜੇ ਆ ਗਿਆ ਜਿਹੜਾ ਸਾਰਿਆਂ ਤੇ ਆਉਣਾ। ਬਿਸਤਰੇ ਮਰਗ ਤੇ ਮਾਂ ਜੀਤੋ ਜੀ ਲੇਟੇ ਹੋਏ ਨੇ ਤੇ ਅੱਜ ਇੱਕਦਮ ਬਿਮਾਰੀ ਨੇ ਦੌਰਾ ਕੀਤਾ ਤੇ ਬੇਹੋਸ਼ ਹੋ ਗਿਆ। ਮਾਂ ਗੁਜਰੀ ਦੌੜ ਕੇ ਕਮਰੇ ਵਿੱਚ ਗਏ, ਦੋਵੇਂ ਪੋਤਰੇ ਦਾਦੀ ਜੀ ਨਾਲ ਖੇਡ ਰਹੇ ਨੇ, ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੌੜ ਕੇ ਮਗਰੇ ਗਏ ਨੇ ਤੇ ਮਾਂ ਨੇ ਭੱਜ ਕੇ ਜਾ ਕੇ ਆਪਣੀ ਨੂੰਹ ਦਾ ਸੀ ਚੁੱਕਿਆ ਤੇ ਆਪਣੀ ਗੋਦ ਵਿੱਚ ਰੱਖ ਲਿਆ। ਕਦੇ ਇਸ ਬੀਬੀ ਜੀਤਾ ਨੂੰ ਗੁਰਦੇਵ ਪਾਤਸ਼ਾਹ ਮਹਾਰਾਜ ਦਾ ਜਦੋਂ ਆਨੰਦ ਕਾਰਜ ਹੋਇਆ ਦਸਾਂ ਵਰਿਆਂ ਦੇ ਸਨ ਬੀਬੀ ਜੀਤਾ ਜੀ, ਤੇ ਮਾਂ ਨੇ ਬੀਬੀ ਜੀਤਾ ਨੂੰ ਗੋਦ ਵਿੱਚ ਬਹਾਇਆ, ਮੱਥਾ ਚੁੰਮਿਆ ਤੇ ਅੱਜ ਫਿਰ ਮਾਂ ਨੇ ਆਪਣੀ ਨੂੰਹ ਦਾ ਸਿਰ ਚੁੱਕਿਆ ਤੇ ਆਪਣੀ ਗੋਦ ਵਿੱਚ ਰੱਖ ਲਿਆ। ਹੱਥ ਵਿੱਚ ਜਲ ਦਾ ਪਾਤਰ ਪਕੜਿਆ ਹੋਇਆ, ਕੁਝ ਜਲ ਦੇ ਛਿੱਟੇ ਮਾਰੇ, ਕੁਝ ਮੂੰਹ ਵਿੱਚ ਜਲ ਪਾਇਆ। ਬੀਬੀ ਜੀਤਾ ਜੀ ਨੂੰ ਕੁਝ ਹੋਸ਼ ਆਈ ਤੇ ਕੀ ਵੇਖਿਆ, ਅੰਤ ਸਮਾਂ ਮੇਰਾ ਨੇੜੇ ਆਇਆ ਹੋਇਆ, ਕਿਉਂਕਿ ਜਿਹਨਾਂ ਦੀ ਅਵਸਥਾ ਉੱਚੀ ਹੋ ਜਾਏ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਗਿਆਨ ਹੋ ਜਾਇਆ ਕਰਦਾ, ਉਹਨਾਂ ਨੂੰ ਅੰਤ ਸਮੇਂ ਦਾ ਗਿਆਨ ਹੋ ਜਾਇਆ ਕਰਦਾ ਵੀ ਮੇਰਾ ਅੰਤ ਸਮਾਂ ਕਦੋਂ ਆਉਣ ਵਾਲਾ। ਕੀ ਵੇਖਿਆ, ਅੰਤ ਸਮਾਂ ਨੇੜੇ ਆਇਆ ਹੋਇਆ ਤੇ ਗੋਦ ਵਿੱਚ ਸਿਰ ਰੱਖਿਆ ਹੋਇਆ। ਮਾਂ ਗੁਜਰੀ ਨੇ ਪੁੱਛਿਆ, ਪੁੱਤਰ ਜੀਤੋ ਕੁਝ ਕਹਿਣਾ ਚਾਹੁੰਦੀ ਹੈ? ਜਦੋਂ ਬੰਦਾ ਬਹੁਤ ਜ਼ਿਆਦਾ ਬਿਮਾਰ ਹੋਵੇ ਤਾਂ ਉਹਦੇ ਕੋਲ ਬੋਲਿਆ ਨਹੀਂ ਜਾਂਦਾ, ਤੇ ਜੇ ਬੋਲੇਗਾ ਵੀ ਤੇ ਅੱਖਾਂ ਦੀ ਬਨਾਵਟ ਫਿਰ ਉਹਦੀ ਸਮਝ ਨਹੀਂ ਆਉਂਦੀ ਕਿ ਬੋਲਦਾ ਕੀ ਹੈ। ਤੇ ਮਾਂ ਜੀਤੋ ਨੇ ਆਖਿਆ, ਹਾਂ ਮਾਂ ਕੁਝ ਕਹਿਣਾ ਚਾਹੁੰਦੀ ਹੈ। ਅਧੂਰੇ ਜੇ ਬੋਲ ਸਨ, ਮਾਂ ਨੂੰ ਸਮਝ ਲੱਗ ਗਈ, ਸਿੱਧੇ ਪਿਆਰ ਦੇ ਨਾਲ ਹੱਥ ਫੇਰਿਆ, ਕਹਿਣ ਲੱਗੇ, ਪੁੱਤਰ ਦੱਸ ਕੀ ਕਹਿਣਾ ਚਾਹੁੰਦੀ ਹੈ? ਫਿਰ ਭਰੇ ਹੋਏ ਗਲੇ ਵਿੱਚ ਆਵਾਜ਼ ਆਈ, ਮਾਂ ਮੇਰੇ ਬੱਚੇ, ਕਿਉਂਕਿ ਉਹ ਗੁਬਾਰ ਮਨ ਵਿੱਚ ਬੈਠਾ, ਮੇਰੇ ਬੱਚੇ ਖੂਨ ਦੀ ਨਦੀ ਵਿੱਚ ਡੁੱਬਦੇ ਜਾ ਰਹੇ। ਕੇਵਲ 2 ਸਾਲ ਦੇ ਨੇ ਉਸ ਵੇਲੇ ਬਾਬਾ ਫਤਿਹ ਸਿੰਘ ਤੇ 4 ਸਾਲ ਦੇ ਨੇ ਬਾਬਾ ਜ਼ੋਰਾਵਰ ਸਿੰਘ। ਤੇ ਮਾਂ ਗੁਜਰੀ ਨੇ ਪਿਆਰ ਦੇ ਕੇ ਆਖਿਆ, ਕਹਿੰਦੇ ਜੀਤੋ ਤੈਨੂੰ ਕੁਝ ਨਹੀਂ ਹੋਣ ਲੱਗਾ, ਤੂੰ ਰਾਜੀ ਹੋ ਜਾਏਗੀ, ਅਸੀਂ ਤੇਰੀ ਤਿਮਾਰਦਾਰੀ ਕਰਾਂਗੇ, ਤੇਰਾ ਇਲਾਜ ਕਰਾਉਂਦੇ, ਹੁਣੇ ਵੈਦ ਸਾਧਿਆ। ਕਹਿਣ ਲੱਗੇ, ਨਹੀਂ ਮਾਂ ਮੈਨੂੰ ਬੁਲਾਵਾ ਆ ਗਿਆ, ਮੈਂ ਸੱਚਖੰਡ ਚੱਲੀ ਹਾਂ। ਇਸ਼ਾਰਾ ਕੀਤਾ ਬੀਬੀ ਜੀਤਾ ਨੇ, ਮਾਂ ਮੈਂ ਸੱਚਖੰਡ ਵੱਲ ਜਾ ਰਹੀ ਹਾਂ, ਤੇ ਦੱਸ ਪੁੱਤਰ ਮੈਨੂੰ ਕੀ ਕਹਿਣਾ ਚਾਹੁੰਦੀ ਹੈ? ਮਾਂ ਮੇਰੇ ਬੱਚੇ, ਇਹ ਤਿੰਨੇ ਬੋਲ ਜ਼ਬਾਨ ਤੋਂ ਨਿਕਲਦੇ ਨੇ ਤੇ ਸੱਜੇ ਪਾਸੇ ਨਜ਼ਰ ਮਾਰੀ ਬਾਬਾ ਜ਼ੋਰਾਵਰ ਸਿੰਘ, ਖੱਬੇ ਪਾਸੇ ਬਾਬਾ ਫਤਿਹ ਸਿੰਘ ਖੜੇ ਨੇ, ਦੋਵਾਂ ਦੇ ਨੰਨੇ ਨੰਨੇ ਹੱਥ ਪਕੜੇ ਨੇ ਤੇ ਦਾਦੀ ਮਾਂ ਦੇ ਹੱਥ ਵਿੱਚ ਪਕੜਾ ਦਿੱਤੇ। ਕਹਿਣ ਲੱਗੇ, ਮਾਂ ਮੇਰੇ ਬੱਚਿਆਂ ਦਾ ਖਿਆਲ ਰੱਖ। ਇਹ ਨਹੀਂ ਕਹਿੰਦਿਆਂ ਕਹਿੰਦਿਆਂ ਬੀਬੀ ਜੀਤਾਂ ਜੀ ਮਾਂ ਗੁਜਰੀ ਦੀ ਗੋਦ ਵਿੱਚ ਚਲਾਣਾ ਕਰ ਗਿਆ ਤੇ ਅੱਜ ਮਾਂ ਨੂੰ ਉਹ ਸੀਨ ਵੀ ਚੇਤੇ ਆ ਰਿਹਾ ਕਿ ਮੈਨੂੰ ਆਪਣੇ ਬੱਚਿਆਂ ਦੀ ਸੌਂਪਣਾ ਬੀਬੀ ਜੀਤੋ ਕਰਕੇ ਗਈ ਵੀ ਇਹਨਾਂ ਦੀ ਸੰਭਾਲ ਤੂੰ ਰੱਖੀ। ਤੇ ਸਤਿਕਾਰਯੋਗ ਮਾਂ ਗੁਜਰੀ ਸਾਹਿਬਜ਼ਾਦਿਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਜਾ ਰਹੇ ਨੇ। 6 ਤੇ 8 ਸਾਲ ਦੀਆਂ ਜਿੰਦਾਂ ਨੇ, 7 ਤੇ 9 ਸਾਲ ਨੇ, ਤੁਰੇ ਜਾ ਰਹੇ, ਤੁਰੇ ਤੁਰੇ ਜਾਂਦੇ ਆ, ਹੋਰ ਰਾਹੀ ਮਿਲ ਪਿਆ। ਜਿਹਨੂੰ ਇਤਿਹਾਸਕਾਰਾਂ ਲਿਖਿਆ ਵੀ ਗੰਗੂ ਬ੍ਰਾਹਮਣ 21 ਸਾਲ ਸੋਈਆ ਰਿਹਾ। ਹੁਣ ਕਦੇ ਗੌਰ ਕਰਿਓ, ਕਲਗੀਧਰ ਪਾਤਸ਼ਾਹ ਮਹਾਰਾਜ ਬੇ ਅੰਮ੍ਰਿਤੀਏ ਦੇ ਹੱਥੋਂ ਲੈ ਕੇ ਤੇ ਕਦੇ ਪਾਣੀ ਦਾ ਗਲਾਸ ਨਹੀਂ ਸਨ ਪੀਂਦੇ।
ਤੇ ਉਸ ਬੇਅੰਮ੍ਰਿਤੀਏ ਦਾ ਬਣਿਆ ਹੋਇਆ ਕਿਤੇ ਪ੍ਰਸ਼ਾਦਾ ਛਕਦੇ ਹੋਣਗੇ। ਇਹ ਵੱਖਰੀ ਗੱਲ ਹੈ, ਮਸੰਦ ਹੋਵੇਗਾ, ਉਹ ਪ੍ਰਚਾਰਕ ਹੋਵੇਗਾ, ਉਹ ਸੇਵਾਦਾਰ ਹੋਵੇਗਾ, ਲੰਗਰ ਵਿੱਚ ਜ਼ਰੂਰ ਸੇਵਾ ਕਰਦਾ ਹੋਵੇਗਾ, ਲੇਕਿਨ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਰਸੋਈਆ ਨਹੀਂ ਹੋ ਸਕਦਾ। ਉਹ ਵੀ ਤੁਰਿਆ ਜਾਂਦਾ ਜਾਂਦਾ ਮਿਲ ਪਿਆ ਤੇ ਜਾ ਕੇ ਮਾਂ ਨੂੰ ਪਛਾਣਿਆ, ਕਹਿਣ ਲੱਗਾ ਮਾਤਾ ਜੀ ਤੁਸੀਂ। ਕਹਿਣ ਲੱਗੇ ਗੰਗਾ ਰਾਮਾ ਸਾਰੇ ਪਰਿਵਾਰ ਨਾਲੋਂ ਸਾਰੇ ਵਜ਼ੀਰ ਨਾਲੋਂ ਵਿਛੜ ਗਏ ਆ, ਪਰ ਗੰਗਾ ਰਾਮਾ ਤੂੰ ਕਿੱਧਰ? ਕਹਿਣ ਲੱਗਾ ਜੀ ਮੈਂ ਵੀ ਸਾਰਿਆਂ ਨਾਲੋਂ ਵਿਛੜ ਗਿਆ। ਪਰ ਮਾਤਾ ਜੀ ਘਬਰਾਓ ਨਾ, ਡਰੋ ਨਾ, ਇੱਥੋਂ ਮੇਰਾ ਪਿੰਡ ਬਹੁਤ ਨੇੜੇ ਹੈ, ਖੇੜੀ, ਜਿਹਦਾ ਪਹਿਲਾ ਨਾਮ ਹੈ ਸਹੇੜੀ, ਤੇ ਖਾਲਸੇ ਨੇ ਦਾ ਨਾਮ ਫਿਰ ਉਹ ਖੇੜੀ ਰੱਖ ਦਿੱਤਾ, ਬਾਅਦ ਵਿੱਚ ਖੇੜੀ ਪ੍ਰਸਿੱਧ ਹੋ ਗਿਆ। ਮੇਰਾ ਨਗਰ ਨੇੜੇ ਹੈ, ਕੋਈ ਫਿਕਰ ਕਰਨ ਦੀ ਲੋੜ ਨਹੀਂ, ਮੇਰੇ ਨਾਲ ਚਲੋ, ਤੁਹਾਡਾ ਆਪਣਾ ਘਰ ਹੈ, ਭਾਵੇਂ 2 ਮਹੀਨੇ, 4 ਮਹੀਨੇ, 6 ਮਹੀਨੇ ਰਹੋ, ਜਦੋਂ ਜੰਗ ਸਮਾਪਤ ਹੋ ਜਾਣਗੇ ਆਪਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਜਾ ਮਿਲਾਂਗੇ। ਕਹਿਣ ਲੱਗੇ ਗੰਗਾ ਰਾਮਾ ਪਰਮਾਤਮਾ ਤੇਰਾ ਭਲਾ ਕਰੇ, ਇਹ ਮਾਂ ਗੁਜਰੀ ਨੇ ਅਸੀਸ ਦਿੱਤੀ ਆ, ਕਿਉਂਕਿ ਇਸ ਦਰ ਦਾ ਅਸੂਲ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਾਰਿਆਂ ਦਾ ਭਲਾ ਮੰਗਿਆ ਜਾਂਦਾ, ਮੈਰੀਆਂ ਦਾ ਵੀ ਭਲਾ ਮੰਗਿਆ ਜਾਂਦਾ। ਗੰਗਾ ਰਾਮਾ ਪਰਮਾਤਮਾ ਤੇਰਾ ਭਲਾ ਕਰੇ। ਤੁਰੇ ਤੁਰੇ ਜਾਂਦੇ ਨੇ ਤੇ ਅੱਗੇ ਇੱਕ ਝੁੱਗੀ ਆ ਗਈ, ਜਿਹਨੂੰ ਕੁੰਮੇ ਮਾਸ਼ਕੀ ਦੀ ਝੁੱਗੀ ਕਹਿੰਦੇ ਆ, ਤੇ ਗੰਗੂ ਨੇ ਆਖਿਆ ਮਾਤਾ ਜੀ ਤੁਸੀਂ ਇੱਥੇ ਠਹਿਰੋ, ਮੈਂ ਅੱਗੇ ਜਾ ਕੇ ਵੇਖ ਕੇ ਆਉਣਾ, ਕਿਤੇ ਪਹਿਰਾ ਤਾਂ ਨਹੀਂ ਲੱਗਾ ਹੋਇਆ, ਕੋਈ ਨਾਕਾ ਤਾਂ ਨਹੀਂ ਲੱਗਾ, ਕਿਤੇ ਪੁਲਿਸ ਤਾਂ ਨਹੀਂ ਖੜੀ, ਤੁਹਾਡੀ ਝਾਕ ਮੈਨੂੰ ਤੁਹਾਨੂੰ ਗ੍ਰਿਫਤਾਰ ਕਰ ਲਏ, ਮੈਂ ਨਗਰ ਤੱਕ ਜਾ ਕੇ ਆਉਣਾ, ਥੋੜਾ ਜਿਹਾ ਹਨੇਰਾ ਪਸਰੇਗਾ ਤੇ ਫਿਰ ਆਪਾਂ ਘਰ ਨੂੰ ਚੱਲਾਂਗੇ। ਇਹ ਅੱਗੇ ਜਾ ਕੇ ਪਿੰਡ ਤੱਕ ਵੇਖ ਗਿਆ ਤੇ ਵਾਪਸ ਆ ਗਿਆ, ਕਿਤੇ ਕੋਈ ਨਾਕਾ, ਕਿਤੇ ਕੋਈ ਪੁਲਿਸ ਦਾ ਬੰਦਾ ਨਹੀਂ, ਕਿਉਂਕਿ ਪੁਲਿਸ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮਗਰ ਚੜੀ ਹੋਈ ਆ ਫੌਜ, ਤੇ ਉਧਰ ਸਾਰੀ ਗਈ ਹੋਈ ਹੈ, ਇਧਰ ਪਾਸੇ ਕੋਈ ਸਿਪਾਹੀ ਕੋਈ ਫੌਜ ਦਾ ਬੰਦਾ ਨਜ਼ਰ ਨਹੀਂ ਆਇਆ। ਤੇ ਵਾਪਸ ਆ ਗਿਆ, ਕਹਿਣ ਲੱਗਾ ਮਾਂ ਰਸਤੇ ਵਿੱਚ ਕਿਤੇ ਕੋਈ ਸਿਪਾਹੀ ਨਹੀਂ, ਚੱਲ ਮੇਰੇ ਨਾਲ। ਹੁਣ ਦਾਦੀ ਮਾਂ ਪੋਤਰਿਆਂ ਨੂੰ ਨਾਲ ਲੈ ਕੇ ਇੱਕ ਗੰਗੂ ਬ੍ਰਾਹਮਣ ਆਪਣੇ ਘਰ ਖੇੜੀ ਆ ਗਿਆ, ਇਹਨੇ ਦਰਵਾਜ਼ਾ ਉਲੰਘਿਆ ਤੇ ਆਵਾਜ਼ ਮਾਰੀ ਆਪਣੀ ਮਾਂ ਨੂੰ, ਬਜ਼ੁਰਗ ਮਾਤਾ ਠੰਡ ਤੋਂ ਡਰਦਿਆਂ ਹੋਇਆ ਬਿਸਤਰੇ ਵਿੱਚ ਬੈਠੀ ਹੋਈ ਹੈ, ਗੰਗੂ ਦੀ ਮਾਂ ਜਿਹਦਾ ਇਤਿਹਾਸਕਾਰਾਂ ਨਾਮ ਸ਼ੋਭੀ ਲਿਖਿਆ, ਆਵਾਜ਼ ਮਾਰੀ, ਕਹਿਣ ਲੱਗਾ ਮਾਤਾ। ਮਾਂ ਨੇ ਅੰਦਰੋਂ ਆਵਾਜ਼ ਦਿੱਤੀ, ਗੰਗਾ ਰਾਮਾ ਆ ਗਿਆ? ਕਹਿਣ ਲੱਗਾ ਹਾਂ ਮਾਂ ਆ ਗਿਆ, ਬਾਹਰ ਆਣ ਕੇ ਵੇਖ ਮੇਰੇ ਨਾਲ ਕੌਣ ਆਇਆ। ਪੁੱਤਰ ਬਾਹਰ ਠੰਡ ਬੜੀ ਹੈ, ਮੈਂ ਤਾਂ ਠੰਡ ਤੋਂ ਡਰਦੇ ਅੰਦਰ ਬੈਠੀ ਹਾਂ, ਕਿਉਂਕਿ ਸਿਆਣੇ ਕਹਿੰਦੇ ਨੇ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਠੰਡ ਬਹੁਤ ਛੇਤੀ ਅਸਰ ਕਰਿਆ ਕਰਦੀ ਹੈ। ਤੇ ਮਾਂ ਗੁਜਰੀ, ਬਜ਼ੁਰਗ ਨੇ 80 ਸਾਲ ਤੋਂ ਜ਼ਿਆਦਾ ਹਾਲ ਪਰ ਸਾਹਿਬਜ਼ਾਦੇ ਨਿਆਣੇ ਨੇ ਕੀ ਉਹਨਾਂ ਤੇ ਠੰਡ ਦਾ ਅਸਰ ਨਹੀਂ ਹੋ ਰਿਹਾ? ਹੁਣ ਕਦੇ ਸਵਾਲ ਕਰੋ ਕਿਸੇ ਨੂੰ ਕਿ ਉਹਨਾਂ ਨੂੰ ਠੰਡ ਨਹੀਂ ਲੱਗੀ, ਤੇ ਮੈਂ ਕਹਿੰਦਾ ਨਹੀਂ ਲੱਗੀ। ਕਿਉਂ ਨਹੀਂ ਲੱਗੀ? ਗੁਰਦੇਵ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦਾ ਫੈਸਲਾ ਹੈ, ਪੋਖ ਬੁਖਾਰ ਨਾ ਵਿਆਪਈ ਕੱਠ ਮਿਲਿਆ ਹਰਦਾਉ, ਜਿਹਨਾਂ ਦੇ ਹਿਰਦੇ ਵਿੱਚ ਬਾਣੀ ਉਹਨਾਂ ਨੂੰ ਠੰਡ ਨਹੀਂ ਲੱਗਿਆ ਕਰਦੀ, ਨਾ ਉਹ ਮਰਹਿ ਨਾ ਠਾਕੇ ਜਾਹੇ ਜਿਨ ਕੈ ਰਾਮ ਵਸੈ ਮਨ ਬਾਹਿਆ। ਉਹਨੂੰ ਕੋਈ ਮਾਰ ਨਹੀਂ ਸਕਦਾ, ਉਹਨੂੰ ਕੋਈ ਠੱਗ ਨਹੀਂ ਸਕਦਾ, ਉਹਨੂੰ ਠੰਡ ਕੀ, ਉਹਨੂੰ ਗਰਮੀ ਕੀ। ਹੁਣ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਭਰਾਤਰ ਦੀ ਤਵੀ ਦੇ ਬੈਠੇ ਨੇ, ਕੀ ਉਹਨਾਂ ਨੂੰ ਛੇਕ ਨਹੀਂ ਲੱਗਦਾ? ਤੇਰਾ ਕੀਆ ਮਿੱਠਾ ਲਾਗਾ ਹਰਨਾਮ ਪਦਾਰਥ ਨਾਨਕ ਮੰਗਿਆ। ਭਾਈ ਮਤੀ ਦਾਜ ਦੇ ਅਸੀਸ ਤੇ ਆਰਾ ਚੱਲ ਰਿਹਾ, ਕੀ ਉਹਨਾਂ ਨੂੰ ਦਰਦ ਨਹੀਂ ਹੋ ਰਿਹਾ? ਕਿਉਂਕਿ ਹਿਰਦੇ ਵਿੱਚ ਬਾਣੀ ਹੈ, ਦਰਦ ਭੋ ਨਹੀਂ ਰਿਹਾ, ਆਤਮਾ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਹੋਈ ਹੈ। ਆਪਾਂ ਪ੍ਰਭਾਤ ਫੇਰੀਆਂ ਕਰਦੇ ਨੇ, ਛੋਟੇ ਛੋਟੇ ਬੱਚੇ ਵੇਖਿਓ, ਛਾਲਾ ਮਾਰਦੇ ਫਿਰਦੇ ਨੇ ਨੰਗੇ ਪੈਰ, ਉਹਨਾਂ ਨੂੰ ਪੁੱਛ ਕੇ ਵੇਖੋ ਬੱਚਿਓ ਤੁਹਾਨੂੰ ਠੰਡ ਨਹੀਂ ਲੱਗੀ? ਤੇ ਕਹਿਣਗੇ ਨਹੀਂ ਠੰਡ ਲੱਗੀ, ਸ਼ਬਦ ਪੜ੍ਹਦਿਆਂ ਗਏ ਤੇ ਸ਼ਬਦ ਪੜ੍ਹਦਿਆਂ ਵਾਪਸ ਆ ਗਏ, ਪਤਾ ਹੀ ਨਹੀਂ ਲੱਗਾ ਠੰਡ ਹੈ ਕੀ ਇੱਕ ਨਹੀਂ ਹੈਗੀ, ਨੰਗੇ ਪੈਰ ਤੁਰੇ ਜਾਂਦੇ ਨਹੀਂ। ਤੇ ਮੇਰੇ ਵਰਗਾ ਆਲਸੀ ਰਜਾਈ ਵਿੱਚ ਬੈਠਾ ਹੋਇਆ ਕਹੀ ਜਾਂਦਾ ਵੀ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ। ਜਿਹੜਾ ਬਾਣੀ ਨਾਲ ਜੁੜਿਆ, ਨਾ ਉਹਨੂੰ ਸਰਦੀ ਲੱਗਦੀ ਤੇ ਨਾ ਉਹਨੂੰ ਗਰਮੀ ਲੱਗਦੀ। ਕਹਿਣ ਲੱਗੇ ਪੁੱਤਰ ਠੰਡ ਤੋਂ ਡਰਦੇ ਅੰਦਰ ਬੈਠੀ ਆ, ਦੱਸ ਦੇ ਕੌਣ ਹੈ? ਕਹਿਣ ਲੱਗੇ ਤੂੰ ਬਾਹਰ ਆ ਕੇ ਵੇਖ। ਇਹ ਗੰਗੂ ਦੀ ਮਾਂ ਉੱਠ ਕੇ ਬਾਹਰ ਆਈ, ਅੱਖਾਂ ਤੇ ਹੱਥ ਧਰ ਕੇ ਵੇਖਿਆ ਬਜ਼ੁਰਗ ਬਸਤਾ, ਕਹਿੰਦੀ ਪੁੱਤਰ ਕੌਣ ਹੈ ਤੇਰੇ ਨਾਲ?
ਲੱਗਾ ਮਾਂ ਮੇਰੇ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਮਾਤਾ ਤੇ ਉਹਨਾਂ ਦੇ ਸਾਹਿਬਜ਼ਾਦੇ ਨਾਲ। ਜਦੋਂ ਨਾਂ ਸੁਣਿਆ ਨਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ, ਮਾਤਾ ਜੀ ਕਾਲੇ ਕਦਮਾਂ ਦੇ ਨਾਲ ਸੋਭੀ ਅੱਗੇ ਵਧੀ ਹੈ, ਉਹਨੇ ਜਾ ਕੇ ਚਰਨਾਂ ਤੇ ਸਿਰ ਰੱਖ ਲਿਆ, ਕਹਿਣ ਲੱਗੀ ਮੇਰੇ ਧੰਨ ਭਾਗ, ਮੇਰਾ ਘਰ ਪਵਿੱਤਰ ਹੋ ਗਿਆ, ਮੇਰੇ ਘਰ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਮਾਤਾ ਆ ਗਈ, ਉਹਨਾਂ ਦੇ ਸਾਹਿਬਜ਼ਾਦੇ ਆ ਗਏ, ਚਰਨਾਂ ਤੇ ਨਮਸਕਾਰ ਕੀਤੀ ਆ, ਧੰਨ ਭਾਗ ਮੇਰੇ, ਅੱਜ ਮੇਰੇ ਘਰ ਮਾਂ ਗੁਜਰੀ ਆਈ ਆ ਜਿਹਨੇ ਆਪ ਵਿਧਵਾ ਹੋ ਕੇ ਤੇ ਲੱਖਾਂ ਸੁਹਾਗਾਂ ਦੇ ਸੁਹਾਗ ਬਚਾ ਲਏ, ਪਾਣੀ ਗਰਮ ਕੀਤਾ, ਇਸ਼ਨਾਨ ਕਰਵਾਇਆ, ਸੁੱਕੇ ਵਸਤਰ ਦਿੱਤੇ ਨੇ, ਅੰਦਰ ਬਿਸਤਰਾ ਵਿਛਾ ਦਿੱਤਾ, ਕਹਿਣ ਲੱਗੇ ਬੈਠੋ ਮੈਂ ਤੁਹਾਡੇ ਵਾਸਤੇ ਕੁਛ ਛਕਣ ਵਾਸਤੇ ਤਿਆਰ ਕਰਾਂ, ਤੇ ਚੌਂਕੇ ਵਿੱਚ ਬਹਿ ਕੇ ਮਾਂ ਸੋਭੀ ਨੇ ਖੀਰ ਤਿਆਰ ਕਰਨ ਦੀ ਆਰੰਭ ਕਰ ਦਿੱਤਾ। ਮਨ ਦਾ ਵਿਚਾਰ ਹੈ ਗਰਮ ਗਰਮ ਖੀਰ, ਬਜ਼ੁਰਗ ਮਾਤਾ ਬੱਚੇ ਛੋਟੇ ਨੇ ਆਰਾਮ ਨਾਲ ਖਾ ਸਕਣਗੇ, ਨਾਲੇ ਨਿੱਘ ਮਿਲ ਜਾਏਗਾ, ਨਾਲੇ ਤਾਕਤ ਮਿਲ ਜਾਏਗੀ। ਤੇ ਗੰਗੂ ਨੇ ਵੇਖਿਆ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਨੇ, ਇਹਦਾ ਮਨ ਚਲਾਏਮਾਨ ਹੋ ਗਿਆ, ਬੇਈਮਾਨ ਹੋ ਗਿਆ, ਮਨ ਦਾ ਕੋਈ ਭਰੋਸਾ ਨਹੀਂ, ਇੱਕ ਪਲ ਵਿੱਚ ਪਾਪੀ ਬਣ ਜਾਂਦਾ, ਇੱਕ ਪਲ ਵਿੱਚ ਪੁੰਨੀ ਬਣ ਜਾਂਦਾ, ਮਾਇਆ ਤੇ ਬਹੁਤ ਛੇਤੀ ਤਿਲਕਦਾ ਹੈ, ਹੋ ਸਕਦਾ ਕੇਲੇ ਦੇ ਛਿਲਕੇ ਤੋਂ ਡਿੱਗਿਆ ਹੋਇਆ ਮਨੁੱਖ ਕਿਤੇ ਬਚ ਜਾਏ, ਲੇਕਿਨ ਮਾਇਆ ਤੋਂ ਤਿਲਕਿਆ ਹੋਇਆ ਮਨੁੱਖ ਕਦੇ ਬਚਿਆ ਨਹੀਂ ਕਰਦਾ, ਉਹ ਸਦਾ ਵਾਸਤੇ ਰੁੜ ਜਾਇਆ ਕਰਦਾ। ਇਹਦਾ ਮਨ ਬੇਈਮਾਨ ਹੋ ਗਿਆ, ਕਹਿਣ ਲੱਗਾ ਜੇ ਮੋਹਰਾਂ ਮੇਰੇ ਹੱਥ ਲੱਗ ਜਾਣ ਤੇ ਅਮੀਰ ਬਣ ਜਾਵਾਂਗਾ, ਤੇ ਮੋਹਰਾਂ ਲੱਗਣ ਕਿਵੇਂ। ਇਹਦੇ ਮਨ ਵਿੱਚ ਇੱਕ ਤਰਕੀਬ ਆਈ ਹੈ ਤੇ ਆਪਣੀ ਮਾਂ ਕੋਲ ਆ ਗਿਆ, ਕਹਿੰਦਾ ਮਾਂ ਕੀ ਬਣਾਉਣੀ ਹੈ, ਕਹਿੰਦੀ ਪੁੱਤਰ ਖੀਰ ਬਣਾ ਰਹੀ ਆ, ਕਹਿੰਦਾ ਤੇਰੇ ਨਾਲ ਇੱਕ ਸਲਾਹ ਕਰਨੀ ਹੈ, ਉਹ ਸਲਾਹ ਕਿਹੜੀ ਹੈ। ਕਹਿਣ ਲੱਗਾ ਮਾਂ ਅੱਜ ਮੈਂ ਬਾਜ਼ਾਰ ਵਿੱਚੋਂ ਜਾ ਕੇ ਇੱਕ ਪੁੜੀ ਜ਼ਹਿਰ ਦੀ ਲੈ ਕੇ ਆਉਣ ਲੱਗਾ, ਤੂੰ ਖੀਰ ਵਿੱਚ ਜ਼ਹਿਰ ਪਾ ਦੇ, ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਛਕਾ ਦੇ, ਲਾਸ਼ਾਂ ਰਾਤੋਂ ਰਾਤ ਵੇਲੇ ਲਾ ਦਿਆਂਗਾ, ਮੋਹਰਾਂ ਮੇਰੇ ਹੱਥ ਆ ਜਾਣਗੀਆਂ, ਤਿੜ ਚੜਦੇ ਨੂੰ ਮੈਂ ਵੀ ਅਮੀਰ ਹੋ ਜਾਵਾਂਗਾ। ਤੇ ਮਾਂ ਤੜ ਉੱਠੀ ਹੈ, ਉਹਨੇ ਚਿਮਟਾ ਚੁੱਕਣੇ ਲੱਗ ਪਿਆ, ਕਹਿਣ ਲੱਗੀ ਗੰਗਾ ਰਾਮਾ ਤੇਰੇ ਮਨ ਵਿੱਚ ਖਿਆਲ ਕਿਵੇਂ ਆ ਗਿਆ, ਇਹ ਕਿਸੇ ਕੰਗਾਲ ਦੀ ਮਾਤਾ, ਇਹ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਮਾਤਾ, ਜਿਹਦੇ ਦਰਬਾਰ ਵਿੱਚ ਕਵੀ ਇੱਕ ਕਵਿਤਾ ਪੜ੍ਹਦੇ ਤੇ ਸੋਨੇ ਦੀਆਂ ਮੋਹਰਾਂ ਢਾਲਾ ਭਰ ਭਰ ਕੇ ਉਹਦੀ ਝੋਲੀ ਵਿੱਚ ਪਾ ਦਿਆ ਕਰਦਾ, ਇਹ ਕਿਤੇ ਕੰਗਾਲ ਦੇ ਸਾਹਿਬਜ਼ਾਦੇ ਨੇ, ਜੇ ਇਹਨਾਂ ਨੂੰ ਇਹਨਾਂ ਦੇ ਪਿਤਾ ਕੋਲ ਲੈ ਕੇ ਜਾਏਗਾ ਤੇ ਤੈਨੂੰ ਮਾਲਾ ਮਾਲ ਕਰ ਦੇਣਗੇ, ਕਲਗੀਧਰ ਪਾਤਸ਼ਾਹ ਮਹਾਰਾਜ ਤੇਰੇ ਮਨ ਵਿੱਚ ਖਿਆਲ ਕਿਵੇਂ ਆ ਗਿਆ, ਪਰੇ ਪਾਪੀ ਨਹੀਂ ਮੰਨਿਆ। ਜਦੋਂ ਪ੍ਰਸ਼ਾਦਾ ਛਕ ਲਿਆ ਮਾਤਾ ਜੀ ਨੇ ਤੇ ਸਾਹਿਬਜ਼ਾਦੇ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਆਰਾਮ ਕਰਨ ਲੱਗ ਪਏ, ਤੇ ਗੰਗੂ ਨੇ ਸੋਚਿਆ ਵੀ ਸ਼ਾਇਦ ਮਾਤਾ ਜੀ ਵੀ ਸੌਂ ਗਏ ਨੇ, ਸਾਹਿਬਜ਼ਾਦੇ ਵੀ ਸੌਂ ਗਏ, ਇਹਨੇ ਮਾਇਆ ਦੀ ਥੈਲੀ ਚੁੱਕੀ ਹੈ ਤੇ ਰੌਲਾ ਪਾ ਦਿੱਤਾ, ਚੋਰ 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 ਚੋਰ। ਮਾਤਾ ਨੇ ਆਖਿਆ ਗੰਗਾ ਰਾਮਾ ਹੇਰਾ ਫੇਰੀਆਂ ਕਿਉਂ ਕਰਦਾ, ਮੈਂ ਸੁੱਤੀ ਨੀ ਮੈਂ ਤੇ ਜਾਗਦੀ ਹਾਂ, ਜਿਹਦੇ ਸਿਰ ਤੇ ਮੁਸੀਬਤ ਹੋਵੇ ਉਹਨੂੰ ਨੀਂਦਰ ਕਿੱਥੋਂ ਆਇਆ ਕਰਦੀ ਆ, ਰਿੜੀ ਕੁਮਾਰੀ ਕੋ ਪਿਤਾ ਜਾ ਸ਼ਰਵੈਰੀ ਹੋਏ, ਕਿਨ ਤੀਨੋ ਕੇ ਨੈਣ ਮੈਂ ਨਿੰਦਰਾ ਕਵੀ ਨਾ ਹੋਏ, ਜਿਹਨੂੰ ਖਤਰਾ ਹੋਵੇ ਨਾ ਬੈਰੀ ਚੜ੍ਹੇ ਆ ਰਿਹਾ ਹੈ, ਉਹਨੂੰ ਦਿਨ ਰਾਤ ਨੀਂਦਰ ਨਹੀਂ ਆਇਆ ਕਰਦੀ, ਪੁੱਤਰਾ ਮੈਂ ਤੇ ਜਾਗ ਰਹੀ ਹਾਂ, ਮੇਰੇ ਸਾਹਮਣੇ ਥੈਲੀ ਮੋਹਰਾਂ ਦੀ ਚੁੱਕ ਕੇ ਲੈ ਕੇ ਗਿਆ, ਤੇ ਚੋਰੀ ਪਕੜੀ ਗਈ ਧਰਤੀ ਵੇਲ ਦਿੰਦੀ, ਕਹਿਣ ਲੱਗਾ ਮਾਤਾ ਜੀ ਇੱਕ ਤੇ ਬਾਗੀਆਂ ਨੂੰ ਆਪਣੇ ਘਰ ਲੈ ਕੇ ਆਇਆ ਤੇ ਦੂਜਾ ਮੈਨੂੰ ਚੋਰ ਕਹਿੰਦੇ ਹੋ, ਹੁਣੇ ਜਾਣਾ ਥਾਣੇ ਤੁਹਾਨੂੰ ਗ੍ਰਿਫਤਾਰ ਕਰਾ ਦਿਆਂਗਾ, ਸਰਕਾਰ ਕੋਲ ਨਾਮ ਲਵਾਂਗਾ, ਮਾਂ ਨੇ ਵਰਜਿਆ, ਮਾਤਾ ਸੋਭੀ ਨੇ ਵਰਜਿਆ, ਲੇਕਿਨ ਨਹੀਂ ਹਟਿਆ, ਜਾ ਪਹੁੰਚਿਆ ਮਰਿੰਡੇ ਥਾਣੇ, ਜਾਨੀ ਖਾਂ ਤੇ ਮਾਨੀ ਖਾਂ ਨੂੰ ਚੜਾ ਕੇ ਲਿਆਇਆ, ਕਹਿਣ ਲੱਗਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮਾਤਾ ਜੀ ਦੇ ਸਾਹਿਬਜ਼ਾਦੇ ਮੇਰੇ ਘਰੋਂ ਗ੍ਰਿਫਤਾਰਪੁਰ ਦੇ ਬਣਿਆ ਨਾਮ ਮੈਨੂੰ ਦੇ ਦੇ, ਮਾਇਆ ਹੋਈ ਨਾਗਣੀ ਜਗਤ ਰਹੀ ਰਪਟਾਏ, ਜੋ ਜੋ ਇਸਕੀ ਸੇਵਾ ਕਰੇ ਤੇ ਅਸੀਂ ਹੀ ਗੋਬਰ ਖਾਏ, ਮਾਇਆ ਨੇ ਆਪਣਾ ਪ੍ਰਭਾਵ ਪਾ ਦਿੱਤਾ, ਜਾਨੀ ਖਾਂ ਮਾਨੀ ਖਾਂ ਥਾਣੇਦਾਰ ਆ ਕੇ ਉਹਨਾਂ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰ ਲਿਆ, ਤੇ ਮਾਂ ਨੇ ਤੁਰ ਲੱਗੇ ਆਖਿਆ ਗੰਗਾ ਰਾਮਾ ਜਿਹੜੀ ਮਾਇਆ ਬਦਲੇ ਏਡਾ ਪਾਪ ਕੀਤਾ, ਮਾਇਆ ਤੇਰੇ ਨਾਲ ਨਹੀਂ ਜਾਂਦੀ, ਬਾਬਾ ਮਾਇਆ ਸਾਥ ਨਾ ਹੋਏ ਇਹ ਸਾਥ ਨਹੀਂ ਜਾਣੀ। ਤੇ ਜਾਨੀ ਖਾਂ ਕਹਿਣ ਲੱਗਾ ਮਾਂ ਕਿਹੜੀ ਮਾਇਆ ਦੀ ਗੱਲ ਕਰਦੀ, ਕਹਿਣ ਲੱਗੇ ਇਹਨੂੰ ਕੁਛ ਜਿਹੜੀ ਸੋਨੇ ਦੀਆਂ ਮੋਹਰਾਂ ਇਹਨੇ ਲੁਕਾਈਆਂ ਨੇ,
ਉੱਥੇ ਢਾਲਿਆ ਜਾਨੀ ਖਾਂ ਨੇ ਨਾਲ ਗ੍ਰਿਫਤਾਰ ਕਰ ਲਿਆ। ਸੋਨੇ ਦੀਆਂ ਮੋਹਰਾਂ ਵੀ ਕਢਵਾ ਲਈਆਂ। ਕਹਿਣ ਲੱਗਾ ਤੇਰਾ ਫੈਸਲਾ ਤੇ ਬਾਅਦ ਵਿੱਚ ਕਰਾਂਗੇ, ਪਹਿਲਾਂ ਇਹਨਾਂ ਦੇ ਬਣਦਾ ਇਨਾਮ ਅਸੀਂ ਇਹਨਾਂ ਦੇ ਸਿਰ ਤੇ ਜਿਹੜਾ ਨਾਮ ਹੈ ਸੂਬੇਦਾਰ ਕੋਲ ਲਵਾਂਗੇ। ਜਾਨੀ ਖਾਂ ਮਾਨੀ ਖਾਂ ਥਾਣੇਦਾਰ ਮਾਤਾ ਜੀ ਦੇ ਸਾਹਿਬਜ਼ਾਦੇ ਨੂੰ ਗ੍ਰਿਫਤਾਰ ਕਰਕੇ ਤੇ ਥਾਣੇ ਵਿੱਚ ਚੌਂਕੀ ਵਿੱਚ ਲੈ ਕੇ ਆ ਗਿਆ। ਮਰਿੰਦੇ ਥਾਣੇ ਵਿੱਚ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ। ਸਿੱਖ ਇਤਿਹਾਸ ਵਿੱਚ ਪਹਿਲੀ ਇਸਤਰੀ ਹੈ ਜਿਹਨੇ ਸਭ ਤੋਂ ਪਹਿਲਾਂ ਕੈਦ ਕੱਢੀ, ਉਹ ਹੈ ਮਾਂ ਗੁਜਰੀ। ਇੱਕ ਰਾਤ ਮਰਿੰਦੇ ਥਾਣੇ ਰੱਖਿਆ ਗਿਆ ਤੇ ਦੂਸਰੇ ਦਿਨ ਸਰਹੰਦ ਪਹੁੰਚਾ ਦਿੱਤੇ ਗਏ ਤੇ ਇੱਧਰ 8 ਪੋਹ ਨੂੰ ਚਮਕਾਉਣ ਦਾ ਜੰਗ ਸਮਾਪਤ ਹੋਇਆ। 9 ਪੋਹ ਨੂੰ ਸੂਬੇਦਾਰ ਵਜੀਦ ਖਾਨ ਵਾਪਸ ਆਇਆ। 10 ਪੋਹ ਨੂੰ ਇਸ ਨੇ ਆਰਾਮ ਕੀਤਾ ਨੂੰ ਖਬਰ ਮਿਲ ਗਈ ਵੀ ਕਲਗੀਧਰ ਬਾਦਸ਼ਾਹ ਮਹਾਰਾਜ ਦੀ ਮਾਂ ਤੇ ਉਹਨਾਂ ਦੇ ਸਾਹਿਬਜ਼ਾਦੇ ਗ੍ਰਿਫਤਾਰ ਹੋ ਗਏ ਨੇ। ਬੜਾ ਖੁਸ਼ ਹੋਇਆ, ਕਹਿੰਦਾ ਕਿਉਂ ਅਜੇ ਕਲਗੀਧਰ ਬਾਦਸ਼ਾਹ ਬਚ ਕੇ ਨਿਕਲ ਗਏ ਨੇ, ਹੁਣ ਉਹਨਾਂ ਦੇ ਸਾਹਿਬਜ਼ਾਦੇ ਤੇ ਉਹਨਾਂ ਦੀ ਮਾਂ ਕੋਲੋਂ ਈਨ ਮਨਾਵਾਂਗਾ ਤੇ ਆਪਣੇ ਆਪ ਨੂੰ ਪੇਸ਼ ਕਰਨ ਵਾਸਤੇ ਮਜ਼ਬੂਰ ਹੋ ਜਾਣਗੇ ਕਲਗੀਧਰ ਬਾਦਸ਼ਾਹ ਮਹਾਰਾਜ ਜਦੋਂ ਤੁਸੀਂ ਇਹ ਦਿਆਂਗੇ। ਪਰ ਨਹੀਂ ਜਾਣਦਾ ਬੱਬਰ ਸ਼ੇਰ ਕਦੀ ਝੁਕਿਆ ਨਹੀਂ ਕਰਦੇ, ਭਾਵੇਂ ਲੱਖ ਪਹਾੜੀਆਂ ਰਾਹ ਰੋਕਣ ਕਦੇ ਵਹਿਣ ਦਰਿਆਵਾਂ ਤੇ ਰੁਕਦੇ ਨਹੀਂ, ਥੱਕ ਜਾਂਦੇ ਨੇ ਦਿਲ ਕਮਜ਼ੋਰ ਵਾਲੇ ਪੈਂਦੀ ਛੱਡੇ ਨਿਸ਼ਾਨੇ ਤੇ ਘੁੱਕਦੇ ਨਹੀਂ। ਜਦੋਂ ਸਾਹਮਣੇ ਦਿਸੇ ਸ਼ਿਕਾਰ ਫਿਰਦਾ ਸ਼ੇਰ ਧੁਰਿਆਂ ਦੇ ਵਿੱਚ ਲੁਕਦੇ ਨਹੀਂ, ਮਰਦ ਮਰ ਜਾਂਦੇ ਆਪਣੀ ਅਣਖ ਬਦਲੇ ਕਦੇ ਵੈਰੀਆਂ ਦੇ ਅੱਗੇ ਝੁਕਦੇ ਨਹੀਂ, ਮਰਦ ਝੁਕਾਇਆ ਕਰਦੇ ਨੇ ਕਦੇ ਝੁਕਿਆ ਨਹੀਂ ਕਰਦੇ। ਲਓ ਜੀ 10 ਪੋਹ ਨੂੰ ਇਸ ਨੇ ਕੀਤਾ ਆਰਾਮ ਤੇ 11 ਪੋਹ ਦਾ ਦਿਨ ਚੜਿਆ ਨੇ ਲਾਈ ਆ ਕਚਹਿਰੀ। ਇਹਨੇ ਸਿਪਾਹੀਆਂ ਨੂੰ ਭੇਜਿਆ, ਕਹਿਣ ਲੱਗਾ ਜਾਓ ਜਾ ਕੇ ਸਾਹਿਬਜ਼ਾਦਿਆਂ ਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਾਏ। ਸਿਪਾਹੀ ਆ ਗਏ ਨੇ ਤੇ ਮਾਂ ਗੁਜਰੀ ਨੇ ਵੇਖਿਆ ਵੀ ਸਾਹਿਬਜ਼ਾਦਾ ਦੀ ਪੇਸ਼ੀ ਹੋਣੀ ਹੈ, ਦੇ ਕੇ ਸਿਰ ਤੇ ਪਿਆਰ ਸਤਿਕਾਰ ਯੋਗ ਮਾਂ ਗੁਜਰੀ ਆਪਣੇ ਪੋਤਰਿਆਂ ਨੂੰ ਜਿਹੜੀ ਸਿੱਖਿਆ ਦੇ ਰਹੇ ਨੇ, ਮੈਂ ਸੂਬੇ ਦੀ ਕਚਹਿਰੀ ਵੀ ਜਾ ਕੇ ਗੱਜ ਕੇ ਫਤਿਹ ਬੁਲਾਉਣੀ ਹੈ। ਮਾਂ ਗੁਜਰੀ ਨੇ ਕਿਹੜੀ ਸਿੱਖਿਆ ਸਾਹਿਬਜ਼ਾਦਾ ਦਿੱਤੀ ਹੈ, ਉਹ ਸਿੱਖਿਆ ਦਾ ਵਰਣਨ ਦੱਸਦਾ ਤੁਹਾਡੀ ਆਪ ਦੀ ਸੇਵਾ ਵਿੱਚ ਹੈ।
ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰਲੋਕ ਕਹਿਣ ਲੱਗੇ ਉਸ ਦਾਦੇ ਦੇ ਪੋਤਰੇ ਹੋ ਜਿਹਨਾਂ ਨੇ ਤਿਲਕ ਤੇ ਜੰਜੂ ਦੀ ਰਾਖੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਆਪਣੀ ਬਲੀ ਦੇ ਦਿੱਤੀ ਆਪਣਾ ਬਲੀਦਾਨ ਦੇ ਦਿੱਤਾ ਮਾਂ ਨੇ ਸਿੱਖਿਆ ਦੇ ਕੇ ਵਿਦਿਆ ਕਰ ਦਿੱਤਾ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਦਾਦੀ ਮਾਂ ਨੇ ਸੱਜੇ ਪਾਤਸ਼ਾਹ ਕਿਰਪਾ ਕਰੋ ਮੇਰੇ ਪੋਤਰੇ ਬਹੁਤ ਨਿਆਣੇ ਨੇ ਅਰਦਾਸ ਵੇਖੋ ਕੀ ਕਰਦੀ ਆਪਾਂ ਵੀ ਅਰਦਾਸ ਕਰਦੇ ਨਾ ਆਪਣੇ ਬੱਚਿਆਂ ਵਾਸਤੇ ਸੱਜੇ ਪਾਤਸ਼ਾਹ ਕਿਰਪਾ ਕਰਿਓ ਸਾਡੇ ਬੱਚਿਆਂ ਨੂੰ ਲੰਬੀ ਉਮਰ ਬਖਸ਼ਿਓ ਇਹਨਾਂ ਨੂੰ ਸਾਰੇ ਦੁਨੀਆਂ ਦੇ ਸੁੱਖ ਬਖਸ਼ਿਓ ਤੇ ਮਾਂ ਨੇ ਕੀ ਅਰਦਾਸ ਕੀਤੀ ਕਿਉਂਕਿ ਮਾਂ ਜਾਣਦੀ ਹੈ ਤੇ ਪਿੱਛਾ ਦੂਰ ਰਹਿ ਗਿਆ ਤੇ ਅੱਗਾ ਬਹੁਤ ਨੇੜੇ ਆ ਗਿਆ ਕਿਉਂਕਿ ਮਾਂ ਵੀ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਚੁੱਕੀ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮਾਤਾ ਜੀ ਜਿਹਨਾਂ ਦੀ ਅਥਾਹ ਪਤਕੀ ਹੈ 26 ਸਾਲ 9 ਮਹੀਨੇ 13 ਦਿਨ ਬਾਬਾ ਬਕਾਲਾ ਭੋਰੇ ਵਿੱਚ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਬੰਦਗੀ ਕੀਤੀ ਹੈ ਤੇ ਇੰਨਾ ਹੀ ਸਮਾਂ ਮਾਂ ਗੁਜਰੀ ਨੇ ਬਰੂਹਾਂ ਵਿੱਚ ਬਹਿ ਕੇ ਬੰਦਗੀ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮ ਵਿੱਚ ਬਹਿ ਕੇ ਇੰਨਾ ਹੀ ਸਮਾਂ ਮਾਂ ਗੁਜਰੀ ਦੀ ਬੰਦਗੀ ਹੈ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਨੇ ਤੇ ਜਾਣਦੇ ਨੇ ਸਮਾਂ ਨੇੜੇ ਆ ਚੁੱਕਾ ਹੈ
ਅਸ਼ੀਸ਼ ਦੇ ਕੇ ਤੁਰੇ ਤੇ ਆਪ ਅਕਾਲ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਮੇਰੇ ਪੁੱਤਰਿਆਂ ਦੇ ਅੰਗ ਸੰਗ ਰਿਹੋ, ਇਹਨਾਂ ਦਾ ਸਿੱਖੀ ਸਿਰਕ ਕੇਸਾ ਸਵਾਸਾ ਸੰਗ ਨੇ ਬਜਾਇਆ। ਇੱਕ ਦਾਦੀ ਮਾਂ ਦੀ ਅਰਦਾਸ ਹੈ, ਆਪਾਂ ਵੀ ਕਿਰਪਾ ਕਰਕੇ ਅਰਦਾਸ ਕਰੀ, ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਵੀ ਬੱਚਿਆਂ ਦਾ ਸਿੱਖੀ ਸਿਰਕ ਕੇਸਾ ਸਵਾਸਾ ਸੰਗ ਨੇ ਬਜਾਇਆ। ਪਰ ਆਪਾਂ ਤਾਂ ਦੁਨਿਆਵੀ ਸੁੱਖ ਮੰਗਦੇ ਹਾਂ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਦੁਨਿਆਵੀ ਸੁੱਖ ਦੇਣ ਵਾਸਤੇ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ। ਇਸ ਦੇਸ਼ ਤੇ ਕੌਮ ਦੀ ਇੱਜ਼ਤ ਬਦਲੇ ਕਈਆਂ ਜ਼ਿੰਦਗੀ ਦੇ ਕਈ ਸਾਲ ਬਾਰੇ, ਕਈਆਂ ਭਾਗ ਦੇ ਕਈਆਂ ਸੁਹਾਗ ਬਾਰੇ, ਕਈਆਂ ਉੱਚੇ ਤੋਂ ਉੱਚੇ ਖਿਆਲ ਬਾਰੇ, ਲੋਕਾਂ ਆਪਣੇ ਪੁੱਤਾਂ ਦੀ ਖੁਸ਼ੀ ਖਾਤਰ ਭਰ ਭਰ ਕੇ ਲਾਲਾਂ ਦੇ ਥਾਲ ਬਾਰੇ, ਇਹ ਪਰ ਗੁਰੂ ਦਸ਼ਮੇਸ਼ ਦਾ ਧੰਨ ਜਿਗਰਾ ਜਿਹਨਾਂ ਲੋਕਾਂ ਦੇ ਲਾਲਾਂ ਤੋਂ ਲਾਲ ਬਾਰੇ, ਗੁਰਦੇਵ ਪਾਤਸ਼ਾਹ ਮਹਾਰਾਜ ਨੇ ਸਾਡੀ ਖਾਤਰ ਸਾਰਾ ਪਰਿਵਾਰ ਵਾਰ ਦਿੱਤਾ ਤੇ ਖਾਲਸੇ ਵੱਲ ਉਂਗਲ ਕਰਕੇ ਆਖਿਆ ਇਹ ਨਹੀਂ ਕਿ ਕਿਰਪਾ ਕੇ ਸਜੇ ਹਮ ਹੈ, ਨੇ ਮੋਸੇ ਗਰੀਬ ਕਰੋੜ ਪਰੇ ਹਰੇ। ਮਹਾਬਲੀ ਤਪਸਵੀ ਵੀਰ ਯੋਧਾ ਪਿਤਾ ਪੁੱਤ ਦਾ ਇੱਕ ਅਕਾਲ ਦਾ ਪੁੱਤ, ਉਹ ਗੁਜਰੀ ਦੇ ਦੁੱਧ ਦੀ ਮਹਾਸ਼ਕਤੀ ਮੁੜ ਕੇ ਜਮਣਾ ਨਹੀਂ ਉਹਦੇ ਨਾਲ ਦਾ ਪੁੱਤ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਡਰ ਦੇ ਫਰਜੰਦ ਕਚਹਿਰੀ ਵਿੱਚ ਸਮਾਂ ਤਕਰੀਬਨ ਅੱਧਾ ਘੰਟਾ ਬਾਕੀ ਰਹਿ ਗਿਆ ਤੇ ਦੋ ਵਨਗੀਆਂ ਤੇ ਆਸ਼ਿਸ਼ ਮੈਂ ਗੱਲ ਨੂੰ ਥੋੜ੍ਹਾ ਜਿਹਾ ਨੇੜੇ ਕਰਕੇ ਸਾਂਝੀਆਂ ਕਰ ਦਿੰਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਡਲੇ ਭਰੀ ਦੇ ਕਚਹਿਰੀ ਵਿੱਚ ਪਹੁੰਚੇ, ਸਰਹੰਦ ਦੀ ਧਰਤੀ ਹੈ, ਸ਼ੋਭੇਦਾਰ ਵਜ਼ੀਰ ਖਾਨ ਦੀ ਕਚਹਿਰੀ ਲੱਗੀ ਹੈ ਤੇ ਪੌਣੇ ਛੇ ਅਤੇ ਪੌਣੇ ਅੱਠ ਸਾਲ ਦੀਆਂ ਮਸੂਮ ਜਿੰਦਾ ਕਚਹਿਰੀ ਵਿੱਚ ਖੜੀਆਂ ਨੇ। ਜਾ ਕੇ ਗੱਜ ਕੇ ਫਤਿਹ ਬੁਲਾਈ, ਸ਼ਰਮ ਕੇ ਕੋਲੇ ਹੋ ਗਿਆ ਸੂਬੇਦਾਰ ਵਜ਼ੀਰ ਖਾਨ, ਕਹਿੰਦਾ ਬੱਚਿਓ ਸ਼੍ਰੀ ਅਨੰਦਪੁਰ ਸਾਹਿਬ ਦਾ ਦਰਬਾਰ ਨਹੀਂ ਜਿੱਥੇ ਤੁਹਾਡੀ ਫਤਿਹ ਬਰਬਾਦ ਹੋਵੇਗੀ, ਇੱਥੇ ਤੁਹਾਨੂੰ ਸਲਾਮ ਬੁਲਾਉਣੀ ਪਵੇਗੀ, ਨੀਵੇਂ ਹੋਣਾ ਪਵੇਗਾ। ਕਹਿਣ ਲੱਗਾ ਸੂਬੇਦਾਰਾ ਸਾਨੂੰ ਸਿੱਖਿਆ ਸਾਡੇ ਬਾਪ ਦੀ, ਸਿਵਾਏ ਅਕਾਲ ਪੁਰਖ ਦੇ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਣਾ। ਕਹਿੰਦੇ ਜਿਸ ਦਰ ਤੇ ਸਰ ਨਾ ਝੁਕੇ ਉਸੇ ਦਰ ਨਹੀਂ ਕਹਿੰਦੇ, ਜੋ ਦਰ ਦਰ ਤੇ ਝੁਕਦੇ ਉਸੇ ਸਰ ਨਹੀਂ ਕਹਿੰਦੇ। ਕਾਬੇ ਨੇ ਕਹਿ ਦਿੱਤੇ ਹੈ ਕਾਫਰ ਕੋ ਕਾਫਰ, ਐ ਪਰ ਗੁਰੂ ਨਾਨਕ ਦੇ ਦਰ ਪੇ ਕਾਫਰ ਕੋ ਕਾਫਰ ਨਹੀਂ ਕਹਿੰਦੇ। ਜਿਹੜਾ ਥਾਂ ਥਾਂ ਤੇ ਝੁਕਦਾ ਫਿਰ ਉਹਨੂੰ ਸਿਰ ਦਾ ਰੁਤਬਾ ਨਹੀਂ ਦਿੱਤਾ ਜਾ ਸਕਦਾ, ਸਿਰ ਦਾ ਦਰਜਾ ਉਹਨੂੰ ਮਿਲਦਾ ਜਿਹੜਾ ਇੱਕ ਅਕਾਲ ਦੇ ਅੱਗੇ ਝੁਕੇ ਜਾਂ ਆਪਣੇ ਗੁਰੂ ਦੇ ਅੱਗੇ ਝੁਕੇ। ਕਹਿਣ ਲੱਗੇ ਤੇਰੇ ਸਾਹਮਣੇ ਸਾਡਾ ਸਿੱਖ ਝੁਕ ਨਹੀਂ ਸਕਦਾ, ਬੜੇ ਲਾਜ ਕਰਦੇ ਬੜੇ ਡਰਾਵੇ ਕਰਦੇ, ਲੇਕਿਨ ਸਾਹਿਬਜ਼ਾਦੇ ਨਹੀਂ ਮੰਨੇ। ਕਹਿਣ ਲੱਗਾ ਥੋੜ੍ਹਾ ਜਿਹਾ ਸ਼ਕਤੀ ਕਰ ਦਿਓ, ਸਾਹਿਬਜ਼ਾਦਿਆਂ ਤੇ ਉਹਨਾਂ ਦੀ ਦਾਦੀ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿਓ। ਫਿਰ ਹੁਕਮ ਸੁਣਾਇਆ ਸੂਬੇਦਾਰ ਵਜ਼ੀਰ ਖਾਨ ਨੇ, ਪਹਿਲਾਂ ਹਵਾਲਾਤ ਵਿੱਚ ਕੈਦ ਵਿੱਚ ਬੰਦ ਰੱਖਿਆ, ਜੇਲ੍ਹ ਵਿੱਚ ਬੰਦ ਰੱਖਿਆ। ਕਹਿਣ ਲੱਗਾ ਉਹ ਠੰਡਾ ਬੁਰਜ ਜਿੱਥੇ ਮੈਂ ਗਰਮੀਆਂ ਦੀਆਂ ਦਿਨ ਤੇ ਰਾਤਾਂ ਕੱਢਦਾ, ਉਸ ਠੰਡੇ ਬੁਰਜ ਜਿੱਥੇ ਗਰਮੀਆਂ ਵਿੱਚ ਵੀ ਠੰਡੀ ਹਵਾ ਆਉਂਦੀ ਹੈ। ਇਤਿਹਾਸਕਾਰ ਨੇ ਇੱਥੋਂ ਤੱਕ ਲਿਖਿਆ ਵੀ 52 ਫੁੱਟ ਉੱਚਾ ਇਸਨੇ ਬੁਰਜ ਬਣਾਇਆ ਹੋਇਆ ਸੀ। ਅੱਜ ਸਾਡੇ ਕੋਲੋਂ ਬੁਰਜ ਵੀ ਜਾਂਦਾ ਰਿਹਾ, ਨਵੀਨੀਕਰਨ ਦੇ ਨਾਂ ਤੇ ਸਾਡੇ ਕੋਲੋਂ ਬਹੁਤ ਸਾਰੀਆਂ ਨਿਸ਼ਾਨੀਆਂ ਜਾਂਦੀਆਂ ਰਹੀਆਂ। ਪੱਥਰ ਹੀ ਪੱਥਰ ਲਾ ਦਿੱਤਾ ਸਾਰੇ ਗੁਰੂ ਘਰਾਂ ਵਿੱਚ, ਜਿਹੜੀਆਂ ਪੁਰਾਤਨ ਨਿਸ਼ਾਨੀਆਂ ਸੀ ਸਾਰੀਆਂ ਸਮਾਪਤ ਕਰ ਦਿੱਤੀਆਂ। ਇਹ ਵੀ ਇੱਕ ਸਾਜਿਸ਼ ਹੈ ਤੇ ਸਿੱਖ ਕੌਮ ਨੂੰ ਇਤਿਹਾਸ ਤੋਂ ਵਾਂਝਾ ਕਰ ਦਿਓ, ਨਾ ਇਹਨਾਂ ਦੀ ਇਤਿਹਾਸ ਦੀ ਕੋਈ ਨਿਸ਼ਾਨੀ ਰਵੇ ਤੇ ਨਾ ਇਹਨੂੰ ਆਪਣੇ ਸ਼ਹੀਦਾਂ ਦੀ ਯਾਦ ਆ। ਯਤਨ ਕਰੀਏ ਆਪਣੀਆਂ ਵਿਰਾਸਤਾਂ ਨੂੰ ਸੰਭਾਲ ਕੇ ਰੱਖੀਏ। ਕਹਿੰਦਾ ਠੰਡੇ ਬੁਰਜ ਵਿੱਚ ਕੈਦ ਕਰ ਦਿਓ, ਗਰਮੀਆਂ ਦੇ ਦਿਨ ਕੱਟਣ ਵਾਸਤੇ ਸੂਬੇਦਾਰ ਵਜ਼ੀਰ ਖਾਨ ਇੱਕ ਬੁਰਜ ਬਣਾਇਆ ਹੋਇਆ ਸੀ, ਦਰਿਆ ਦੇ ਕਿਨਾਰੇ ਤੇ ਠੰਡੀ ਹਵਾ ਉਹਦੇ ਵਿੱਚੋਂ ਆਇਆ ਕਰਦੀ ਸੀ ਤੇ ਜਦੋਂ ਸਰਦੀ ਪੈਂਦੀ ਹੋਵੇ ਤੇ ਕਿੰਨੀ ਠੰਡੀ ਹਵਾ ਆਉਂਦੀ ਹੋਵੇ। ਕਹਿੰਦਾ ਮੈਂ ਵੇਖ ਕੇ ਇਹਨਾਂ ਨੂੰ ਸਿੱਖੀ, ਸਾਹਿਬਜ਼ਾਦੇ ਤੇ ਦਾਦੀ ਮਾਂ ਨੂੰ ਕੈਦ ਕਰ ਦਿੱਤਾ ਗਿਆ, ਸਾਰੀ ਰਾਤ ਆਪਣੀ ਗੋਦ ਦਾ ਲਿਖ ਦਿੱਤਾ ਦਾਦੀ ਮਾਂ ਨੇ। ਨਾਲੇ ਜ਼ਾਲਮ ਨੇ ਹੁਕਮ ਕੀਤਾ ਨਾ ਕੋਈ ਭਾਰਾ ਕੱਪੜਾ ਦੇਣਾ, ਨਾ ਇਹਨੂੰ ਛਕਣ ਵਾਸਤੇ ਕੋਈ ਪਦਾਰਥ ਦੇਣਾ। ਪਰ ਧੰਨ ਬਾਬਾ ਮੋਤੀ ਰਾਮ ਮਹਿਰਾ,
ਜਿਹਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਆਪਣੇ ਪਰਿਵਾਰ ਦੇ ਸਾਰੇ ਗਹਿਣੇ ਇਕੱਠੇ ਕਰਕੇ ਪਹਿਰੇਦਾਰ ਨੂੰ ਦੇ ਕੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਦੁੱਧ ਛਕਾਇਆ, ਦੁੱਧ ਨਾਲ ਸੇਵਾ ਕੀਤੀ ਹੈ। ਅੱਜ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਆਉਂਦੇ ਨੇ, ਬਾਬਾ ਮੋਤੀ ਰਾਮ ਮਹਿਰਾ ਨੂੰ ਯਾਦ ਕਰਕੇ ਅੱਜ ਵੀ ਸੰਗਤਾਂ ਦੁੱਧ ਦੇ ਲੰਗਰ ਲਾਉਂਦੀਆਂ। ਬਾਬਾ ਮੋਤੀ ਰਾਮ ਮਹਿਰਾ ਨੇ ਦੁੱਧ ਦੀ ਸੇਵਾ ਕੀਤੀ ਹੈ, ਸਾਰੀ ਰਾਤ ਲੰਘ ਗਈ ਹੈ। ਮਾਂ ਗੁਜਰੀ ਨੇ ਸਾਰੀ ਰਾਤ ਸਿੱਖਿਆ ਦੇ ਦਿਆ ਕੱਢੀ ਹੈ ਕਿ ਪੁੱਤਰ ਜ਼ਾਲਮ ਦੇ ਸਾਹਮਣੇ ਸਿਰ ਨੱਕ ਤੇ ਝੁਕਾ ਦਿਓ, ਆਪਣੇ ਦਾਦੇ ਦੀ ਪੱਗ ਨੂੰ ਕਦੇ ਦਾਗ ਨਾ ਲਾ ਦਿਓ, ਤੁਸੀਂ ਕਲਗੀ ਦਰਬਾਰ ਚ ਬਣਾ ਦੇ ਸ਼ੇਰ ਬੱਚੇ ਹੋ। ਦਿਨ ਚੜਿਆ ਤੇ ਸਿਪਾਹੀ ਆਏ ਨੇ ਲੈਣ ਵਾਸਤੇ, ਅੱਜ 12 ਪੋਹ ਦੀ ਪੇਸ਼ੀ ਹੈ ਸਾਹਿਬਜ਼ਾਦਿਆਂ ਦੀ, ਅੱਜ ਦੂਸਰੀ ਪੇਸ਼ੀ ਹੈ। 12 ਪੋਹ ਦਾ ਦਿਨ ਚੜਿਆ, ਸਿਪਾਹੀ ਆਏ ਨੇ, ਕਹਿਣ ਲੱਗੇ ਮਾਂ ਇਹਨਾਂ ਬੱਚਿਆਂ ਨੂੰ ਤਿਆਰ ਕਰ, ਨਾਜ਼ਮ ਸਾਹਿਬ ਯਾਦ ਕਰ ਦੇਣਾ। ਮਾਂ ਨੇ ਸੋਹਣੇ ਦਸਤਾਰੇ ਸਜਾਏ, ਮੱਥੇ ਚੁੰਮੇ, ਸਿੱਖਿਆ ਦੇ ਕੇ ਵਿਦਿਆ ਕੀਤੇ ਨੇ, ਤੇ ਅੱਜ ਦੋਵੇਂ ਲਾਗਲੇ ਫਿਰ ਦੂਸਰੇ ਦਿਨ ਕਚਹਿਰੀ ਵਿੱਚ ਜਾ ਪਹੁੰਚੇ। ਜਾਲਮਾਂ ਨੇ ਵੱਡਾ ਗੇਟ ਬੰਦ ਕੀਤਾ ਤੇ ਛੋਟੀ ਬਾਰੀ ਖੋਲੀ ਹੈ, ਜਦੋਂ ਸਿਰ ਝੁਕਾਉਣਗੇ ਰੌਲਾ ਪਾ ਦਿਆ ਕਿ ਮੈਂ ਸਿਰ ਝੁਕਾ ਦਿੱਤਾ, ਬਾਅਦ ਵਿੱਚ ਭਾਵੇਂ ਲੱਖ ਝੁਕਾਰੇ ਛੱਡੀ ਜਾਣਾ ਸੀ, ਮੰਨਾਂਗੇ ਨਾ, ਪਰ ਸਾਹਿਬਜ਼ਾਦਿਆਂ ਨੇ ਪਹਿਲਾਂ ਆਪਣਾ ਜੁੱਤੀ ਵਾਲਾ ਪੈਰ ਅੱਗੇ ਲਗਾਇਆ ਤੇ ਔਖੇ ਹੋ ਕੇ ਗਦਰਾਂ ਲਗਾਈਆਂ, ਝੁਕੇ ਨਹੀਂ, ਸਾਹਮਣੇ ਜਾ ਕੇ ਫਿਰ ਫਤਿਹ ਬੁਲਾਈਏ, ਸੰਭਲ ਕੇ ਕੋਲੇ ਹੋ ਗਿਆ ਸੂਬੇਦਾਰ, ਕਹਿੰਦਾ ਸਾਹਿਬਜ਼ਾਦੇ ਤੁਹਾਨੂੰ ਤਾਂ ਸਮਝਾਇਆ ਇੱਥੇ ਫਤਿਹ ਪ੍ਰਵਾਨ ਨਹੀਂ ਹੋਣੀ, ਇੱਥੇ ਸਲਾਮ ਬੁਲਾਉਣੀ ਪਏਗੀ। ਕਹਿਣ ਲੱਗੇ ਤੈਨੂੰ ਆਪਣਾ ਦੀਨ ਪਿਆਰਾ ਤੇ ਸਾਨੂੰ ਆਪਣਾ ਧਰਮ ਪਿਆਰਾ, ਜਾਨ ਤੇ ਦੇ ਸਕਦੇ ਹਾਂ, ਇਹ ਗਰਦਨਾਂ ਟੁੱਟ ਸਕਦੀਆਂ ਲੇਕਿਨ ਝੁਕ ਨਹੀਂ ਸਕਦੀਆਂ। ਸੂਬੇਦਾਰ ਮਜੀਦ ਖਾਨ ਉਹਨੇ ਦਰਬਾਰ ਵਿੱਚ ਨਜ਼ਰ ਮਾਰੀ ਹੈ, ਸ਼ੇਰ ਮੁਹੰਮਦ ਖਾਨ ਮਲੇਰਕੋਟਲੀਆ ਬੈਠਾ ਹੋਇਆ, ਇਸ਼ਾਰਾ ਕੀਤਾ, ਕਹਿਣ ਲੱਗਾ ਖਾਨ ਸਾਹਿਬ ਇਹਨਾਂ ਦੇ ਬਾਪ ਨੇ ਤੁਹਾਡਾ ਸਕਾ ਭਰਾ ਨਾਰ ਖਾਨ ਚਮਕੌਰ ਦੇ ਮੈਦਾਨੇ ਜਾ ਕੇ ਮੇਰੀਆਂ ਅੱਖਾਂ ਦੇ ਸਾਹਮਣੇ ਮਾਰਿਆ, ਅੱਜ ਤੁਹਾਡੇ ਹੱਥੋਂ ਦੇ ਸਾਹਿਬਜ਼ਾਦੇ ਇਹਨਾਂ ਨੂੰ ਕਤਲ ਕਰੋ ਤੇ ਆਪਣੇ ਭਰਾ ਦਾ ਬਦਲਾ ਲੈ ਲਓ। ਸ਼ੇਰ ਮੁਹੰਮਦ ਖਾਨ ਕਹਿੰਦਾ ਨਹੀਂ ਸੂਬੇਦਾਰਾ, ਇਸਲਾਮ ਆਜ਼ਾਦ ਨਹੀਂ ਦਿੰਦਾ ਕਿ ਬੱਚਿਆਂ ਤੇ ਵਾਰ ਕੀਤਾ ਜਾਏ, ਕੋਈ ਧਰਮ ਆਜ਼ਾਦ ਨਹੀਂ ਦਿੰਦਾ, ਇਸਲਾਮ ਆਜ਼ਾਦ ਨਹੀਂ ਦਿੰਦਾ ਕਿ ਬੱਚਿਆਂ ਤੇ ਵਾਰ ਕੀਤਾ ਜਾਏ। ਕੁਰਾਨ ਸ਼ਰੀਫ ਵਿੱਚ ਕਿਤੇ ਨਹੀਂ ਲਿਖਿਆ ਕਿ ਮਸੂਮਾ ਉੱਤੇ ਸਖਤੀ ਕੀਤੀ ਜਾਏ, ਕਿ ਜੇ ਭਲਾ ਚਾਹੁੰਦਾ ਇਹਨਾਂ ਨੂੰ ਆਜ਼ਾਦ ਕਰ ਦੇ, ਜੇ ਇਹਨਾਂ ਤੇ ਤਸ਼ੱਦਦ ਕਰੇਗਾ ਤੇਰੇ ਰਾਜ ਦੀ ਜੜ ਕੁੱਟੀ ਜਾਏ। ਰਲੀਆਂ ਰੂਹਾਂ ਨੂੰ ਕਾਤੋਂ ਪਿਛੋੜਦਾ ਏ, ਜੇ ਤੂੰ ਪਿਛੜੇ ਨਹੀਂ ਮਿਲਾਉਣ ਜੋਗਾ, ਡਰ ਆਏ ਫਕੀਰ ਨੂੰ ਕਿਉਂ ਤੇ ਝਿੜਕਾਂ, ਜੇਕਰ ਪੱਲਿਓਂ ਖੈਰ ਨਹੀਂ ਪਾਉਣ ਜੋਗਾ, ਓ ਸੂਬੇਦਾਰਾ ਕਿਉਂ ਪੱਲਿਆਂ ਤੇ ਲੱਕ ਪੱਦਾ, ਕਮਾਉਣ ਜੋਗਾ, ਜੇ ਤੂੰ ਨੇਕੀਆਂ ਨਹੀਂ ਕਮਾਉਣ ਜੋਗਾ, ਦੀਵੇ
ਕਾਲ ਕੀ ਧਾਰ ਦੇ ਜਿਗਰ ਦੇ ਟੁਕੜਿਆਂ ਨੂੰ ਉਹ ਕਾਲ ਕੀ ਧਾਰ ਦੇ ਜਿਗਰ ਦੇ ਟੁਕੜਿਆਂ ਨੂੰ ਨੀਹਾਂ ਵਿੱਚ ਚਿਣਵਾਇਆ ਕਰਦੇ ਬਦੀਆਂ ਕਰਨ ਤੇ ਲਾਂਤਾ ਪੈਂਦੀਆਂ ਨੇ ਚਿੱਟੇ ਕੱਪੜੇ ਨੂੰ ਲੱਗ ਜਾਏ ਦਾਗ ਜੇਕਰ ਉੱਥੇ ਉੱਡ ਉੱਡ ਮੱਖੀਆਂ ਬਹਿੰਦੀਆਂ ਨੇ ਭਲਿਆ ਪੁਰਸ਼ਾਂ ਦਾ ਗਾਉਂਦੀ ਹੈ ਜਸ ਦੁਨੀਆਂ ਫਿਟਕਾ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ ਉਹ ਸੱਚੇ ਆਜ਼ਮੀ ਦਾ ਸ਼ਰਫ ਰੱਬ ਰੱਖਣ ਤੇ ਕਲਾ ਝੂਠੇ ਦੀਆਂ ਢੇਂਦੀਆਂ ਰਹਿੰਦੀਆਂ ਨੇ ਸਾਹਿਬਜ਼ਾਦਿਆਂ ਨੇ ਆਖਿਆ ਗਰਦਨਾਂ ਟੁੱਟ ਸਕਦੇ ਨੇ ਝੁੱਕ ਨਹੀਂ ਸਕਦੇ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਹਾਂ ਦਾ ਨਾਰਾ ਮਾਰ ਕੇ ਤੇ ਕਚਹਿਰੀ ਵਿੱਚੋਂ ਵਾਕ ਆਊਟ ਕਰ ਗਿਆ ਬਾਹਰ ਨਿਕਲ ਗਿਆ ਤੇ ਇੱਕ ਵਾਰੀ ਸੋਚੀ ਪੈ ਗਿਆ ਸੂਬੇਦਾਰ ਮਜੀਦ ਖਾਨ ਤੇ ਸ਼ੇਰ ਮੁਹੰਮਦ ਖਾਨ ਸੱਚ ਕਹਿੰਦਾ ਇਹ ਸਾਹਿਬਜ਼ਾਦਿਆਂ ਨੂੰ ਆਜ਼ਾਦ ਕਰਦੇ ਹਨ ਜਦੋਂ ਸੋਚੀ ਪਿਆ ਵੇਖਿਆ ਤੇ ਸੁੱਚਾ ਨੰਦ ਖੱਤਰੀ ਅੱਗੇ ਵਧਿਆ ਕਹਿੰਦਾ ਜਨਾਬ ਜੀ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਸਾਹਿਬਜ਼ਾਦਿਆਂ ਨਾਲ ਕੋਈ ਸਵਾਲ ਕਰ ਸਕਦਾ ਉਹ ਕਹਿਣ ਲੱਗੇ ਕਰੋ ਸਰਕਾਰ ਤੁਹਾਨੂੰ ਆਜ਼ਾਦ ਕਰਨ ਲੱਗੀ ਹੈ ਤੁਸੀਂ ਕੀ ਕਰੋਗੇ ਕਹਿੰਦੇ ਕਿ ਜੰਗਲਾਂ ਵਿੱਚ ਜਾਵਾਂਗੇ ਖੇਡੇ ਕੁੰਡੇ ਸਿੰਘਾਂ ਨੂੰ ਇਕੱਤਰ ਕਰਾਂਗੇ ਹਥਿਆਰ ਲਵਾਂਗੇ ਤੇ ਜ਼ੁਲਮ ਦੇ ਖਿਲਾਫ ਜੰਗ ਕਰਾਂਗੇ ਕਹਿਣ ਲੱਗਾ ਸਰਕਾਰ ਬੜੀ ਜ਼ੋਰਾਵਰ ਹੈ ਜੇ ਦੁਬਾਰਾ ਗ੍ਰਿਫਤਾਰ ਕਰ ਲੈ ਕਹਿੰਦੇ ਫਿਰ ਜਵਾਬੀ ਕਰ ਦਿਓ ਕਹਿੰਦੇ ਜੇ ਦੁਬਾਰਾ ਫੇਰ ਆਜ਼ਾਦ ਕਰ ਲਈਏ ਕਹਿੰਦੇ ਫਿਰ ਉਹੀ ਕੰਮ ਕਰਾਂਗੇ ਸਾਡਾ ਦਾਦਾ ਲੜਦਾ ਰਿਹਾ ਸਾਡਾ ਪੜਦਾਦਾ ਲੜਦਾ ਰਿਹਾ ਸਾਡਾ ਪਿਤਾ ਲੜਦਾ ਰਿਹਾ ਜਿੰਨੀ ਦੇਰ ਸਾਡੇ ਸਰੀਰ ਵਿੱਚ ਜਾਨ ਹੈ ਜੁਰਮ ਦੇ ਖਿਲਾਫ ਲੜਦੇ ਰਵਾਂਗੇ ਸੱਜਾ ਨੰਦ ਕਹਿੰਦਾ ਦੱਸੋ ਜੀ ਯਾਦ ਕਰਨ ਦੇ ਲਾਇਕ ਹੈ ਵੱਡੇ ਹੋ ਕੇ ਬਖੇੜਾ ਖੜਾ ਕਰਨਗੇ ਇਹ ਸੱਪ ਦੇ ਬੱਚੇ ਨੇ ਤੇ ਸੱਪ ਦੇ ਬੱਚਿਆਂ ਨੂੰ ਕੁਚਲ ਦੇਣਾ ਠੀਕ ਹੈ ਇੱਕ ਸ਼ਬਦ ਆਪਾਂ ਵਰਤਦੇ ਹਾਂ ਆਪਣੇ ਬੱਚਿਆਂ ਵਾਸਤੇ ਭੁਚੰਗੀ ਭੁਚੰਗ ਕਹਿੰਦੇ ਨੇ ਵੱਡੇ ਕਾਲੇ ਸੱਪ ਨੂੰ ਤੇ ਭੁਚੰਗੀ ਕਹਿੰਦੇ ਨੇ ਸੱਪ ਦੇ ਬੱਚੇ ਨੂੰ ਪਹਿਲੀ ਵਾਰ ਲਕਬ ਕਲਗੀ ਦਰਬਾਰ ਸਿੰਘ ਮਹਾਰਾਜ ਦੇ ਲੜਦੇ ਵਰਜੰਦ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਦਿੱਤਾ ਗਿਆ ਪਹਿਲੀ ਵਾਰ ਇਹ ਸ਼ਬਦ ਵਰਤਿਆ ਗਿਆ ਸਾਹਿਬਜ਼ਾਦਾ ਦੀ ਬਾਬਤ ਤੇ ਗੁਰਦੇਵ ਨੇ ਆਖਿਆ ਠੀਕ ਹੈ ਤੁਸੀਂ ਇਹ ਮੇਰੀ ਝੋਲੀ ਵਿੱਚ ਸ਼ਬਦ ਪਾ ਦਿੱਤਾ ਪਰ ਯਾਦ ਰੱਖੋ ਜੇ ਸਮਝਿਓ ਭਾਈ ਚਾਰ ਛੋਟੇ ਛੋਟੇ ਬੱਚੇ ਸ਼ਹੀਦ ਕਰਕੇ ਭੁਚੰਗੀ ਖਤਮ ਕਰਕੇ ਸਮਝਦੇ ਹੋ ਭਾਈ ਕਾਮਯਾਬ ਹੋ ਗਏ ਨਹੀਂ ਯਾਦ ਰੱਖੋ ਜੇ ਵੱਡਾ ਕਾਲਾ ਨਾਗ ਕੁੰਡਲ ਮਾਰ ਕੇ ਮੇਰਾ ਖਾਲਸਾ ਮੇਰਾ ਪੀਰ ਸਪੁੱਤਰ ਬੈਠਾ ਫਤਕਾਰਾ ਮਾਰੇਗਾ ਤੁਹਾਡੀ ਸਲਤਨਤ ਨੂੰ ਤਬਾਹ ਕਰ ਦੇਗਾ ਸਤਿਗੁਰੂ ਕਲਗੀ ਤ੍ਰਿਪਾਠ ਸਿੰਘ ਮਹਾਰਾਜ ਦੇ ਲੜਦੇ ਫਿਰ ਜਾਂਦਾ ਡੋਲੇ ਨਹੀਂ ਘਬਰਾਏ ਨਹੀਂ ਸ਼ੋਭੇਦਾਰ ਵਜ਼ੀਰ ਖਾਂ ਕਹਿਣ ਲੱਗਾ ਜਾਓ ਇਹਨਾਂ ਨੂੰ ਦੁਬਾਰਾ ਠੰਡੇ ਬੰਦੇ ਚ ਬੰਦ ਕਰ ਦਿਓ ਕੱਲ ਨੂੰ ਇਹਨਾਂ ਦੀ ਕਿਸਮਤ ਦਾ ਫੈਸਲਾ ਕਰ ਦਿੱਤਾ ਜਾਏਗਾ ਸਾਹਿਬਜ਼ਾਦੇ ਵਾਪਸ ਆ ਗਏ ਮਾਂ ਨੇ ਲੱਖ ਲੱਖ ਸ਼ੁਕਰ ਕੀਤਾ ਸਾਰੀ ਰਾਤ ਮਾਤਾ ਸੀਨੇ ਨਾਲ ਲਾ ਕੇ ਬੈਠੀ ਰਹੀ ਤੇ ਅੱਜ 13 ਪੋਹ ਦਾ ਦਿਨ ਚੜਿਆ ਅੰਮ੍ਰਿਤ ਵੇਲੇ ਦਾਦੀ ਨਾਲ ਉੱਠੀ ਹੈ ਪੋਤਰਿਆਂ ਨੂੰ ਗੋਦ ਚ ਬਹਾਇਆ ਤੇ ਜਾਪ ਸ਼ੁਰੂ ਕਰ ਦਿੱਤਾ ਨੇਤਰੇ ਨੂੰ ਕੀਤਾ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰਿਓ ਇਹਨਾਂ ਦੀ ਸਿੱਖੀ ਨਿਭ ਜਾਏ ਤੇ ਸੱਚੇ ਪਾਤਸ਼ਾਹ ਨਾਲ ਕਿਰਪਾ ਕਰਿਓ ਮੇਰੀ ਵੀ ਸਿੱਖੀ ਕੇਸਾਂ ਨਾਲ ਨਿਭ ਜਾਏ ਮਾਂ ਨੇ ਆਪਣੇ ਆਪ ਵਾਸਤੇ ਵੀ ਅਰਦਾਸ ਕੀਤੀ ਹੁਣ ਮਾਂ ਨੇ ਸਾਹਿਬਜ਼ਾਦੇ ਨੂੰ ਤਿਆਰ ਕੀਤਾ ਤੇ ਮਾਂ ਜਾਣਦੀ ਹੈ ਕਿ ਅੱਜ ਸਾਹਿਬਜ਼ਾਦੇ ਨੇ ਵਾਪਸ ਨਹੀਂ ਆਉਣਾ
ਮਾਂ ਨੇ ਸੋਹਣੀਆਂ ਦਸਤਾਰਾਂ ਸਜਾਈਆਂ। ਜਦੋਂ ਕਿਸੇ ਕੈਦੀ ਨੂੰ ਕੈਦ ਕੀਤਾ ਜਾਂਦਾ ਹੈ ਉਹਦੀ ਜਾਮਾ ਤਲਾਸ਼ੀ ਕੀਤੀ ਜਾਂਦੀ ਹੈ, ਤੇ ਹੁਣ ਸਾਹਿਬਜ਼ਾਦਾ ਤੇ ਮਾਤਾ ਜੀ ਦੀ ਵੀ ਜਾਮਾ ਤਲਾਸ਼ੀ ਹੋਈ ਹੋਵੇਗੀ। ਲੇਕਿਨ ਮਾਂ ਕਿਸੇ ਤਰ੍ਹਾਂ ਦੋ ਛੋਟੀਆਂ ਛੋਟੀਆਂ ਕਲਗੀਆਂ ਲਗਾ ਕੇ ਨਾਲ ਲੈ ਆਈ ਤੇ ਅੱਜ ਸਾਹਿਬਜ਼ਾਦਿਆਂ ਨੂੰ ਤਿਆਰ ਕਰਨ ਲੱਗੇ ਨੇ ਮਾਤਾ ਗੁਜਰੀ ਜੀ। ਤੇ ਮਾਂ ਨੇ ਵੇਖਿਆ ਨਾ ਕੋਲ ਬਾਪ ਹੈ ਨਾ ਕੋਲ ਮਾਂ ਹੈ। ਅੱਜ ਲਾਲ ਮੇਰੇ ਲਾੜੀ ਮੌਤ ਨੂੰ ਪਰਨਾਉਣ ਵਾਸਤੇ ਤੁਰ ਪਏ ਨੇ ਤੇ ਇਹਨਾਂ ਦੀ ਦਰਾਦੇ ਮੈਂ ਕੱਲੀ ਜਾ ਰਹੀ ਹਾਂ, ਨਾ ਪਿਓ ਕੋਲ ਹੈ ਨਾ ਮਾਂ ਕੋਲ ਹੈ। ਸੋਹਣੀਆਂ ਕਲਗੀਆਂ ਸਿਆਈਆਂ, ਸਾਡਾ ਪੁੱਤਰ ਜਵਾਨ ਹੁੰਦਾ ਨਾ ਅਸੀਂ ਉਹਦਾ ਆਨੰਦ ਕਾਰਜ ਕਰਦੇ, ਜਦੋਂ ਬਰਾਤ ਲੈ ਕੇ ਚੜ੍ਹਾਈ ਕਰਦੀ ਹੁੰਦੀ ਆਪਾਂ ਸਿਹਰਾ ਲਾਉਂਦੇ ਹਾਂ ਤੇ ਬਾਪ ਆਪਣੇ ਪੁੱਤਰ ਦੇ ਸਿਰ ਤੇ ਸਿਹਰਾ ਲਾਉਂਦਾ ਤੇ ਕਲਗੀ ਲਾਉਂਦਾ ਤੇ ਮਾਂ ਨੂੰ ਚੇਤਾ ਆ ਗਿਆ ਭਈ ਮੇਰੇ ਲਾੜਵੇ ਮੇਰੇ ਪੋਤਰੇ ਲਾੜੀ ਮੌਤ ਪਰਨਾਉਣ ਚੱਲੇ ਨੇ, ਇਹਨਾਂ ਨੂੰ ਕਲਗੀਆਂ ਲਾ ਕੇ ਸਜਾਵਾਂ। ਮਾਂ ਨੇ ਤੁਹਾਨੂੰ ਸ਼ੀਰ ਤੇ ਨਿੱਕੀਆਂ ਨਿੱਕੀਆਂ ਕਲਗੀਆਂ ਲਾਈਆਂ ਨੇ ਤੇ ਇਧਰੀ ਦੇ ਨੂੰ ਦਰਵਾਜ਼ਾ ਖੜ ਗਿਆ। ਮਾਂ ਜੀ ਨਾਨਕ ਸਾਹਿਬ ਸਾਹਿਬਜ਼ਾਦੇ ਨੂੰ ਯਾਦ ਕਰਦੇ ਨੇ ਤੇ ਸਤਿਕਾਰਯੋਗ ਮਾਂ ਗੁਜਰੀ ਆਪਣੇ ਪੋਤਰਿਆਂ ਨੂੰ ਨਾਲ ਲੈ ਕੇ ਬੁਰਜ ਤੋਂ ਥੱਲੇ ਉੱਤਰ ਆਏ। ਅੱਜ ਵਿਦਿਆ ਕਰਨ ਵਾਸਤੇ ਆਏ ਨੇ ਮਾਂ ਗੁਜਰੀ, ਆਪ ਜਾਣਦੇ ਨੇ ਅੱਜ ਪੋਤਰਿਆਂ ਨੇ ਮੇਰੇ ਕੋਲ ਵਾਪਸ ਨਹੀਂ ਆਉਣਾ। ਮੱਥਾ ਚੁੰਮੇ ਨੇ ਸਿਰ ਤੇ ਪਿਆਰ ਦਿੱਤਾ, ਸਿੱਖਿਆ ਦਿੱਤੀ ਆ ਪੁੱਤਰ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕਾ ਜਾਵੇ। ਚਰਨਾਂ ਨੂੰ ਹੱਥ ਲਾ ਕੇ ਤੁਰਨ ਲੱਗੇ ਨੇ ਕਹਿੰਦਾ ਤੁਰ ਪੈ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ ਜਾਂਦੀ ਵਾਰੀ ਮਾਂ ਦੇ ਹੱਥ ਚਰਨੀ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ ਤੂੰ ਵੀ ਆਉਣਾ ਅੰਮੀਏ ਚਿਰ ਬਹੁਤਾ ਲਾ ਕੇ ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵਿੱਚ ਜਾ ਕੇ। ਕਹਿੰਦੇ ਨੇ ਉੱਠੀ ਮੂਰਤ ਪਿਆਰ ਦੀ ਹੱਥ ਧਰਤੀ ਲਾ ਕੇ ਵਿੱਚ ਦਲੀਜਾ ਆ ਖੜੀ ਹੱਥ ਸੱਦਲ ਪਾ ਕੇ ਤੇਰੇ ਦਾਦੂ ਸ਼ਬਦ ਦੇ ਦਿਲ ਦਰਦ ਦਬਾ ਕੇ ਕਹਿੰਦੀ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ ਪੁੱਤਾਂ ਬਾਜੋ ਸੋਨੀਆਂ ਕਦ ਸੁਣੀਆਂ ਬਾਵਾਂ ਅੱਜ ਤੋਰ ਘਰ ਦੀਆਂ ਰੌਣਕਾਂ ਮੈਂ ਸੁਰਤਨ ਸਾਵਾਂ। ਤੇ ਉਸ ਵੇਲੇ ਮਾਂ ਗੁਜਰੀ ਨੂੰ ਆਪਣੀ ਨੂੰਹ ਰਾਣੀ ਗੀਤੋਂ ਦਿੱਤੇ ਆਈ ਹੈ ਤੇ ਮਾਰ ਕੇ ਆਵਾਜ਼ ਆਪਣੀ ਨੂੰਹ ਨੂੰ ਸਤਿਕਾਰ ਕੋਲ ਮਾਂ ਗੁਜਰੀ ਜਿਹੜੇ ਸ਼ਬਦ ਕਹਿ ਰਹੇ ਨੇ ਧਾਰੇ
ਮੇਰੀ ਬੱਚੀਏ ਜਨ ਚੜਦੇ ਸਵਰਗਾਂ ਵਿੱਚੋਂ ਚੰਦ ਮਿੰਟ ਉਧਾਰੇ ਆਣ ਕੇ ਕੋਈ ਸਵਾਸ ਉਧਾਰੇ ਲੈ ਕੇ ਆਣ ਕੇ ਆਪਣੇ ਬੱਚਿਆਂ ਨੂੰ ਖਾਰੇ ਚੜ੍ਹਦੇ ਤੇ ਤੱਕ ਬਰਾਤੇ ਚੜ੍ਹਦੇ ਤੇ ਤੱਕ ਲੈ ਕਿ ਅੱਜ ਦਾਦੀ ਕਦੀ ਹੋਈ ਉਹਨਾਂ ਦੀ ਬਰਾਤੇ ਜਾਏਗੀ। ਇੰਨੀਆਂ ਗੱਲਾਂ ਸੁਣ ਕੇ ਤੇ ਜਿਹੜੇ ਸਿਪਾਹੀ ਲੈਣ ਆਏ ਸਨ ਉਹਨਾਂ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ। ਕਹਿਣ ਲੱਗੇ ਮਾਂ ਜੇ ਤੂੰ ਆਖੇ ਅਸੀਂ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਤਾਂ ਤੁਹਾਨੂੰ ਆਜ਼ਾਦ ਕਰ ਦਿੰਦਾ, ਸਾਡੇ ਤੇ ਜੋ ਹੋਵੇਗੀ ਵੇਖੀ ਜਾਏਗੀ। ਕਹਿਣ ਲੱਗੇ ਨਹੀਂ, ਮੇਰੇ ਕਰਕੇ ਤੁਹਾਡੇ ਪਰਿਵਾਰ ਤੇ ਕਸ਼ਟ ਆਵੇ ਮੈਂ ਪ੍ਰਵਾਨ ਨਹੀਂ ਕਰ ਸਕਦੀ। ਜਾਓ, ਜਿਹੜੇ ਤੁਹਾਨੂੰ ਹੱਥ ਮੇਰੇ ਡਿਊਟੀ ਲਾਈ ਹੈ ਮੇਰੇ ਬੱਚਿਆਂ ਨੂੰ ਲੈ ਕੇ ਜਾਓ।
ਹੁਣ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੁਰ ਲੱਗੇ, ਚੰਦ ਕਦਮ ਗਏ ਨੇ ਤੇ ਬਾਬਾ ਫਤਿਹ ਸਿੰਘ ਦੌੜ ਕੇ ਵਾਪਸ ਆਏ ਤੇ ਦਾਦੀ ਮਾਂ ਦੀਆਂ ਲੱਤਾਂ ਨੂੰ ਘੁੱਟ ਕੇ ਜੱਫੀ ਪਾ ਲਈ। ਪੌਂਦੇ 6 ਸਾਲ ਦੀ ਆ ਗਿਆ। ਦਾਦੀ ਮਾਂ ਨੇ ਆਪਣੇ ਪੋਤਰੇ ਨੂੰ ਚੁੱਕਿਆ ਤੇ ਮੱਥਾ ਚੁੰਮਿਆ, ਹਿੱਕ ਦੇ ਨਾਲ ਲਾ ਲਿਆ। ਕਹਿਣ ਲੱਗੇ ਮੇਰਾ ਪੁੱਤਰ ਸਿਪਾਹੀਆਂ ਦੀਆਂ ਨੰਗੀਆਂ ਤਲਵਾਰਾਂ ਵੇਖ ਕੇ ਡਰ ਗਿਆ, ਉਹਨਾਂ ਦੇ ਚਮਕਦੇ ਹੋਏ ਨੇਜੇ ਵੇਖ ਕੇ ਡਰ ਗਿਆ। ਕਹਿਣ ਲੱਗੇ ਨਹੀਂ ਮਾਂ, ਤੂੰ ਆਪ ਤੇ ਆਉਂਦੀ, ਮੇਰਾ ਪੁੱਤਰ ਬੱਬਰ ਸ਼ੇਰ ਆ ਤੇ ਬੱਬਰ ਸ਼ੇਰ ਕਦੇ ਡਰਿਆ ਕਰਦਾ? ਪੌਣੇ 6 ਸਾਲ ਦੀ ਆ ਗਿਆ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ। ਕਹਿਣ ਲੱਗੇ ਫਿਰ ਸਿਪਾਹੀ ਕੋਲੋਂ ਬਾਂਹ ਚੜਾ ਕੇ ਤੇ ਦੌੜ ਕੇ ਮੇਰੇ ਕੋਲ ਕਿਉਂ ਆ ਗਿਆ? ਮਾਂ ਤੈਨੂੰ ਕੁਝ ਯਾਦ ਕਰਾਉਣ ਵਾਸਤੇ ਅੱਜ ਤੁਸੀਂ ਕੁਝ ਭੁੱਲ ਗਏ ਹੋ। ਪੁੱਤਰ ਮੈਂ ਬਜ਼ੁਰਗ ਹੋ ਗਈ ਹਾਂ, ਯਾਦ ਸ਼ਕਤੀ ਕਮਜ਼ੋਰ ਹੋ ਗਈ, ਸ਼ਾਇਦ ਮੈਂ ਕੁਝ ਭੁੱਲ ਗਈ ਹਾਂ। ਮੇਰਾ ਪੁੱਤਰ ਮੈਨੂੰ ਯਾਦ ਕਰਾਵੇ? ਕਹਿਣ ਲੱਗੇ ਨਹੀਂ ਮਾਂ, ਤੂੰ ਆਪ ਯਾਦ ਕਰ, ਅੱਜ ਭੁੱਲ ਕੀ ਗਏ ਹੋ, ਕੁਝ ਨਾ ਕੁਝ ਭੁੱਲੇ ਹੋ। ਕਹਿਣ ਲੱਗੇ ਪੁੱਤਰ ਮੈਨੂੰ ਯਾਦ ਨਹੀਂ ਆ ਰਿਹਾ, ਤੂੰ ਯਾਦ ਕਰਾ। ਕਹਿੰਦੇ ਦਾਦੀ ਮਾਂ ਰੋਜ਼ ਵਿਦਿਆ ਕਰਨ ਲੱਗਿਆ, ਕਹਿੰਦੇ ਜਾਓ ਪੁੱਤਰੋ ਮੈਂ ਤੁਹਾਡੀ ਉਡੀਕ ਕਰਾਂਗੀ, ਤੁਸੀਂ ਵਾਪਸ ਆਓਗੇ। ਤੇ ਅੱਜ ਸ਼ਬਦ ਨਹੀਂ ਆਖਿਆ ਤੇ ਮਾਂ ਨੇ ਆਖਿਆ ਪੁੱਤਰ ਅੱਜ ਇਹ ਸ਼ਬਦ ਕਹਿਣ ਦੀ ਮੇਰੀ ਵਾਰੀ ਨਹੀਂ, ਕਿਉਂਕਿ ਮਾਂ ਜਾਣਦੀ ਅੱਜ ਵਾਪਸ ਨਹੀਂ ਆਉਣਾ। ਅੱਜ ਤੁਹਾਡੇ ਦਾਦਾ ਜੀ ਸੱਚਖੰਡ ਜਿਹਦਾ ਸਿਮਰਨ ਰੋਜ਼ ਕਰਦੇ ਹੋ ਕਿ ਬੇਬੇ ਮੈਂ ਸੱਚਖੰਡ ਜਾਣਾ ਤੇ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਮੈਂ ਤੁਹਾਨੂੰ ਨਾਲ ਲੈ ਕੇ ਸੱਚਖੰਡ ਜਾਵਾਂਗੀ, ਅੱਜ ਮੇਰੀ ਵਾਰੀ ਨਹੀਂ ਇਹ ਕਹਿਣ ਦੀ ਤੇ ਤੁਹਾਡੀ ਉਡੀਕ ਕਰਾਂਗੀ। ਅੱਜ ਤੁਹਾਡੇ ਦਾਦਾ ਜੀ ਸੱਚਖੰਡ ਤੁਹਾਨੂੰ ਉਡੀਕਣ, ਜਾਓ ਉਹਨਾਂ ਦੀ ਗੋਦ ਵਿੱਚ ਜਾ ਕੇ ਬੈਠੋ। ਚਰਨਾਂ ਨੂੰ ਹੱਥ ਲਾਇਆ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੇ, ਖੁਸ਼ ਹੋ ਗਏ। ਕਹਿਣ ਲੱਗੇ ਵੀ ਸੱਚਖੰਡ ਸਾਡੀ ਮਾਂ ਵੀ ਮਿਲੇਗੀ ਨਾ? ਦਾਦੀ ਮਾਂ ਤੂੰ ਕਹਿੰਦੀ ਸੀ ਨਾ ਵੀ ਮਾਂ ਸੱਚਖੰਡ ਚਲੇ ਗਈ ਹੈ, ਫਿਰ ਅਸੀਂ ਆਪਣੀ ਮਾਂ ਨੂੰ ਅੱਜ ਮਿਲਾਂਗੇ। ਕਹਿਣ ਲੱਗੇ ਹਾਂ ਪੁੱਤਰ, ਮੈਂ ਤੁਹਾਡੇ ਨਾਲ ਵਾਅਦਾ ਕੀਤਾ ਤੁਹਾਨੂੰ ਸੱਚਖੰਡ ਮੈਂ ਲੈ ਕੇ ਜਾਵਾਂਗਾ। ਪਹਿਲਾ ਕਦਮ ਤੁਹਾਡਾ ਸੱਚਖੰਡ ਪਵੇਗਾ ਤੇ ਤੁਹਾਡੇ ਤੋਂ ਬਾਅਦ ਦੂਜਾ ਕਦਮ ਮੇਰਾ ਸੱਚਖੰਡ ਪਵੇਗਾ। ਅੱਜ ਤੁਹਾਡੀ ਮਾਂ ਨੂੰ ਮਿਲਾਵਾਂਗੇ, ਮੈਂ ਤੁਹਾਡੇ ਨਾਲ ਵਾਅਦਾ ਕੀਤਾ, ਸੱਚਖੰਡ ਜਾਵਾਂਗੇ, ਸਾਰਾ ਪਰਿਵਾਰ ਇਕੱਠੇ ਹੋਵਾਂਗੇ। ਸਾਹਿਬਜ਼ਾਦੇ ਚਰਨਾਂ ਨੂੰ ਹੱਥ ਲਾ ਕੇ ਤੁਰੇ ਨੇ। ਅੱਜ 13 ਪੋਹ ਦਾ ਦਿਨ ਹੈ, ਖੱਜਾ ਖੱਜ ਕਚਹਿਰੀ ਭਰੀ ਹੋਈ ਹੈ, 2200 ਘਰ ਹਿੰਦੂਆਂ ਦਾ ਸਰਹੰਦ ਵਿੱਚ। ਅੱਜ ਕਿਸੇ ਦੇ ਘਰ ਚੁੱਲ੍ਹਾ ਨਹੀਂ ਬਲਿਆ, ਕਿਸੇ ਨੇ ਪ੍ਰਸ਼ਾਦਾ ਨਹੀਂ ਪਕਾਇਆ, ਕਿਸੇ ਨੇ ਨਹੀਂ ਛਕਿਆ। ਜਾਂਦੇ ਨੇ ਜ਼ਾਲਮ ਸੂਬੇਦਾਰ ਵਜ਼ੀਰ ਖਾਂ ਸਾਹਿਬ ਜ਼ਿਆਦਾ ਵੀ ਛੱਡੇਗਾ ਨਹੀਂ, ਇਹ ਮਸੂਮ ਜਿੰਦਾ ਹੈ ਕਤਲ ਕਰ ਦੇਗਾ, ਸ਼ਹੀਦ ਕਰ ਦੇਗਾ। ਕਿਸੇ ਦੇ ਘਰ ਅੱਗ ਨਹੀਂ ਬਾਲੀ, ਕਿਸੇ ਦੇ ਘਰ ਚੁੱਲ੍ਹਾ ਨਹੀਂ ਟੱਪਿਆ। ਸਾਹਮਣੇ ਪੇਸ਼ ਹੋ ਜਾ ਕੇ ਫਤਿਹ ਬੁਲਾਈ। ਸੂਬੇਦਾਰ ਨੇ ਆਖਿਆ ਵੀ ਤੁਹਾਨੂੰ 3 ਦਿਨ ਹੋ ਗਏ ਸਮਝਾਉਂਦੇ ਆ, ਤੁਸੀਂ ਬਾਸ ਨਹੀਂ ਆਉਂਦੇ। ਕਹਿਣ ਲੱਗੇ ਭਾਵੇਂ ਸਾਰਾ ਮਹੀਨਾ ਸਮਝਾਈ ਆ, ਅਸੀਂ ਤੇ ਫਤਿਹ ਬੁਲਾਵਾਂਗੇ। ਕਹਿੰਦਾ ਕਾਜੀ ਸਾਹਿਬ ਫਤਵਾ ਲਾ ਦਿਓ। ਕਾਜੀ ਨੇ ਫਤਵਾ ਲਾਇਆ, ਕਹਿਣ ਲੱਗੇ ਜੇ ਸਾਹਿਬਜ਼ਾਦੇ ਦੀਨ ਇਸਲਾਮ ਪ੍ਰਵਾਨ ਨਹੀਂ ਨਾ ਕਰਦੇ, ਇਹਨਾਂ ਨੂੰ ਜਿਉਂਦੇ ਜੀ ਨੀਹਾਂ ਵਿੱਚ ਚਿਰ ਦਿੱਤਾ ਜਾਏ। ਇਸ ਸਰਹੰਦ ਦੀ ਧਰਤੀ ਤੇ ਗਹਿਰੀ ਸ਼ਾਕਾ ਪਹਿਲਾਂ ਵੀ ਹੋਇਆ। ਬਾਣੀ ਪੜ੍ਹਦਿਆਂ ਵਿੱਚ ਬਾਬਾ ਸਧਨਾ ਜੀ ਦੀ ਬਾਣੀ ਆਉਂਦੀ ਹੈ। ਬਾਬਾ ਸਧਨਾ ਜੀ ਉਹਨਾਂ 15 ਭਗਤਾਂ ਵਿੱਚੋਂ ਜਿਹਨਾਂ ਦੀ ਬਾਣੀ ਦਰਜ ਹੈ, ਜਿਹਨਾਂ ਦੀ ਬਾਬਤ ਆਪਾਂ ਸ਼ਬਦ ਪੜ੍ਹਦੇ ਹਾਂ, ਮੈਂ ਨਾਹੀ ਕਿਛ ਹਉ ਨਾਹੀ ਕਛ ਆਹੇ ਨਾ ਮੋਰਾ, ਅਵਸਰ ਲਗ ਜਾ ਰਾਹ ਲੈ ਹੋ ਸਧਨਾ ਜਨ ਤੋਰਾ। ਉਸ ਬਾਬੇ ਸਧਨੇ ਨੂੰ ਜ਼ਾਲਮਾਂ ਨੇ, ਉਸ ਵੇਲੇ ਦੀ ਜ਼ਾਲਮ ਸਰਕਾਰ ਨੇ ਇਸ ਸਰਹੰਦ ਦੀ ਧਰਤੀ ਤੇ ਮੁਸੀਬਤ ਦੀ ਨੀਂਹ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ। ਇਹ ਸਾਕਾ ਪਹਿਲਾਂ ਵੀ ਵਾਪਰ ਚੁੱਕਾ ਸਰਹੰਦ ਦੀ ਧਰਤੀ ਤੇ। ਬਾਬੇ ਸਧਨੇ ਨੂੰ ਮੁਸੀਬਤ ਦੀ ਨੀਂਹ ਪੁੱਟ ਕੇ ਇੱਟਾਂ ਰੱਖਣ ਤੋਂ ਪਹਿਲਾਂ ਉਹਨਾਂ ਨੂੰ ਲਟਾ ਕੇ ਤੇ ਉੱਤੇ ਨੀਂਹ ਰੱਖ ਦਿੱਤੀ ਗਈ ਸੀ। ਤੇ ਅੱਜ ਜ਼ਾਲਮਾਂ ਨੇ ਫਤਵਾ ਲਾਇਆ ਨੀਹਾਂ ਵਿੱਚ ਖਿਲਾਰ ਕੇ ਇਹਨਾਂ ਨੂੰ ਵਿੱਚ ਚਿਣ ਦਿੱਤਾ ਜਾਏ। ਰਾਜ ਆ ਗਿਆ, ਮਜ਼ਦੂਰ ਆ ਗਿਆ, ਗਾਰਾ ਬਣ ਗਿਆ, ਇੱਟਾਂ ਆ ਗਿਆ। ਕਹਿੰਦੇ ਰਾਜ ਰੋਇਆ, ਮਜ਼ਦੂਰ ਨੇ ਧਾ ਮਾਰੀ, ਜਿੰਦ ਗਾਰੇ ਦੀ ਥਿੜਕਦੀ ਜਾਣ ਲੱਗੀ, ਇੱਟਾਂ ਚੀਕੀ
ਦੀਆਂ ਅਸਾਂ ਨੂੰ ਨਾਲ ਆਓ ਪਰਤੇ ਸੀ ਉਹਨਾਂ ਦੇ ਪਾਸੇ ਉਡਾਣ ਲੱਗੀ। ਨੀਂਹ ਪੁੱਟੀ ਗਈ, ਇੱਕ ਰੰਦਾ ਲਾਇਆ ਗਿਆ ਤੇ ਵਿੱਚ ਸਾਹਿਬਜ਼ਾਦੇ ਨੂੰ ਖੜੇ ਕਰ ਦਿੱਤਾ ਗਿਆ। ਕਈਆਂ ਆਖਿਆ ਜੀ ਕੰਧ ਵਿੱਚ ਚੜੇ, ਨਹੀਂ, ਜੇ ਆਖਿਆ ਨਾ ਨੀਹਾਂ ਵਿੱਚ ਚੜੇ ਤਾਂ ਨੀਹਾਂ ਵਿੱਚ ਚੜੇ ਨੇ। ਕਿੰਕੋ ਰੰਦਾ ਥੱਲੇ ਰਾਹ ਦੇ ਵਿੱਚ ਨੀਹਾਂ ਵਿੱਚ ਸਾਹਿਬਜ਼ਾਦੇ ਨੂੰ ਖੜਾਰਿਆ ਗਿਆ। ਮਿਸਤਰੀ ਨੇ ਚਾਰ ਚਫੇਰੇ ਇੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ, ਗੋਡਿਆਂ ਤੱਕ ਕੰਧ ਆਈ ਹੈ ਤੇ ਮਿਸਤਰੀ ਇੱਕ ਨੂੰ ਝਾੜਨ ਲੱਗਾ। ਸੂਬੇਦਾਰ ਕਹਿੰਦਾ ਇੱਕ ਨੀ ਝਾੜਨੀ, ਗੋਡੇ ਛਿੱਲਦੇ ਇੱਤੇ ਸੀ ਦੀ ਛੱਤ, ਗੋਡਿਆਂ ਦੇ ਬਾਹਰ ਇੱਟ ਤੇ ਨਹੀਂ ਮਾਰਨੀ, ਇੱਟ ਨਹੀਂ ਤੋੜਨੀ। ਸਾਹਿਬਜ਼ਾਦਿਆਂ ਦੇ ਗੋਡੇ ਤੇਸੀਆਂ ਮਾਰ ਮਾਰ ਕੇ ਛਿੱਲ ਦਿੱਤੇ ਗਏ ਤੇ ਇੱਟਾਂ ਸਿੱਧੀਆਂ ਕਰਕੇ ਲਾ ਦਿੱਤੀਆਂ ਗਈਆਂ। ਕੰਧ ਛਾਤੀਆਂ ਤੱਕ ਆਈ, ਸਰੀਰ ਦਾ ਸਾਰਾ ਖੂਨ, ਕਿਉਂਕਿ ਘੁੱਟ ਘੁੱਟ ਕੇ ਇੱਟਾਂ ਲਾ ਦੇਣੇ ਜਲਾ ਦੇ, ਸਾਰਾ ਖੂਨ ਜਿਹੜਾ ਤੇ ਇਕੱਠਾ ਹੋ ਗਿਆ। ਸਾਹਿਬਜ਼ਾਦੇ ਨੇ ਜਕਾਰਾ ਛੱਡਿਆ, ਦੀਵਾਰ ਢਹਿ ਗਈ, ਇੱਟ ਢੋ ਗਈ ਤੇ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਸਰਹੱਦ ਦੀ ਇੱਟ ਦਰਾਜ ਕਰਾਈ। ਸਰਦਾਰ ਜੱਸਾ ਸਿੰਘ ਅੱਧ ਵਾਲੀਆਂ ਨੇ ਸਰਹੱਦ ਢਾ ਕੇ ਤੇ ਖੋਟਿਆਂ ਦਾ ਹਲ ਬਾ ਦਿੱਤਾ, ਦੀਵਾਰ ਢਹਿ ਗਈ। ਸਾਹਿਬਜ਼ਾਦੇ ਬੇਹੋਸ਼ ਹੋ ਗਏ। ਸੂਬੇਦਾਰ ਕਹਿੰਦਾ ਇਹਨਾਂ ਨੂੰ ਹੋਸ਼ ਵਿੱਚ ਲਿਆਂਦਾ ਜਾਏ, ਦੁੱਧ ਵਿੱਚ ਘਿਓ ਪਾ ਕੇ ਪਿਆਇਆ ਗਿਆ, ਤਲੀਆਂ ਮਾਲਿਸ਼ ਕੀਤੀ ਗਈ, ਤਲੀਆਂ ਚੱਸੀਆਂ ਗਈਆਂ। ਸਾਹਿਬਜ਼ਾਦੇ ਖੂਨ ਨਾਲ ਲੱਥ ਪੱਥ ਨੇ, ਹੋਸ਼ ਆ ਗਏ, ਕਹਿਣ ਲੱਗੇ ਅਜੇ ਵੀ ਸ਼ਮਾ ਦੀਨ ਇਸਲਾਮ ਪ੍ਰਵਾਨ ਕਰ ਲਓ। ਕਹਿਣ ਲੱਗੇ ਨਹੀਂ, ਮੌਤ ਵਿੱਚ ਬੜਾ ਆਨੰਦ ਹੈ ਕਬੀਰ, ਜਿਸ ਮਰਨੇ ਤੇ ਜੱਗ ਡਰਾ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ। ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋ ਤੋ ਹਰ ਕੇ ਦਵਾਰ, ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਰ। ਕਹਿੰਦੇ ਮਰਨ ਵਿੱਚ ਬੜਾ ਆਨੰਦ ਹੈ, ਸਾਨੂੰ ਮੌਤ ਦਾ ਬੜਾ ਚਾਅ, ਲੋਕ ਜ਼ਿੰਦਗੀ ਲੋਚਦੇ ਨੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਖਤੇ ਫਰਜੰਦ ਕਹਿੰਦੇ ਸਾਨੂੰ ਮਰਨ ਦਾ ਬਹੁਤ ਚਾਅ ਹੈ, ਜਲਦੀ ਕਰੋ। ਕਹਿੰਦਾ ਪਾਜੀ ਸਾਹਿਬ ਫਤਵਾ ਲਾਓ। ਪਾਜੀ ਨੇ ਫਤਵਾ ਲਾਇਆ, ਇਹਨਾਂ ਨੂੰ ਜ਼ਬਾਹ ਕਰ ਦਿੱਤਾ ਜਾਏ। ਇਸਲਾਮ ਵਿੱਚ ਜਾਨਵਰ ਨੂੰ ਇੱਕ ਝਟਕੇ ਨਾਲ ਨਹੀਂ ਮਾਰਿਆ ਜਾਂਦਾ, ਉਹਨੂੰ ਜ਼ਬਾਹ ਕੀਤਾ ਜਾਂਦਾ। ਤੇ ਜ਼ਬਾਹ ਦੀ ਪ੍ਰਕਿਰਿਆ ਨੂੰ ਇੱਕ ਬੰਦਾ ਪੂਰਾ ਨਹੀਂ ਕਰ ਸਕਦਾ, ਦੋ ਬੰਦੇ ਚਾਹੀਦੇ ਨੇ। ਜਦੋਂ ਕਿਸੇ ਜਾਨਵਰ ਨੂੰ ਜ਼ਬਾਹ ਕਰਦੇ ਨੇ, ਇੱਕ ਲੱਕੜ ਲੈ ਕੇ ਨਾ ਦੋ ਸੰਘਾਂ ਵਾਲੀ, ਉਹਦੇ ਵਿੱਚ ਪੁੱਠਾ ਜਾਨਵਰ ਨੂੰ ਲਟਕਾ ਦਿੱਤਾ ਜਾਂਦਾ ਤੇ ਇੱਕ ਬੰਦਾ ਲੱਤਾਂ ਪਕੜਦਾ ਤੇ ਦੂਸਰਾ ਬੰਦਾ ਉਹਦੀ ਸ਼ਾਹ ਰੱਖ ਤੇ ਹੌਲੀ ਹੌਲੀ ਸ਼ੁਰੀ ਦੇਣ ਦਾ ਕਲਮਾ ਪੜ੍ਹਦੇ ਆ, ਤਸੀਹੇ ਦੇ ਦੇ ਕੇ ਜਾਨਵਰ ਨੂੰ ਭੋਗ ਭੋਗ ਕੇ ਮਾਰਦੇ ਕਹਿੰਦੇ ਸਿਭਾ ਕਰਨਾ। ਕਾਜੀ ਨੇ ਫਤਵਾ ਲਾ ਕੇ ਸਿਭਾ ਕਰ ਦਿੱਤਾ ਜਾਏ। ਦੋ ਜਲਾਦ ਆ ਗਏ, ਸ਼ਾਸ਼ਰ ਬੇਗ ਬਾਸ਼ਰ ਬੇਗ ਸੁਣਾਣੇ ਵਾਲੇ, ਕਹਿ ਲੱਗੇ ਅਸੀਂ ਇਹ ਕਰਮ ਕਰਨ ਵਾਸਤੇ ਤਿਆਰ ਹਾਂ ਕਿ ਸਾਡਾ ਮੁਕਦਮਾ ਖਾਰਜ ਕਰ ਦਿੱਤਾ ਜਾਏ। ਇੱਕ ਮੁਕਦਮਾ ਚੱਲਦਾ ਸੂਬੇਦਾਰ ਦੀ ਕਚਹਿਰੀ ਵਿੱਚ, ਉਹਨਾਂ ਦਾ ਪੇਸ਼ੀ ਤੇ ਆਏ ਹੋਏ ਨੇ ਤਰੀਕ ਭੁਗਤਣ ਵਾਸਤੇ ਆਏ ਨੇ। ਕਹਿੰਦੇ ਜੇ ਮੁਕਦਮਾ ਖਾਰਜ ਕਰਦੇ ਹੋ, ਅਸੀਂ ਇਹ ਕਰਮ ਕਰਨ ਵਾਸਤੇ ਤਿਆਰ ਹਾਂ, ਕਹਿੰਦਾ ਮੁਕਦਮਾ ਵੀ ਖਾਰਜ ਇਨਾਮ ਵੀ ਦਿਆਂਗਾ। ਇਹਨਾਂ ਜ਼ਾਲਮਾਂ ਨੇ ਤੇਜ਼ ਛੁਰੀਆਂ ਲਈਆਂ ਨੇ, ਅੱਗੇ ਵਧੇ ਨੇ ਤੇ ਸਾਹਿਬਜ਼ਾਦਿਆਂ ਨੂੰ ਧਰਤੀ ਤੇ ਲਗਾ ਕੇ ਤੇ ਉਹਨਾਂ ਦੀ ਸ਼ਾਹ ਰੱਖ ਦੇ ਉੱਪਰ ਹੌਲੀ ਹੌਲੀ ਛੁਰੀਆਂ ਫੇਰ ਕੇ ਜਿਵੇਂ ਭੋਗ ਭੋਗ ਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ, ਉਸ ਵੇਲੇ ਅਸੀਂ ਧਰਤੀ ਤੇ ਥਾਂ ਦੇਖ ਲਾ ਰਹੇ ਲਾਲ you
Thank you.
ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਨੂੰ ਧਰਤੀ ਤੇ ਲਟਾਇਆ ਜ਼ਾਲਮਾਂ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਜਿਹੜੀ ਜਿਬਾ ਦੀ ਪ੍ਰਕਿਰਿਆ ਉਹ ਦੋ ਬੰਦੇ ਪੂਰੀ ਕਰਿਆ ਕਰਦੇ। ਬਾਬਾ ਜ਼ੋਰਾਵਰ ਸਿੰਘ ਨੂੰ ਧਰਤੀ ਤੇ ਲਟਾਇਆ, ਸ਼ਾਸ਼ਨ ਬੇਗ ਤੇ ਬਾਸ਼ਰ ਬੇਗ ਅੱਗੇ ਹੋਏ। ਇੱਕ ਨੇ ਬਾਬਾ ਜ਼ੋਰਾਵਰ ਸਿੰਘ ਦੇ ਪੈਰ ਪਕੜਨੇ, ਦੂਜੇ ਨੇ ਛਾਤੀ ਦੇ ਗੋਡਾ ਰੱਖਿਆ, ਇੱਕ ਹੱਥ ਦੇ ਨਾਲ ਸਿਰ ਨੂੰ ਮਰੋੜ ਕੇ ਤੇ ਸ਼ਾਹ ਰੱਖ ਦੇ ਉੱਪਰ ਹੌਲੀ ਹੌਲੀ ਕਟਾਰ ਫੇਰਨੀ ਆਰੰਭ ਕਰ ਦਿੱਤਾ। ਖੂਨ ਦਾ ਫੁਹਾਰਾ ਨਿਕਲਿਆ। ਬਾਬਾ ਜ਼ੋਰਾਵਰ ਸਿੰਘ ਜ਼ਰਾ ਕੁ ਤੜਫੇ ਤੇ ਸ਼ਾਂਤ ਹੋ ਗਏ। ਬਾਬਾ ਫਤਿਹ ਸਿੰਘ ਜੀ ਨੂੰ ਜ਼ਮੀਨ ਤੇ ਲਟਾ ਕੇ ਇੱਕ ਜ਼ਾਲਮ ਨੇ ਪੈਰ ਪਕੜੇ ਨੇ, ਦੂਜੇ ਨੇ ਛਾਤੀ ਤੇ ਗੋਡਾ ਰੱਖਿਆ। ਪੌਣੇ 6 ਸਾਲ ਦੀ ਆਰ ਪਲਾ ਬਾਬਾ ਫਤਿਹ ਸਿੰਘ ਜੀ ਛਾਤੀ ਤੇ ਗੋਡਾ ਰੱਖਿਆ, ਸਿਰ ਨੂੰ ਹੱਥ ਪਾ ਕੇ ਥੋੜਾ ਜਿਹਾ ਨੂੰ ਮਰੋੜ ਕੇ ਤੇ ਸ਼ਾਹ ਰੰਗ ਦੇ ਉੱਪਰ ਕਟਾਰ ਦੀ ਨਿਰੰਭ ਕਰ ਦਿੱਤੀ। ਸ਼ਾਹ ਰੰਗ ਕੱਟ ਦਿੱਤੀ ਗਈ। ਇਤਿਹਾਸਕਾਰ ਲਿਖਦੇ ਨੇ ਅੱਧੀ ਘੜੀ ਬਾਬਾ ਫਤਿਹ ਸਿੰਘ ਜੀ ਤੜਫਦੇ ਰਹੇ, ਅੱਧੀ ਘੜੀ ਤੜਫ ਤੜਫ ਕੇ ਸ਼ਾਂਤ ਹੋ ਗਏ ਬਾਬਾ ਫਤਿਹ ਸਿੰਘ ਸਾਹਿਬ। ਬਾਬੇ ਮੋਤੀ ਰਾਮ ਨੇ ਜਾ ਕੇ ਮਾਂ ਗੁਜਰੀ ਨੂੰ ਦੱਸਿਆ, ਕਹਿਣ ਲੱਗੇ ਤੇਰੇ ਲਾਲ ਸੱਚਖੰਡ ਉਡਾਰੀ ਮਾਰ ਗਿਆ, ਅੰਮ੍ਰਿਤ ਧਾਰਾ ਮਾਰ ਕੇ ਰੋਪਿਆ, ਜ਼ਮੀਨ ਡੋਲਾ ਖਾ ਗਈ। ਇਹਨਾਂ ਜ਼ਾਲਮਾਂ ਨੇ ਮਾਂ ਗੁਜਰੀ ਨੂੰ ਧੱਕਾ ਦੇ ਕੇ ਬੁਰਜ ਵਿੱਚੋਂ ਸੁੱਟ ਕੇ ਤੇ ਸ਼ਹੀਦ ਕਰ ਦਿੱਤਾ। ਸ਼ਰ ਕਹਿੰਦਾ ਆਉਣਾ ਉਹਨਾਂ ਦਾ ਜੱਗ ਤੇ ਸਫਲ ਹੁੰਦਾ, ਦੇਸ਼ ਕੌਮ ਦੇ ਕੰਮ ਜੋ ਆ ਜਾਂਦੇ ਹੋ ਜਾਂਦੇ, ਸ਼ਹੀਦ ਤੇ ਅਮਰ ਰਹਿੰਦੇ, ਬਲਕਿ ਜਿਉਂਦਾ ਰਾਹ ਬਤਲਾ ਜਾਂਦੇ, ਦੀਵਾ ਅਣਖ ਤੇ ਆਉਂਦਾ ਰਹੇ, ਜਗਦਾ ਥਾਂ ਤੇਲ ਦੀ ਖੂਨ ਜੋ ਪਾ ਜਾਂਦੇ, ਉਹ ਕਿਸੇ ਤੂਫਾਨ ਤੋਂ ਬੁੱਝਦੀ ਨਾ ਜਿਹੜੀ ਜੋਤ ਸ਼ਹੀਦ ਜਗਾ ਜਾਂਦੇ। ਜਿਹੜੀਆਂ ਜੋਤਾਂ ਵਿੱਚ ਸ਼ਹੀਦਾਂ ਨੇ ਆਪਣੀ ਸ਼ਾਹ ਰੱਗ ਦਾ ਖੂਨ ਪਾ ਦਿੱਤਾ, ਲੱਖਾਂ ਜ਼ੁਰਮੇ ਤੂਫਾਨ ਹਨੇਰੀਆਂ ਆਉਣਗੀਆਂ, ਜੋਤਾਂ ਕਦੇ ਬੁੱਝਣਗੀਆਂ ਨਹੀਂ, ਸਦਾ ਲੱਗ ਲੱਗ ਬਣਨਗੀਆਂ। ਸਾਹਿਬਜ਼ਾਦੇ ਮਾਤਾ ਜੀ ਸ਼ਹੀਦ ਹੋ ਗਏ, ਲੇਕਿਨ ਦੀਨ ਇਸਲਾਮ ਪ੍ਰਵਾਨ ਨਹੀਂ ਕੀਤਾ। ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਸ਼ਹੀਦੀ ਸਾਖਾ ਆਪ ਜੀ ਨਾਲ ਸਾਂਝਾ ਕਰਨ ਦਾ ਯਤਨ ਕੀਤਾ, ਸਮਾਂ ਸਮਾਪਤ ਹੈ। ਮੈਂ 10 ਮਿੰਟ ਜ਼ਿਆਦਾ ਲਿਆ ਗਿਆ, ਮੈਂ ਖਿਮਾ ਤਾਂ ਜਾਂਚ ਕਰਾਂ। ਬੋਲਦਿਆਂ ਪ੍ਰਚਾਰਦਿਆਂ ਬਹੁਤ ਸਾਰੀਆਂ ਗਲਤੀਆਂ ਖਾਮੀਆਂ ਰਹਿ ਗਈਆਂ ਹੋਣਗੀਆਂ, ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਗੁਰੂ ਸਾਹਿਬ ਬਖਸ਼ਣ ਯੋਗ ਹਨ, ਹੋਈਆਂ ਭੁੱਲਾਂ ਦੀ ਦਿਓ ਖਿਮਾ। ਬਹੁਤ ਸਾਰਾ ਮਾਨ ਸਨਮਾਨ ਆਪ ਸਿੱਖ ਸੰਗਤਾਂ ਵੱਲੋਂ ਆਇਆ, ਸਾਰਿਆਂ ਦਾ ਹੀ ਧੰਨਵਾਦ। ਸੁਭਜੀਤ ਪ੍ਰਬੰਧਕ ਕਮੇਟੀ ਜਿਹਨਾਂ ਨੇ ਪ੍ਰੋਗਰਾਮ ਦੇਖਿਆ, ਸਾਡੇ ਸਤਿਕਾਰਯੋਗ ਵੀਰ ਭਾਈ ਪਰਮਿੰਦਰ ਸਿੰਘ ਜੀ ਸ਼ੇਰਗਿੱਲ, ਜਿਹਨਾਂ ਨੇ ਰਾਤ ਦੇ ਜਿੱਥੇ ਨੂੰ ਹੁਕਮ ਲਾਇਆ ਕਿ ਤੁਸਾਂ ਨੇ ਸੇਵਾ ਕਰਨੀ ਹੈ, ਉਹਨਾਂ ਵੱਲੋਂ ਬਹੁਤ ਸਨਮਾਨ। ਗੁਰੂ ਘਰ ਦੇ ਹਰ ਗ੍ਰੰਥੀ ਸਾਹਿਬ ਮਜੀਦ ਸਾਹਿਬ ਵਾਲਾ ਵੱਲੋਂ ਬਹੁਤ ਸਤਿਕਾਰ ਆਇਆ, ਸਾਰਿਆਂ ਦਾ ਤਿਆਰ ਤੋਂ ਧੰਨਵਾਦ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਸਿਰ ਤੇ ਮੇਹਰ ਪ੍ਰਿਆਸ ਰੱਖਣ, ਸਾਰੀ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਸਿੱਖੀ ਜੀਵਨ ਦੀ ਦਾਤ ਸੱਚੇ ਪਾਤਸ਼ਾਹ ਸਾਰੇ ਸੰਗਤ ਦੀ ਝੋਲੀ ਵਿੱਚ ਪਾਓ। 13 ਪੋਹ 1765 ਵਿਕਰਮੀ 27 ਦਸੰਬਰ 1704 ਈਸਵੀ ਇਹ ਖੋਨੀ ਸਾਡਾ ਸਰਹੰਦ ਦੀ ਧਰਤੀ ਤੇ ਜਿਹੜਾ ਮੈਂ ਆਪ ਜੀ ਨਾਲ ਸਾਂਝਾ ਕੀਤਾ। ਮੈਂ ਤਰੀਕਾਂ ਤਾਂ ਦੋਵੇਂ ਸਾਂਝੀਆਂ ਕਰ ਰਿਹਾ ਕਿ ਸਾਡੇ ਬੱਚਿਆਂ ਨੂੰ ਵੀ ਨਾਲ ਨਾਲ ਸਮਝ ਆ ਜਾਏ ਵੀ ਕਿਹੜੀਆਂ ਤਰੀਕਾਂ ਨੂੰ ਸਾਕੇ ਵਾਪਰੇ ਸਨ। ਆਪਾਂ ਯਤਨ ਕਰੀਏ ਆਪਣੇ ਇਤਿਹਾਸ ਆਪਣੇ ਵਿਰਸੇ ਨਾਲ ਜੁੜੀਏ। ਆਓ ਇਹਨੀ ਕੁ ਸੇਵਾ ਪ੍ਰਵਾਨ ਕਰਿਓ। ਸਾਰੀ ਸੰਗਤ ਦਾ ਧੰਨਵਾਦ, ਕੋਟਾਨਕੋਟ ਸ਼ੁਕਰਾਨਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ, ਜਿਹਨਾਂ ਦੀ ਕਿਰਪਾ ਸਦਕਾ ਸਾਰਾ ਸਮਾਗਮ ਹੋ ਰਿਹਾ। ਹੁਣ ਹੁਕਮ ਹੋਇਆ ਤਾਂ ਦੇ ਝੜੀਅਤ ਨੂੰ ਤੇ ਤੁਸਾਂ ਨੇ ਸਾਜਾਂ ਦੇ ਨਾਲ ਅਨੰਦ ਸਿੰਘ ਦਾ ਪਾਠ ਕਰਨਾ। ਤੇ ਮੈਂ ਬੇਨਤੀ ਕਰਾਂ ਕੱਲਾ ਢਾਡੀ ਜਥੇ ਨੇ ਨਹੀਂ, ਆਪ ਸਾਰੀ ਸੰਗਤ ਨੇ ਜਾਪ ਕਰਨਾ। ਜੇ ਚਾਹੁੰਦੇ ਹੋ ਨਾ
ਤੇ ਸਾਡੀ ਸ਼ਰਧਾ ਸਾਹਿਬਜ਼ਾਦਿਆਂ ਦੇ ਚਰਨਾਂ ਤੱਕ ਪਹੁੰਚ ਜਾਏ ਤੇ ਸਾਰੀ ਸੰਗਤ ਹਮਜ਼ਬਾਨ ਹੋ ਕੇ ਨਾਲ ਸਭ ਦੇ ਜਾਪ ਕਰੇ ਕਦੇ ਘਾੜੀ ਇੱਥੇ ਨਹੀਂ ਆਪਾਂ ਸਾਰਿਆਂ ਰਲ ਮਿਲ ਕੇ ਨਾਲ ਸਭ ਦੇ ਜਾਪ ਕਰਾਂਗੇ ਸੋ ਦਾਸ ਦੇ ਜਤਨ ਵਿੱਚ ਦਿਓ ਇਜਾਜ਼ਤ ਢਾਡੀ ਭਾਈ ਹਰਦੀਪ ਸਿੰਘ ਦੀਪ ਪਿੰਡ ਬੀਸਲਾ ਢਾਡੀ ਭਾਈ ਬੂਟਾ ਸਿੰਘ ਜੀ ਸੁੰਨੜ ਪਿੰਡ ਸੁੰਨੜ ਕਲਾਂ ਸਰੰਗੀ ਵਾਦਕ ਭਾਈ ਪਰਮਿੰਦਰ ਸਿੰਘ ਭੱਟੀ ਪਿੰਡ ਬੀੜਾ ਦਾਸ ਭਾਈ ਦੀਦਾਰ ਸਿੰਘ ਸੰਗਤਪੁਰ ਹੈਸ਼ਪੁਰਵਾਲਾ ਇਹਨਾਂ ਬੰਦੇ ਆਓ ਸਾਰੀ ਸੰਗਤ ਰਾਜਾ ਕੇ ਨਾਮ ਸਿੰਘ ਜਾਪ ਕਰੀਏ ਜੀ ਬਲਾਓ ਫਤਿਹ ਆਪੋ ਜੀ ਵਾਹਿਗੁਰੂ ਜੀ ਕਾ